ਗੁਰਦਿਆਲ ਸਿੰਘ ਦਾ ਨਾਵਲ ਅਧ ਚਾਨਣੀ ਰਾਤ ਦੇ ਦੂਸਰੇ ਅੰਗ ਸਵੇਰ ਦਾ ਅਗਲਾ ਹਿੱਸਾ ਲਾਲੂ ਦੇ ਮੂੰਹ ਸ਼ਬਦਾਂ ਦੇ ਨਾਲ ਜਿਵੇਂ ਸੇਕ ਨਿਕਲਣ ਲੱਗ ਪਿਆ ਸੀ ਚੁੱਲੇ 'ਚ ਮਚਾਈ ਗਿਆਲੇ ਦੀ ਅੱਗ ਦੇ ਚਾਨਣ ਚ ਉਹਦੀਆਂ ਹੜਬਾਂ ਦੀ ਚੜੜਾਈ ਧੁੱਪਾਂ ਪੱਕੀ ਚਮੜੀ ਤੇ ਉੱਪਰ ਆਜੇ ਪਖਾਹ ਦਿਸਦਾ ਸੀ ਉਹਦੇ ਅੰਦਰ ਜਿਵੇਂ ਕੁਝ ਰਿੱਝ ਰਿਹਾ ਹੋਵੇ ਇਹ ਥੋੜਾ ਕੱਖ ਨਾ ਰਹੇ ਕਹਿੰਦੇ ਲਾਲੂ ਨੇ ਵਿਹੜੇ ਵੱਲ ਨਿਗਾ ਮਾਰੀ ਤੇ ਬਿੰਦ ਦਾ ਬਿੰਦੋ ਸਾਰੇ ਚੁੱਪ ਕਰ ਗਏ ਫਿਰ ਲਾਲੂ ਨੇ ਜਿਵੇਂ ਆਪਣੇ ਅੰਦਰ ਜਿਹਦਾ ਸਾਰਾ ਕੁਝ ਸ਼ਬਦਾਂ ਚ ਢਾਲ ਢਾਲ ਉਗਲਛਣਾ ਸ਼ੁਰੂ ਕਰ ਦਿੱਤਾ ਲੋੜਾ ਨਹੀਂ ਐ ਸੌ ਪਾਲੇ ਆਰਗਾ ਬੰਦਾ ਕੋਈ ਘਰ ਘਰ ਜਮਣਾ ਐ ਐਸਾ ਕੁੰਨਾ ਐ ਸਾਨੀਗਾ ਮਿੱਠ ਬੋਲਣਾ ਗੱਲ ਕਰਨੀ ਜਾਣੀ ਦੀ ਮੂੰਹ ਚ ਬੋਲ ਨਹੀਂ ਇਹਨਾਂ ਦੇ ਐਸੇ ਬੰਦੇ ਨਾਲ ਧਰ ਕਮਾਇਆ ਫਿਰ ਜ਼ੁਲਮ ਨਹੀਂ ਐ ਸਾਈ ਲੋਕਾਂ ਮੇਰੇ ਕੋਲੋਂ ਉਹਨੇ ਆ ਬੈਠਣਾ ਮਨ ਮਨ ਰੋਣਾ ਅੱਖਣਾ ਬਾਈ ਮੈਨੂੰ ਇਹ ਬਸਣ ਨਹੀਂ ਦਿੰਦੇ ਮੈਂ ਘਰ ਛੱਡ ਕੇ ਖੇਤ ਕੋਠਾ ਪਾਉ ਮੈਂ ਅੱਖਣਾ ਨਾ ਪਾਈ ਭਾਲਿਆ ਤੂਏ ਪਿਓ ਦਾਦੇ ਦਾ ਘਰ ਛੱਡ ਕੇ ਸੁਖੀ ਸੰਦੀ ਰੋਹੀ ਚ ਕਿਉਂ ਜਾ ਕੇ ਬੈਠੇ ਐਂ ਤਾਂ ਫਿਰ ਉਹ ਤੈਨੂੰ ਕੱਲ ਨੂੰ ਉੱਥੋਂ ਵੀ ਜਾ ਕੱਢਣਗੇ ਫਿਰ ਤੂੰ ਕੀ ਕਰੇਗਾ ਪਰ ਅੰਤ ਚੰਦਰਿਆ ਨੇ ਦਰবেশ ਨੂੰ ਕੱਢ ਕੇ ਛੱਡਿਆ ਖੈਰ ਚਲੋ ਤਾਂ ਨਿਤ ਦੇ ਕਲੇਸ਼ ਨਾਲੋਂ ਚੰਗਾ ਸੀ ਅੱਖੀ ਨਾ ਦਿਸੇ ਕੰਨੀ ਨਾ ਸੁਣੇ ਤਾਂ ਬੰਦਾ ਭੁੱਲ ਬਿਸਰ ਜਾਂਦਾ ਹੈ ਗੱਲ ਨੂੰ ਪਰ ਉੱਥੇ ਕਿਹੜਾ ਕੰਜਰਾ ਨੇ ਖਿਹੜਾ ਛੱਡਿਆ ਤੇ ਅਖੀਰ ਉਹ ਸਾਧੂ ਬੰਦੇ ਨੂੰ ਲੈ ਕੇ ਰਹੀਂ ਸਾਲੇ ਰਾਖਸ਼ ਇਹ ਹੁੰਦੇ ਆ ਅਸਲ ਰਾਖਸ਼ ਹਾਂ ਆਪਣੇ ਪਿਓ ਬਾਰੇ ਗੱਲਾਂ ਸੁਣਦਿਆਂ ਮੋਦਨ ਦਾ ਮਨ ਪਰ ਆਇਆ ਲਾਲੂ ਦੀ ਹਰ ਗੱਲ ਪੂਰਾ ਡੂੰਗਾ ਅਸਰ ਕਰ ਰਹੀ ਸੀ ਗੱਲਾਂ ਤਾਂ ਲੋਕ ਵੀ ਬਥੇਰੀਆਂ ਇਹੋ ਜਿਹੀਆਂ ਹੀ ਕਰਦੇ ਸੀ ਪਰ ਉਹਨਾਂ ਦਾ ਇੰਨਾ ਅਸਰ ਮੰਤੇ ਨਹੀਂ ਸੀ ਹੁੰਦਾ ਉਂਝ ਵੀ ਪਾਲਾ ਬੰਦਾ ਹੀ ਅਜਿਹਾ ਸੀ ਕਿ ਸਾਰੀ ਉਮਰ ਉਹਨੇ ਕਿਸੇ ਨਾਲ ਨਹੀਂ ਸੀ ਵਿਗਾੜੀ ਜਦੋਂ ਕਿਸੇ ਨਾਲ ਲਾਗਾ ਦੇਗਾ ਹੀ ਨਹੀਂ ਸੀ ਰੱਖਿਆ ਤਾਂ ਝਗੜਾ 체ਤਾ ਕਾ ਦਾ ਕਈ ਮਹੀਨੇ ਉਹਨੂੰ ਮਰਿਆਂ ਹੋ ਗਏ ਸਨ ਤੇ ਅਜੇ ਤਾਈ ਮੋਦਨ ਜਿਸ ਕੋਲ ਜਾ ਪੈਂਦਾ ਉਹ ਪਾਲੇ ਦੀਆਂ ਗੱਲਾਂ ਛੋਹ ਲੈਂਦਾ ਤੇ ਉਹਦੀਆਂ ਵਡਿਆਈਆਂ ਕਰੀ ਜਾਂਦਾ ਕਈ ਵਾਰ ਤਾਂ ਇਹ ਮੋਦਨ ਨੂੰ ਉਪਰੀਆਂ ਤੇ ਹੂਚੀਆਂ ਜੀਆਂ ਵੀ ਲੱਗਣ ਲੱਗ ਪੈਂਦੀਆਂ ਸ਼ੇਰਿਆ ਇਹ ਜੱਟ ਐਸੀ ਜੜੀ ਚੋਂ ਬਣਿਆ ਵੀ ਖੋਰ ਨਹੀਂ ਗਵਾਂਦਾ ਲਾਲੂ ਅਜੇ ਆਪਣੇ ਅੰਦਰ ਆਪਣਾ ਅੰਦਰ ਹੌਲਾ ਕਰੀ ਜਾ ਰਿਹਾ ਸੀ ਸਿਆਣਿਆਂ ਨੇ ਐਵੇਂ ਤਾਂ ਨਹੀਂ ਆਖਿਆ ਬਈ ਕੁੱਕੜ ਕਾਂ ਕਰਿਆੜ ਕਬੀਲਾ ਪਾਲਦੇ ਪਰ ਜੱਟ ਮੈਂ ਆ ਸੰਸਾਰ ਕਬੀਲਾ ਗਾਲਦੇ ਲੈ ਹੁਣ ਵਿੱਚੋਂ ਗੱਲ ਕੀ ਸੀ ਉਹ ਵੀ ਸੁਣ ਲੈ ਇਹਦਾ ਤਾਂ ਸ਼ਾਇਦ ਆਪਣੇ ਮੋਦਨ ਨੂੰ ਵੀ ਨਹੀਂ ਪਤਾ ਹੋਣਾ ਪਤਾ ਕੀ ਹੋ ਗੱਲਾਂ ਹੀ ਇਹਦੇ ਬਾਬੇ ਵੇਲੇ ਦੀਆਂ ਅਜੇ ਫੇਰ ਪੁੱਛੇ ਇਹ ਤੇ ਪਰਦਾਦੇ ਵੇਲੇ ਦੀਆਂ ਇਹਨਾਂ ਦਾ ਇੱਕ ਤਾਇਆ ਹੁੰਦਾ ਸੀ ਕੋਈ 50 60 ਵਰਿਆਂ ਦੀ ਗੱਲ ਕੋਣੀ ਹੈ ਇਹ ਹੁਣ ਵਾਲੇ ਹੁਣ ਵਾਲੇ ਨੰਬਰਦਾਰ ਦਾ ਨਹੀਂ ਇਹਦੇ ਪਿਓ ਦਾ ਉਹ ਸਾਲੇ ਢਿੱਡਲ ਅਰਜਨ ਦਾ ਜੀ ਨੇ ਪਾਲੇ ਅਰਗੇ ਬੰਦੇ ਦਾ ਸੰਤਾਪ ਲਿਆ। ਉਹ ਬੁੜਾ ਜਾਂਦਾ ਰਿਹਾ ਨਾਨਕੀ ਢੇਰੀ ਦੀ। ਆਪਦੀ ਜ਼ਮੀਨ ਦੇ ਗਿਆ ਇਹਨਾਂ ਨੂੰ। ਇਹ ਭਾਈ ਕੋਈ 15-20 ਬਰੇ ਉਸ ਜ਼ਮੀਨ ਦੀ ਕਮਾਈ ਖਾਂਦੇ ਰਹੇ। ਮਗਰੋਂ ਬੁੜਾ ਤਾਂ ਮਰ ਗਿਆ ਤੇ ਉਹਦੇ ਮੁੰਡੇ ਉੱਠੇ। ਉਹਨਾਂ ਨੇ ਆਪਦੀ ਜ਼ਮੀਨ ਦਾ ਬਣਦਾ ਹਿੱਸਾ ਤਾਂ ਅਕਸਰ ਮੰਗਣਾ ਹੀ ਸੀ। ਹੱਕ ਜੋ ਸੀ ਲਓ ਜੀ ਇਹ ਇਹਨਾਂ ਕੋਲੇ ਆਏ। ਉਸ ਵੱਡੇ ਪੰਚਾਇਤੀ ਅਰਜਨ ਕੋਲੇ ਤੇ ਇੱਕ ਇਹਦਾ ਵੱਡਾ ਭਰਾ ਹੁੰਦਾ ਸੀ ਝਾਉ ਜੀ। ਤੋਗਾ ਤੋਗਾ ਉਹ ਥੋੜੀ ਸੁਰਤ ਪਹਿਲਾਂ ਮਰ ਗਿਆ ਸੀ ਤੇ ਉਹਦਾ ਵੀ ਪਿਓ ਸੀ ਕਪਤ ਪਣੇ ਚ ਮਰਿਆ ਵੀ ਫਿਰ ਐਂ ਕੁੱਤੇ ਬਿੱਲੇ ਕਮਾਂ ਚ ਬਿੰਦ ਦਾ ਬਿੰਦ ਚੁੱਪ ਕਰਕੇ ਗੱਲ ਨੂੰ ਮਠਾਰਦਿਆਂ ਲਾਲੂ ਨੇ ਕਿਹਾ ਲੈ ਜੀ ਉਹਨਾਂ ਮੁੰਡਿਆਂ ਨੂੰ ਤਾਂ ਇਹਨਾਂ ਨੇ ਪਾਣੀ ਨਾ ਪੁੱਛਿਆ ਜਿਉਂ ਕੋਈ ਗੱਲ ਨਾ ਕਰਦੇ ਤਾਂ ਕੋਈ ਬਾਤ ਨਹੀਂ ਸੀ ਪਰ ਇਹ ਤਾਂ ਆਖਣ ਕਿਹੜੀ ਥੋੜੀ ਜ਼ਮੀਨ ਉਹ ਤਾਂ ਤੁਹਾਡਾ ਪਿਓ ਸਾਨੂੰ ਗਹਿਣੇ ਦੇ ਗਿਆ ਸੀ ਐਡਾ ਝੂਠ ਲੋੜਾ ਆ ਗਿਆ ਓਏ ਅਖੀਰ ਜੀ ਇਹਨਾਂ 'ਚ ਇੱਕ ਮੁੰਡਾ ਕੁਛ ਤੱਤਾ ਸੀ ਉਹ ਕਹਿੰਦਾ ਵੀ ਲਿਖਤ ਦਿਖਾਓ ਇਹਨਾਂ ਨੇ ਜੀ ਐਵੇਂ ਇੱਕ ਪੁਰਾਣੀ ਬਹੀ ਤੇ ਕੋਈ ਜਾਲੀ ਗੁੱਠਾ ਲੱਗਿਆ ਵਖਾਤਾ ਇਹ ਉਹ ਮੁੰਡੇ ਕਿਹੜਾ ਹੁਣ ਨਿਆਣੇ ਸੀ ਨਾਲੇ ਸਾਰੀ ਗੱਲ ਦਾ ਪਤਾ ਸੀ ਉਹਨਾਂ ਨੂੰ ਵੀ ਕੀ ਸਾਰੇ ਪਿੰਡ ਦੇ ਬੱਚੇ-ਬੱਚੇ ਨੂੰ ਪਤਾ ਸੀ ਲੈ ਤੇਰਾ ਰੱਬ ਭਲਾ ਕਰੇ ਉਹਨਾਂ ਨੇ ਪੰਚਾਇਤ ਇਕੱਠੀ ਕਰ ਲਈ ਉਦੋਂ ਇਹਦੇ ਆਪਣੇ ਮੋਦਨ ਦੇ ਵੱਡੇ ਬਾਬੇ ਦੀ ਪਿੰਡ 'ਚ ਮੰਨੀ ਦੀ ਸੀ ਰੱਬ ਵਾਂਗੂ ਜੋ ਪਿੰਡ ਦਾ ਫੈਸਲਾ ਹੁਣ ਸੱਦੋ ਸੋਣੀ ਨੂੰ ਜੇ ਦੋ ਭਰਾਵਾਂ ਦਾ ਕੋਈ ਵੱਟ ਡੋਲੇ ਦਾ ਰੋਲਾ ਹੋਣਾ ਸੱਦੋ ਸੋਨੇ ਨੂੰ ਬੰਦਾ ਵਿਕੇਰਾ ਐ ਬਾਹਮਣ ਤੋਲੇ ਸੱਚਾ ਰਹੀ ਕਿਸੇ ਸਕੇ ਦੀ ਨਹੀਂ ਕਰਨੀ ਕਿਸੇ ਤੋਂ ਦਬਣਾਨੀ ਚੱਕਣਾ ਨਹੀਂ ਤੇ ਇਹਦੇ ਸਕੇ ਬਾਬੇ ਦੀ ਗੱਲ ਕਰਦਾਂ ਤਾਇਆ ਰਿਆਲੇ ਨੇ ਚਾਹ ਦੀ ਯਾਰ ਲੱਗਿਆ ਪੁੱਛਿਆ ਤੇ ਆਪੀ ਜਵਾਬ ਦਿੱਤਾ ਉਹ ਤਾਂ ਮੈਂ ਵੀ ਦੇਖਿਆ ਸੀ ਸ਼ੈੰਤ ਉਹ ਨਹੀਂ ਸਾਊ ਇਹਦੇ ਮੋਦਨ ਦੇ ਸਕੇ ਬਾਬੇ ਦਾ ਵੱਡਾ ਭਰਾ ਹੁੰਦਾ ਸੀ ਚਾਚੇ ਤਾਇਏ ਦਾ ਪੁੱਤ ਆ ਭੜਿਆ ਕੀਚਰ ਦਾ ਪਰਦਾਦਾ ਢਡੋਂ ਪੇਟੋ ਤਾਂ ਸਾਰਾ ਪਿੰਡ ਇੱਕੋ ਹੀ ਐ ਨਾ ਪਰ ਉਹਦੇ ਮੁੰਡਾ ਕੋਈ ਨਹੀਂ ਸੀ ਢੇਰੀ ਉਹਦੀ ਫੇਰ ਇਹਨਾਂ ਨੇ ਹੀ ਸੰਭੀ ਮੋਦਨ ਦਾ ਬਾਬਾ ਵੀ ਬੰਦਾ ਹੀਰਾ ਸੀ ਉਹਨੇ ਵੀ ਢੇਰੀ ਚ ਸਰਸਾਈ ਨਹੀਂ ਲਈ ਕਹਿੰਦਾ ਮੇਰੇ ਕੋਲੇ ਦਾਤੇ ਦਾ ਦਿੱਤਾ ਸਭ ਕੁਝ ਐ ਮੈਂ ਕਿਉਂ ਕਿਸੇ ਔਤ ਦੀ ਢੇਰੀ ਤੇ ਅੱਖ ਰੱਖਾਂ ਪਰ ਤੁਹਾਨੂੰ ਪਤਾ ਐ ਅਜਿਹੇ ਬੰਦੇ ਤੇ ਤਾਂ ਬਿਰਲੇ ਕੋਈ ਕੇ ਹੁੰਦੇ ਐ ਲੋ ਜੀ ਸੋਹਣੇ ਬੁੜੇ ਨੇ ਫੇਰ ਭਰੀ ਪੰਚਾਇਤ ਇਹਨਾਂ ਦੀ ਚੰਗੀ ਲਾਹ ਪਾਹ ਕੀਤੀ ਝੂਠੇ ਸੀ ਗੱਲ ਨਾ ਔੜੇ ਮਿਆਉ ਮਿਆਉ ਕਰੀ ਜਾਣ ਸਾਰੇ ਪਿੰਡ ਨੇ ਫੇਟ ਲਾਣ ਦਿੱਤੀ ਜ਼ਮੀਨ ਦਾ ਫੈਸਲਾ ਪੰਚਾਇਤ ਨੇ ਮੁੰਡਿਆਂ ਦੇ ਹੱਕ ਚ ਕਰਤਾ ਪਰ ਇਹ ਡੇ ਚੰਦਰੀ ਕਬਜ਼ਾ ਨਾ ਦੇਣ ਉਹਨਾਂ ਨੇ ਭਾਈ ਚਾਰ ਪੰਚਾਇਤਾਂ ਦੇ ਬੰਦੇ ਨਾਲ ਤੋਰ ਲਈ ਚਾਰ ਪੰਜਾਬ ਦੇ ਮਸੇਰ ਲਿਆਂਦੇ ਹੋ ਕੇਰਾ ਪੰਜ ਪੰਜ ਹੱਥ ਲੰਮੇ ਗਬਰੂ ਘਰ ਚ ਆਰਗੇ ਆ ਕੇ ਭਾਈ ਅਗਲਿਆਂ ਨੇ ਹਲ ਜੋੜ ਲਈ ਚਲੋ ਗੱਲ ਮੁੱਕ ਮੁੱਕ ਆ ਗਈ ਫੇਰ ਜੀ ਹੁਣ ਉਹਨਾਂ ਵਿਚਾਰਿਆਂ ਨੂੰ ਦ ਤਰਥ ਦਾ ਕੰਮ ਸਾਂਭਣਾ ਔਖਾ ਹੋ ਗਿਆ ਛੋਟੇ ਮੁੰਡੇ ਨੇ ਇੱਥੇ ਰਹਿਣ ਦੀ ਸਲਾਹ ਬਣਾ ਲਈ ਫਿਰ ਇਹ ਉਹਨਾਂ ਦੇ ਘਰ ਨਾਲ ਵੰਡ ਕੇ ਦੇਣ ਉਹਨਾਂ ਹੀ ਰੇੜਕਾ ਫੇਰ ਪਿਆ ਉਦੋਂ ਵੀ ਨਿਆ ਸੋਣੇ ਬੁੜੇ ਨਹੀਂ ਕੀਤਾ ਪਰ ਇਹਨਾਂ ਨੇ ਜਾ ਕੇ ਉਹਨਾਂ ਮੁੰਡਿਆਂ ਤੇ ਮੁਕੱਦਮਾ ਕਰਤਾ ਐਨ ਜਮਾਂ ਝੂਠਾ ਆਪਦੇ ਅਰਗੇ ਹੀ ਦੋ ਚਾਰ ਲਫੰਡਰ ਗਵਾਹ ਪਾੜ ਲੇ ਲੋ ਜੀ ਜਿੰਨਾ ਚਿਰ ਮੁਕੱਦਮਾ ਚੱਲਦਾ ਰਿਹਾ ਉਹ ਮੁੰਡੇ ਸੋਣੇ ਕੇ ਬਾੜੇ 'ਚ ਰਹਿੰਦੇ ਰਹੇ ਸੋਣੇ ਕਾ ਤੇ ਇਹਨਾਂ ਦਾ ਪਾਲੇ ਕਾ ਬਾੜਾ ਸਾਂਝਾ ਹੁੰਦਾ ਸੀ ਤੇ ਉਹ ਸਾਲੇ ਇਹਨਾਂ ਦੇ ਬੈਰ ਪੈ ਗਏ ਪਿੱਛੋਂ ਮੁਕੱਦਮਾ ਵੀ ਹਾਰ ਗਏ ਘਰ ਵੀ ਵੰਡ ਕੇ ਦੇਣਾ ਪਿਆ ਪਰ ਖੋਰ ਨਹੀਂ ਚ ਤੁੰਗਾਇਆ ਲੈ ਭਾਈ ਉਹ ਜਿਹੜਾ ਅਰਜਨ ਦਾ ਵੱਡਾ ਭਰਾ ਸੀ ਜਿਹਦੀ ਤੁਹਾਨੂੰ ਗੱਲ ਦੱਸੀ ਆ ਉਹ ਇੱਕ ਦਿਨ ਰਾਤ ਨੂੰ ਪੀ ਕੇ दारू ਇਹਨਾਂ ਦੇ ਬਾਰ ਚ ਜਾ ਕੇ ਲਲਕਾਰੇ ਮਾਰਨ ਲੱਗ ਪਿਆ ਸੋਣਾ ਬੁੜਾ ਨਰਮ ਵੀ ਬਥੇਰਾ ਸੀ ਪਰ ਨਰਮ ਬੰਦਿਆਂ ਨਾਲੋਂ ਨਰ ਬੰਦਾ ਸੀ ਉਹਦੇ ਕੋਲੋਂ ਉਹਦੇ ਕੋਲ 2-3 ਸਿਰ ਪੱਕੇ ਦਾ ਖੁੰਡਾ ਹੁੰਦਾ ਸੀ ਮੇਖਾਲ ਜਵਾਨੀ ਬਾਰੇ ਤਾਂ ਕਹਿੰਦੇ ਉਹ ਭੱਲਾ ਰੱਖਦਾ ਹੁੰਦਾ ਸੀ ਵੱਡੇ ਵੱਡੇ ਕਹਿੰਦੇ ਘੌਂਦੇ ਬਦਮਾਸ਼ ਨੇੜੇ ਨਹੀਂ ਸੀ ਲੱਗਦੇ ਹੁੰਦੇ ਤੇ ਨਾਲੇ ਇਹਦਾ ਆਪਣੇ ਮੋdde ਦਾ ਬਾਬਾ ਵੀ ਬੜਾ ਨਰਵਾ ਜਵਾਨ ਹੁੰਦਾ ਸੀ ਘਰ ਵੇਖ ਲੈ ਇਹਨਾਂ ਦੇ ਸਾਰੇ ਇੱਕ ਦਰਵਾਜ਼ੇੋਂ ਅੰਦਰ ਹੁੰਦੇ ਸੀ ਵੇੜਾ ਤਾਂ ਹੁਣ ਤਾਂ ਹੀ ਵੀ ਸਾਂਝਾ ਓ ਜੀ ਦੋਏ ਲਲਕਾਰੇ ਸੁਣ ਕੇ ਬਾਹਰ ਆ ਗਏ ਉਹਦੀ ਸਹੁਰੇ ਦੀ ਹੋਣੀ ਚੱਕੀ ਫਿਰਦੀ ਸੀ ਓ ਜੀ ਇਹਨਾਂ ਨੂੰ ਗਾਲ ਕੱਢ ਬੈਠਾ ਬਸ ਫੇਰ ਪੈ ਗਿਆ ਸੋਣਾ ਬੁੜਾ ਕਿਦਰੇ ਲਹਿ ਗਈ दारू ਦੂਰੂ ਐ ਕਿਹਰਾ ਕੁੱਟ-ਕੁੱਟ ਤੈ ਬਾਤੀ ਬਥੇਰਾ ਯਤਨ ਕੀਤਾ ਵੀ ਕੋਈ ਦਸਵੀਂ 6:00 ਨਾ ਵਜੇ ਪਰ ਸੋਨੇ ਦੇ ਸੋਨੇ ਤੋਂ ਇੱਕ ਖੁੰਡਾ ਉਹਦੇ ਸਕੜੰਜ ਤੇ ਵੱਜ ਗਿਆ ਤੇ ਟੰਗ ਜਰਕ ਦੇਣੇ ਟੁੱਟ ਗਏ ਲੈ ਜੀ ਗੱਲ ਵੱਧ ਗਈ ਮਾਮਲਾ ਅਦਾਲਤੀ ਜਾਂਦਾ ਰਿਹਾ ਪਰ ਸਾਰਾ ਪਿੰਡ ਸੋਨੇ ਬੁੜੇ ਨਾਲ ਰਾਜੇ ਕੋਲ ਜਾਵੜਿਆ ਉਦੋਂ ਆਪਣਾ ਬੋਲਾ ਰਾਜਾ ਹੁੰਦਾ ਸੀ ਉਹਨੇ ਗੱਲ ਸੁਣ ਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਨਿਧਾਰਤਾ ਪੁੱਠੀ ਪੈਂਦੀ ਵੇਖ ਕੇ ਫੇਰ ਉਹ ਵੱਡੇ ਸੂਰਮੇ ਪੈਰੀਂ ਪੱਗਾਂ ਧਰਦੇ ਫਿਰਨ ਸੋਣਾ ਫੇਰ ਵੀ ਮਰਦ ਸੀ ਖੁੱਲੇ ਦਿਲ ਵਾਲਾ ਉਹਨੇ ਲੋਕਾਂ ਦੇ ਕਈ ਕਹੇ ਕਹੇ ਰਾਜੀ ਬੰਦਾ ਕਰ ਲਿਆ ਪਰ ਇਹਨਾਂ ਨੇ ਖੋਰ ਨਿਯੋਦਨ ਦਾ ਗੁਆਇਆ ਆ ਹੁਣ ਜਿਹੜੀਆਂ ਕਰਤੂਤਾਂ ਇਹਨਾਂ ਨੇ ਕੀਤੀਆਂ ਇਹ ਉਸੇ ਖੋਰ ਕਰਕੇ ਕੀਤੀਆਂ ਕਿ ਹੋਰ ਨਹੀਂ ਪਾਲੇ ਵਰਗਾ ਕੂਨਾ ਬੰਦਾ ਮਿਲ ਸਕਦਾ ਕੋਈ ਦੁਨੀਆ ਤੇ ਤਖਤੇ ਤੇ ਉਹਦੇ ਨਾਲ ਜੋ ਕੀਤੀ ਹੈ ਦਾਤਿਆ ਇਨਸਾਫ ਕਰੀ ਹੁਣ ਗਾਹਾਂ ਪੁੱਤ ਉੱਠੇ ਆ ਉਹਨਾਂ ਤੋਂ ਵੀ ਚੰਦ ਹੈ ਅਜੇ ਤਾਈਂ ਕਿਹੜਾ ਹਟਦੇ ਆ ਪੰਗੇ ਲੈਣੋਂ ਹਟਦੇ ਆ ਫੇਰ ਜੱਟ ਦੇ ਤਾਂ ਤਾਇਆ ਜਿਨਾਂ ਸੇਰ ਸਿੰਘਾਂ ਚ ਨਾ ਠੁਕੇ ਉਹਨਾਂ ਚਿਰ ਕਦੇ ਨਹੀਂ ਜਾਣਦਾ ਤੇ ਜਿੰਨਾ ਚਿਰ ਘੰਡੀ ਵੱਢ ਕੇ ਵਿਚਾਲੇ ਇੱਟਾਂ ਨਾ ਧਰੀਏ ਉਹਨਾਂ ਚਿਰ ਮਰਦਾ ਨਹੀਂ ਸ਼ੇਰੀ ਨੇ ਸਦੀਆਂ ਪੁਰਾਣੀ ਗੱਲ ਸਿਆਣਿਆਂ ਵਾਂਗ ਦਰਾਈ ਉਹ ਤਾਂ ਤੇਰੀ ਗੱਲ ਸੱਤ ਆ ਪਰ ਪੰਜੇ ਉਂਗਲਾਂ ਤਾਂ ਇੱਕਸਾਰ ਨਹੀਂ ਨਾ ਹੁੰਦੀਆਂ ਬਥੇਰੇ ਚੰਗੇ ਬੰਦੇ ਵੀ ਹੁੰਦੇ ਆ ਪਰ ਇਹ ਤਾਂ ਸਾਰੇ ਬਾਲੇ ਖੋਟੇ ਆ ਚਿੱਤੋਂ ਊ ਨਿਹਰੇ ਲੂੰਬੜ ਪ੍ਰਕਾਲ ਮਾਰ ਕੇ ਭੱਜ ਤੁਰਨਗੇ ਕਾਹਨੂੰ ਖੋਟੇ ਆ ਗੱਲ ਕਰ ਪੰਜਾਂ ਨਹੀਂ ਬਿਆ ਕਿਸੇ ਨਾਲ ਉਹ ਜਿਵੇਂ ਕਹਿੰਦੇ ਹੁੰਦੇ ਆ ਫੁੱਦਵਾਂ ਨੂੰ ਤਾਂ ਟੱਕਰੀ ਤੈਨੂੰ ਟੱਕਰੂ ਬੰਸਰੀ ਵਾਲਾ ਉਹ ਬੰਦੇ ਹੀ ਸ਼ਰੀਫਾਂ ਨਾਲ ਮੱਥਾ ਲੱਗ ਗਿਆ ਕਿਤੇ ਕਿਸੇ ਮਾਤੜ ਢੇੜੂ ਨਾਲ ਸਿੰਘ ਫਸੇ ਹੁੰਦੇ ਫੇਰ ਵੇਖ ਜੇ ਜੜਾਂ 'ਚ ਪੱਟ ਕੇ ਖੁਰਲੀ 'ਚ ਨਾ ਸਿੱਟੇ ਪਏ ਹੁੰਦੇ ਤਾਂ ਐ ਨਹੀਂ ਗੱਲ ਲਾਲੂ ਨੇ ਸਿਰ ਮਾਰਿਆ ਬੰਦਾ ਕੋਈ ਘਟ ਨਹੀਂ ਹੁੰਦਾ ਭਰਾਵਾਂ 'ਚ ਸੌ ਪਰ ਕਈ ਲੰਮੀ ਸੋਚ ਜਾਂਦੇ ਆ ਕਈ ਤੇਰੇ ਅਰਗੇ ਤੱਤੇ ਗੱਲ ਚੱਲਦੇ ਨੇ ਬਸ ਫਰਕ ਆਹੀ ਆ ਅ ਲੰਮੀ ਸੋਚਣ ਵਾਲਿਆਂ ਨੂੰ ਦੁਨੀਆ ਟਿਕਣ ਨੀ ਨਾ ਦਿੰਦੀ ਤਾਇਆ ਆਲੇ ਲੋਕ ਸਮਝ ਲੈਂਦੇ ਆ ਵੀ ਇਹਦੇ ਵਿੱਚ ਤਾਂ ਉਹੀ ਕੰਨੀ ਗੀਦੀ ਆ ਗਿਆਲੇ ਨਹੀਂ ਉਬਲਦੀ ਚਾਹ ਦੀ ਪਤੀਲੀ ਧੂਣੀ ਕੋਲ ਰੱਖਦੇ ਐ ਵੀ ਲੱਤ ਆੜਾਈ ਉਹ ਬਈ ਇਹ ਤਾਂ ਠੀਕ ਐ ਪਰ ਐਸੀ ਗੱਲ ਨਹੀਂ ਐ ਪਰ ਐਸੀ ਗੱਲ ਨਹੀਂ ਕੀ ਤੂੰ ਆਪ ਤਾਂ ਸਾਨੂੰ ਬਿਹਾਰੀ ਸਾਖੀ ਸੁਣਾਈ ਐ ਉਹ ਗੁਰੂ ਸਾਹਿਬ ਵਾਲੀ ਉਹੋ ਉਹ ਗੱਲ ਤਾਂ ਸਾਖੀਆਂ ਚ ਲਿਖੀ ਪਈ ਐ ਮੈਂ ਕੋਈ ਪੱਲੇਉਂ ਤਾਂ ਨਹੀਂ ਬਣਾਈ ਉਹ ਤਾਂ ਇਤਿਹਾਸ ਐ ਅਸੀਂ ਕਿਹੜਾ ਪੱਲੇਉਂ ਬਣਾਈ ਕਹਿੰਨੇ ਆ ਪਰ ਹੈ ਤਾਂ ਪੱਕਨ ਜਿਹੜਾ ਬੰਦਾ ਤਾਇਆ ਇਹੋ ਜਿਹਾ ਮੂਰੇ ਨਿਮੀ ਜਾਏ ਉਹ ਹੋਰ ਉੱਤੇ ਚੜਦੇ ਆਉਂਦੇ ਆ ਜੱਟ ਦੀ ਜਾਤ ਜੋ ਐਸੀ ਹੈ ਗੁਰੂ ਸਾਹਿਬ ਵਾਲੀ ਕਿਹੜੀ ਗੱਲ ਐ ਤਾਇਆ ਸ਼ੇਰੀ ਨੇ ਖਚਰੀ ਅੱਖ ਮੋਦਨਵਲ ਝਾਕ ਕੇ ਪੁੱਛਿਆ ਨਾਲੇ ਮੁਸਕੜੀਆਂ ਹੱਸਿਆ ਉਹ ਭੜਿਆ ਅੱਗੇ ਕਿਹਨੇ ਕਿੰਨੇ ਆਰੀ ਤਾਂ ਸੁਣਾਈ ਹੈ ਤੁਸੀਂ ਪਠਾਨ ਵਾਲੀ ਜਦੋਂ ਗੁਰੂ ਸਾਹਿਬ ਨੰਦੇੜ ਗਏ ਆ ਇੱਕ ਪਠਾਨ ਨਾਲ ਪਾਸਾ ਖੇਡਦੇ ਕਹਿੰਦੇ ਹੁੰਦੇ ਸੀ ਵੀ ਜਿਹੜਾ ਆਪਦੇ ਵੱਡੇ-ਵਟੇਰਿਆਂ ਦਾ ਬਦਲਾ ਨਾ ਲਵੇ ਉਹ ਕੋਈ ਬੰਦਾ ਹੁੰਦਾ ਫਿਰ ਉਸ ਪਠਾਨ ਨੇ ਉਹਨਾਂ ਤੇ ਵਾਰ ਕੀਤਾ ਸੀ ਅਚਾਚ ਐ ਸ਼ੇਰੀ ਨੇ ਸਿਰ ਲਾਇਆ ਇਹ ਤਾਂ ਬਾਲੇ ਵਾਲੀ ਸੁਣੀ ਐ ਤੇ ਗੱਲ ਫੇਰ ਹੈਵੀ ਪੱਕੀ ਇਹ ਤਾਂ ਬਣੀ ਆਈ ਐ ਗੱਲੇ ਨੇ ਚਾਹ ਕੋਲਿਆਂ ਚ ਕੋਲਿਆਂ ਚ ਪਾਤੀ ਤੇ ਸਭ ਨੂੰ ਚਾਹ ਵੜਾਉਂਦੇ ਆ ਗੱਲਾਂ ਉਹਨੇ ਹੋਰ ਪਾਸੇ ਧੂਰ ਲੀਆਂ ਮੋਦਰ ਨੇ ਪਹਿਲੀ ਘੁੱਟ ਭਰੀ ਤਾਂ ਕਾਲਜੇ ਉੱਤੇ ਲੜ ਗਈ ਜਾਪੀ ਦੂਜੀ ਘੁੱਟ ਭਰੀ ਤਾਂ ਅੰਦਰੋਂ ਲਾਟਾਂ ਨਿਕਲਣ ਲੱਗ ਪਈਆਂ ਫਿਰ ਲੂ ਲੂ ਸੜਦਾ ਜਾਪਿਆ ਅੱਖਾਂ ਸੁੱਕੀ ਕਿਕਰ ਦੀ ਖੜਪਾੜ ਦੇ ਮੋٹے ਦਗ ਦੇ ਕੋਲਿਆਂ ਵਾਂਗ ਭਖਦੀਆਂ ਲੱਗੀਆਂ ਤੇ ਉਹਨੇ ਘੂਰ ਕੇ ਸ਼ੇਰੀ ਤੇ ਗਿਆਲੇ ਵਾਲ ਵੇਖਿਆ ਪਰ ਉਹ ਦੋਵੇਂ ਲਾਲੂ ਨਾਲ ਵਾਧੂ ਜੀਆਂ ਗੱਲਾਂ ਕਰਦੇ ਆ ਹੇੜੇ-ਹੇੜ ਕਰਦੇ ਹੱਸੀ ਜਾਂਦੇ ਸੀ। ਉਹਨਾਂ ਦਾ ਹਾਸਾ ਜਿਵੇਂ ਅੰਦਰਲੀ ਆਗ ਉਤੇ ਮਿੱਟੀ ਦੇ ਤੇਲ ਵਾਂਗ ਡੁੱਲੀ ਜਾਂਦਾ ਸੀ। ਉਹ ਦੋਵੇਂ ਭਾਵੇਂ ਉਹਦੇ ਬਚਪਨ ਦੇ ਯਾਰ ਸੀ ਪਰ ਜਿੱਦੋਂ ਦਾ ਉਹ ਕਬੀਲਦਾਰੀ 'ਚ ਰੁੱਝਿਆ ਸੀ ਉਦੋਂ ਦਾ ਮੇਲ-ਮਲਾਪ ਘਟ ਗਿਆ ਸੀ ਤੇ ਅੱਜ ਜਿ ਉਹਨੂੰ ਆਪਣੇ ਅਸਲੀ ਰੂਪ 'ਚ ਦੇਖੇ ਸੀ ਤੇ ਉਹਦਾ ਪਹਿਲਾਂ ਇਹਨਾਂ ਨਾਲ ਹੀ ਸਿੱਜਣ ਨੂੰ ਜੀ ਕਰਦਾ ਸੀ ਫੇਰ ਵੀ ਗੁੱਸਾ ਉੱਚ ਰਹਿਤੇ ਦੀ ਕੋ ਟੰਗ ਨਿਖਾਰ ਗਿਆ। ਪਰ ਇਹ ਵੀ ਉਹਨੂੰ ਆਪਣਾ ਗੀਦੀਪੁਣਾ ਜਾਪਿਆ। ਚੰਗਾ ਤਾਇਆ ਬਾਗਰੂ ਜੀ ਕੀ ਫਤਿਹ ਚਾਹ ਦੀ ਆਖਰੀ ਤੱਤੀ ਅੱਤ ਕੌੜੀ ਘੁੱਟ ਲੰਗਾ ਕੇ ਕੋਲੀ ਰੱਖਦੇ ਆ ਮੋਦਨ ਉੱਠ ਕੇ ਖੜਾ ਹੋ ਗਿਆ ਤੇ ਬਿਨਾ ਉਹਨਾਂ ਵੱਲ ਝਾਕਿਆ ਤੁਰ ਪਿਆ ਬਈ ਚਾਹ ਤਾਂ ਤੇਰੇ ਬੰਡੇ ਦੀ ਹੋਰ ਪਈਆ ਗੱਲੇ ਨੇ ਉੱਚੀ ਕਿਆ ਬਸ ਕਦੇ ਫੇਰ ਪੀਵਾਂਗੇ ਲਾਲੂ ਮੋਦਨ ਦੀ ਖਰਬੀ ਆਵਾਜ਼ ਤੇ ਉਹ ਚਾਂਚਾ ਉੱਠ ਕੇ ਟੁਰਨ ਉੱਤੇ ਜਿਵੇਂ ਹੈਰਾਨ ਹੋਇਆ ਤੇ ਉਹਦੇ ਮੂੰਹੋਂ ਕੋਈ ਗੱਲ ਨਹੀਂ ਨਿਕਲੀ ਮੋਦ ਦਾ ਕਿਤੇ ਗੱਲ ਤਾਂ ਵੱਟ ਤਾਂ ਨਹੀਂ ਖਾ ਗਿਆ ਮੁੰਡਿਓ ਲਾਲੂ ਨੇ ਉਹਨੂੰ ਖਿੜਕ ਲੰਘਦਿਆਂ ਵੇਖ ਕੇ ਬੜੀ ਦੱਬਵੀਂ ਆਵਾਜ਼ ਚ ਕਿਆ ਲੈ ਸ਼ੇਰੀ ਚੱਪ ਕੇ ਗੱਲ ਕਰਦੇ ਆਂ ਬੁੱਲੇ ਇਹੋ ਜਿਹਾ ਵੱਟ ਖਾਣ ਵਾਲਾ ਹੁੰਦਾ ਤਾਂ ਹੁਣ ਉਹਨੂੰ ਦੁਸ਼ਮਣਾਂ ਦੇ ਬੇੜੇ 'ਚ ਮਾਂਜਾ ਬਣ ਕੇ ਨਾ ਫਿਰਿਆ ਹੁੰਦਾ ਮੋਦਨ ਨੂੰ ਬਾੜੇ ਦੀ ਨਿੱਕੀ ਕੰਧ ਉੱਤੋਂ ਦੀ ਤਰ ਦੀ ਸ਼ੇਰ ਦੀ ਆਵਾਜ਼ ਸੁਣੀ ਤੇ ਉਹਦੇ ਪੈਰ ਥਿੜਕ ਗਏ ਇੱਕ ਵਾਰ ਉਹ ਪਛਾਣ ਮੋੜਨ ਲੱਗਿਆ ਪਰ ਅੱਖਾਂ ਸਾਹਮਣੇ ਜਿਵੇਂ ਸਭ ਕੁਝ ਨੇਰ ਗੁਬਾਰ ਹੋ ਗਿਆ ਕੰਧ ਨੂੰ ਹੱਥ ਲਾ ਕੇ ਉਹ ਸੰਭਲ ਗਿਆ ਫੇਰ ਕੁਝ ਸੁਰਤ ਸਿਰ ਹੋ ਕੇ ਲੰਮੀਆ ਪਲੰਘਾ ਪੁੱਟ ਦਾ ਘਰ ਵੱਲ ਮੁੜ ਪਿਆ ਰਾਤ 'ਚ ਉਹਨੂੰ ਕਈ ਬੰਦੇ ਮਿਲੇ ਪਰ ਕਿਸੇ ਦੀ ਪਛਾਣ ਨਹੀਂ ਆਈ ਦੋ ਜਣਿਆਂ ਨੇ ਤਾਂ ਉਹਨੂੰ ਬਾਜ਼ ਵੀ ਮਾਰੀ ਉਨ ਕੋਈ ਪਤਾ ਨਹੀਂ ਲੱਗਿਆ ਘਰ ਦੇ ਨੇੜੇ ਆ ਕੇ ਓਹ ਲੱਗਿਆ ਜਿਵੇਂ ਭੂਬਲ ਉਤੇ ਤੁਰਿਆ ਆ ਰਿਹਾ ਹੋਵੇ ਬੂਆ ਖੋਲਣ ਲੱਗਿਆਂ ਤਾਂ ਚਾਨਚਕ ਬਿਜਲੀ ਦੇ ਲਿਸ਼ਕਾਰੇ ਵਾਂਗ ਹੀ ਖਿਆਲ ਆਇਆ ਤੇ ਉਹਨੇ ਪੈਰੀ ਪਛਾਣ ਮੁੜ ਪਿਆ ਖੇਤਾਂ ਵਾਲੀ ਡੰਡੀ ਤੇ ਬੜਾਈ ਸੰਗੜਾ ਨੇਰਾ ਸੀ ਅਸਮਾਨ ਉੱਤੇ ਤਾਰਿਆਂ ਦੀ ਚਮਕ ਵੀ ਬੱਦਲਾਂ ਕਰਕੇ ਮੱਧਮ ਪੈ ਗਈ ਹੋਈ ਸੀ ਪਹੀ ਦੇ ਦੋਵੇਂ ਪਾਸੇ ਖੜੋਤੇ ਝਾੜ ਮਲਿਆਂ ਦੀਆਂ ਸ਼ਕਲਾਂ ਡਰਾਉਣੀਆਂ ਜੀਆਂ ਲੱਗਦੀਆਂ ਸੀ ਰੁੱਖਾਂ ਦੇ ਆਕਾਰ ਹੋਰ ਵੱਡੇ ਤੇ ਕੁ ਡੱਬੇ ਦੇ ਸੰਲਗ ਪਏ ਸੀ ਗੋਡੇ-ਗੋਡੇ ਹੋਈਆਂ ਸਾਵੀਆਂ ਕਾਲੀਆਂ ਕਣਕਾਂ ਹਰੇ ਕਚੂਰ ਛੋਲੇ ਪੀਲੀਆਂ ਪਈਆਂ ਸਰਵਾਂ ਦਾ ਇੱਕੋ ਕਾਲਾ ਰੰਗ ਦਿਸਦਾ ਸੀ ਪਹੀ ਦਾ ਰੇਤਾ ਕੱਕਰ ਵਾਂਗ ਠਰ ਗਿਆ ਹੋਇਆ ਸੀ ਤੇ ਉਹਦੀਆਂ ਜੁੱਤੀਆਂ ਦੇ ਤਲਿਆਂ ਵਿੱਚੋਂ ਦੀ ਕਦੀ-ਕਦੀ ਰੇਤੇ ਦੀ ਠਾਰੀ ਮਹਿਸੂਸ ਹੁੰਦੀ ਪਰੇ ਦੇ ਨਾਲ ਸੀਤ ਚੜਨ ਦੀ ਥਾਂ ਸਗੋਂ ਪਿੰਡੇ ਦੀ ਲੋ ਸੜਨ ਲੱਗ ਪੈਂਦੀ ਹੁਣ ਤਾਈ ਮੋਦਨ ਜਿਵੇਂ ਗੁੰਮ ਗਿਆ ਹੋ ਕੇ ਤੁਰਿਆ ਆਇਆ ਸੀ ਖੇਤ ਅਜੇ ਕੋਹ ਪਰ ਰਹਿਂਦਾ ਸੀ ਚਿੱਤ ਦੀ ਕਾਲ ਹੌਲੀ-ਹੌਲੀ ਮੱਠੀ ਪੈ ਰਹੀ ਸੀ ਉਹਦੇ ਨਾਲ ਹੀ ਤੌਰ ਵੀ ਮੱਠੀ ਪੈਂਦੀ ਜਾ ਰਹੀ ਸੀ ਕੀਚਰ ਕੇ ਧੋੜੇ ਕੋਲ ਆ ਕੇ ਉਹਨੇ ਸਿਰ ਤਾਂ ਚੱਕਿਆ ਤਾਂ ਧੋੜੇ ਉੱਤੇ ਖੜੋਤੇ ਪੁਰਾਣੇ ਵਣ ਦੇ ਸੁੱਕੇ ਤੇ ਵਿੰਗ ਤੜੰਗੇ ਡਾਣੇ ਉਹਨੂੰ ਟੁੰਡੇ ਦੀਆਂ ਬਾਹਾਂ ਵਰਗੇ ਜਾਪੇ ਐਸੇ ਵਣ ਨੇ ਉਹਨੂੰ ਬਚਪਨ ਤੋਂ ਹੁਣ ਤਾਈਂ ਦੀਆਂ ਨਿਕਾਂ ਗੱਲਾਂ ਦਾ ਇੱਕੋ ਸਾਹ ਚੇਤਾ ਕਰਵਾਤਾ ਤੇ ਜਦੋਂ ਮੋੜ ਨੀਵੀਂ ਪਾ ਕੇ ਗਾਂ ਤੁਰਿਆ ਤਾਂ ਇੱਕ ਗੱਲ ਕੁੱਤੇ ਮੱਖੀ ਵਾਂਗ ਮੜਮੜੋ ਦੇ ਸਿਰ ਦੁਆਲੇ ਭਿੰਕਦੀ ਜਾਪੀ ਉਹ ਬੰਦੇ ਇਸੇ ਵਣ ਹਿੱਟ ਹੋ ਗਏ ਸੀ ਤੇ ਫਿਰ ਇਸ ਗੱਲ ਨਾਲ ਹੋਰ ਕਿੰਨੀਆਂ ਗੱਲਾਂ ਜੁੜੀਆਂ ਜਿਵੇਂ ਕਿਸੇ ਨੇ ਉਸ ਟੁੰਡੇ ਵਣ ਦੇ ਲੱਗੇ ਮਖਿਆਲ ਤੇ ਰੋੜਾ ਮਾਰਤਾ ਹੋਵੇ ਮਦਨ ਨੂੰ ਆਪਣੇ ਪਿਓ ਦਾ ਲੰਮਾ ਪਤਲਾ ਮਲੂਕ ਜਿਹਾ ਬੱਗਾ ਚਿਹਰਾ ਦਿਸਿਆ ਉਹਦਾ ਨਿਰਛਲ ਮੱਧਮ ਹਾਸਾ ਸੁਣਿਆ ਤੇ ਫਿਰ ਉਹ ਡੱਬੀਆਂ ਵਾਲੇ ਖੇਸ ਦੀ ਬੁੱਕਲ ਮਾਰੀ ਵੇੜੇ 'ਚ ਸਬਾਤ ਮੂਰੇ ਡਾਈ ਮੰਜੀ ਉੱਤੇ ਤੁੱਪੇ ਕੇਸ ਵੋਂਦਾ ਦਿਸਿਆ ਉਦੇ ਸਿਰ ਦੇ ਵਾਲ ਅਜੇ ਅੱਧਿਓਂ ਬਹੁਤੇ ਕਾਲੇ ਅੱਧਿਓਂ ਬਹੁਤੇ ਕਾਲੇ ਸੀ ਪਰ ਦਾੜੀ ਸਾਰੀ ਬੱਗੀ ਹੋ ਗਈ ਸੀ ਕੋਈ ਕੋਈ ਕਾਲਾ ਵਾਲ ਰਹਿ ਗਿਆ ਜੇਲ੍ਹ ਜਾਣ ਤੋਂ ਪਹਿਲਾਂ ਤਾਂ ਉਹਦੀ ਅੱਧੀ ਦਾੜੀ ਕਾਲੀ ਸੀ ਇਹ ਡੇਢ ਬਰੇ ਵਿੱਚ ਇੰਡੀ ਛੇਤੀ ਇੰਨੀ ਬੱਗੀ ਕਿਵੇਂ ਹੋ ਗਈ ਸੀ ਤੂੰ ਬਰਿਆਂ ਦੀਆਂ ਗੱਲਾਂ ਕਰਦਾ ਸਾਉ ਚੋਰਾ ਤੇ ਨਮੋਸ਼ੀ ਦਾ ਸੱਤਾਂ ਦਿਨਾਂ ਚ ਬੰਦੇ ਨੂੰ ਬੁੜਾ ਕਰ ਦਿੰਦੇ ਐ ਉਹਨੂੰ ਲਾਲੂ ਵਰਗੇ ਕਿਸੇ ਸਿਆਣੇ ਦੀ ਬਾਤ ਸੁਣੀ ਪਰ ਸ਼ਕਲ ਦੀ ਪਛਾਣ ਨਹੀਂ ਆਈ ਬਾਤ ਅਜੇ ਵੀ ਸੁਣ ਰਹੀ ਸੀ ਆਪਣੇ ਇੱਕ ਬੁੜਾ ਹੁੰਦਾ ਸੀ ਨਿਧਾਨਾ ਇਹ ਤੇਰੀ ਸੁਰਤੋਂ ਪਹਿਲਾਂ ਦੀਆਂ ਗੱਲਾਂ ਐ ਉਹਦੇ ਪੰਜ ਮੁੰਡੇ ਸੀ ਥੰਮਾ ਅਰਗੇ ਗਬਰੂ ਛੋਟੀ ਉਮਰ ਦੀ ਔਲਾਦ ਬਰਾਬਰ ਦੀ ਹੁੰਦੀ ਆ ਉਹ ਵੀ ਉਹਨਾਂ ਦਾ ਵੱਡਾ ਭਰਾ ਹੀ ਲੱਗਦਾ ਸੀ ਅਜੇ ਵੱਡੇ ਮੁੰਡੇ ਦੀ ਤਾਂ ਦਾੜੀ ਕਿਸੇ ਰੋਕ ਕਰਕੇ ਚਿੱਟੀ ਹੋ ਚੱਲੀ ਸੀ ਪਰ ਪਿਓ ਦੇ ਇੱਕ ਥੋੜਾ ਨਹੀਂ ਸੀ ਆਇਆ ਕੱਤੇ ਦੀ ਬਿਮਾਰੀ ਚ ਉੱਪਰਲੀ ਉਪਰੋਂ ਥੱਲੀ ਪੰਜ ਮਰ ਗਏ ਲੈ ਭਾਈ ਨਧਾਨੇ ਦੀ ਸਾਰੀ ਦਾੜੀ 1 ਮਹੀਨੇ ਦੇ ਅੰਦਰ ਅੰਦਰ ਬੱਗੀ ਹੋ ਗਈ ਸੀ ਇਹ ਤਾਂ ਮੈਂ ਆਪਦੇ ਅੱਖੀਂ ਵੇਖਿਆ ਕੀ ਵੇਖਿਆ ਏ ਤੂੰ ਇਸ ਬੋਲਣ ਵਾਲੇ ਨੂੰ ਜਿਵੇਂ ਇੱਕ ਰੁੱਖੜ ਸਿਪਾਈ ਗਾਲ ਕੱਢ ਕੇ ਛਿੜਕ ਰਿਹਾ ਸੀ ਬੋਲ ਕਿ ਵੇਖਿਆ ਕੁਛ ਨਹੀਂ ਹਜੂਰ ਮੈਂ ਕੀ ਵੇਖਣਾ ਸੀ ਮੈਂ ਤਾਂ ਉਹੀ ਗੱਲ ਕਰਦਾ ਸੀ ਤੇ ਫਿਰ ਇਹ ਲਾਲ ਪੱਟੀਆਂ ਤੇ ਭਾਰੇ ਬੂਟਾਂ ਵਾਲੇ ਜਿਉਂਦੇ ਜੰਮਦੂ ਧਗੜ ਧਗੜ ਕਰਦੇ ਉਹਨਾਂ ਦੇ ਅੰਦਰ ਆ ਬੜੇ ਸੀ ਉਹਦੇ ਬਾਪੂ ਨੂੰ ਉਹਨਾਂ ਨੇ ਸਬਾਤ ਦੇ ਅੰਦਰੇ ਘੇਰ ਲਿਆ ਸੀ ਤਿੰਨ ਸਿਪਾਈ ਘਰ ਦੇ ਬਾਹਰ ਪੈਰਾ ਦੇ ਰਹੇ ਸਨ ਜਿਵੇਂ ਉਹਨਾਂ ਕਿਸੇ ਗੜੀ ਨੂੰ ਘੇਰਾ ਪਾਇਆ ਹੋਵੇ ਪਿੰਡ ਦੇ ਨਿਆਣਿਆਂ ਨੂੰ ਜਿਹੜੇ ਦੂਰ ਡਰੀਆਂ ਸემი ਅੱਖਾਂ ਨਾਲ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ઠાણેદાર ਗਾਲਾਂ ਕੱਢਦੇ ਆ ਮੁਰਮੁਰੇ ਇਹੋ ਗੱਲ ਪੁੱਛ ਰਿਹਾ ਸੀ ਮੈਂ ਜਦ ਤੁਹਾਨੂੰ ਸੱਤ ਵਾਰੀ ਦੱਸਤਾ ਵੀ ਮੈਨੂੰ ਕੋਈ ਪਤਾ ਨਹੀਂ ਖ਼ਬਰੇ ਕਿੱਥੋਂ ਆਈ ਸੀ ਕਿੱਥੇ ਗਈ ਨਾ ਦੱਸ ਕੇ ਆਇਆ ਇਹਨਾਂ ਦੱਸ ਕੇ ਗਏ ਪਾਲੇ ਦੀਆਂ ਸਾਉ ਨਰਮ ਅੱਖਾਂ ਭਾਖੂਟੀਆਂ ਸੀ ਤੇ ਉਹਦੀ ਆਵਾਜ਼ ਖਰ ਵੀ ਹੋ ਗਈ ਸੀ ਮੇਰੇ ਕੀ ਉਸ ਆਕਸਬੰਦੀ ਸੀ ਅੱਧੀ ਰਾਤ ਨੂੰ ਆਵੜੇ ਅਧਿੰਗੀ ਨਾਲ ਉਹਨਾਂ ਨੇ ਕਹਿਤਾ ਵੀ ਅਸੀਂ ਭਾਈ ਰਾਹੀ ਆ ਰਾਤ ਕੱਟਣੀ ਐ ਹੁਣ ਜੇ ਐ ਕੋਈ ਆ ਜਾਏ ਤਾਂ ਉਹਨੂੰ ਘਰੋਂ ਕੱਢਿਆ ਜਾਂਦਾ ਅਸੀਂ ਰੋਟੀ ਪਾਣੀ ਵੀ ਖਵਾਇਆ ਕੋਈ ਕੂੜ ਨਹੀਂ ਮਾਰਦੇ ਮੰਜੇ ਬਿਸਤਰੇ ਵੀ ਦਿੱਤੇ ਪਰ ਸਾਨੂੰ ਕੀ ਸੁਪਨਾਉਂਦਾ ਬਈ ਉਹ ਕੋਈ ਚੋਰ ڈاکੂ ਹੈ ਉਹਨਾਂ ਦੇ ਮੱਥੇ ਤੇ ਲਿਖਿਆ ਸੀ ਵੀ ਉਹ ਮਾੜੇ ਬੰਦੇ ਆ ਸਾਡਾ ਕਸੂਰਤਾ ਦੱਸੋ ਫਿਰ ਤੇ ਥਾਣੇਦਾਰ ਮੋਦਨ ਦੇ ਪਿਓ ਨੂੰ ਇਉਂ ਮੂਰੇ ਬੋਲਦਿਆਂ ਸੁਣ ਕੇ ਸਿਰ ਤੋਂ ਪੈਰਾਂ ਤਾਈ ਕੰਬਦਾ ਲੱਗਿਆ ਫਿਰ ਉਹਨੇ ਨਿੱਗਰ ਘੱਗੀ ਤੇ ਕੰਬ ਦੀ ਆਵਾਜ਼ ਖੱਬੇ ਸੱਜੇ ਖੜੋਤੇ ਦੁਆਂ ਸਪਈਆਂ ਨੂੰ ਹੁਕਮ ਦਿੱਤਾ ਐ ਨਹੀਂ ਸਿੱਧੀਆਂ ਉਂਗਲਾਂ ਨਾਲ ਘਿਓ ਨਿਕਲਦਾ ਹੁਣ ਇਹਨਾਂ ਦੀਆਂ ਤੀਵੀਆਂ ਨੂੰ ਨੰਗੀਆਂ ਕਰੋ ਚਿਕਾਂ ਕੁਕਾ ਮਾਰਦਿਆਂ ਮੋਦਨ ਦੀ ਮਾਂ ਨੇ ਥਾਣੇਦਾਰ ਦੇ ਪੈਰਾਂ ਤੇ ਚੁੰਨੀ ਧਰੀ ਤੇ ਉਦੋਂ ਹੀ ਕੋਲ ਖੜੋਤਾ ਕਣਾ ਨੰਬਰਦਾਰ ਸੰਗਣੀ ਦਾੜੀ ਤੇ ਹੱਥ ਫੇਰਦਿਆਂ ਬੋਲਿਆ ਸੀ ਚਲੋ ਮਾਫੀ ਦੇ ਦਿਓ ਸਰਦਾਰ ਸਾਹਿਬ ਹੋਰ ਜਿਹੜੀ ਕਾਨੂੰਨੀ ਕਾਰਵਾਈ ਕਰਨੀ ਹੈ ਉਹ ਕਰੋ ਐ ਨਹੀਂ ਐ ਨਾ ਕਰੋ ਤੁਹਾਡੀ ਮਿਹਰਬਾਨੀ ਇਹ ਕਾਨੂੰਨੀ ਕਾਰਵਾਈਆਂ ਨਾਲ ਮੰਨਦੇ ਆ ਦੰਦਿਆਂ ਪੀਂਦਿਆਂ ਥਾਣੇਦਾਰ ਨੇ ਮੋਦਨ ਦੀ ਮਾਂ ਨੂੰ ਧੱਕਾ ਦੇ ਕੇ ਵੇੜੇ ਦੀ ਕੰਧ ਨਾਲ ਮਾਰਿਆ ਤੇ ਗਾਂ ਵਾਦ ਕੇ ਪਾਲੇ ਦੀ ਦਾੜੀ ਫੜ ਕੇ ਖਿੱਚਦਿਆਂ ਉਦੀ ਪਿੱਠ ਤੇ ਡੰਡੇ ਵਰਾਉਣ ਲੱਗ ਪਿਆ ਸੀ ਮੋਦਨ ਦੀ ਅੱਖਾਂ ਸਾਹਮਣੇ ਇੱਕਦਮ ਮੁੜ ਨੇਰ ਗੁਬਾਰਛ ਆ ਗਿਆ ਉਹਨੂੰ ਆਪਣਾ ਪਿੰਡਾ ਫੇਰ ਵੱਲ ਦਾ ਜਾਪਿਆ ਅੱਖਾਂ ਦੇ ਛੱਪਰ ਕਾਕੀਆਂ ਉੱਤੇ ਤੁਰਤ ਤਲੱਪੇ ਖੁਰਪੇ ਤੇ ਤਿੱਖੇ ਮੂੰਹ ਆਂਗ ਵੱਜਦੇ ਲੱਗੇ ਤੇ ਫਿਰ ਚਾਨ ਚੱਕ ਅੱਖਾਂ ਖੁੱਲੀਆਂ ਦੀ ਖੁੱਲੀਆਂ ਰਹਿ ਗਈਆਂ ਸਾਹਮਣੇ ਦਿਸਦੇ ਭਾਰੇ ਮੁੱਢ ਵਾਲੇ ਰੁੱਖ ਖੇਡ ਕੋਈ ਬੰਦਾ ਖੜੋਤਾ ਸੀ ਉਹਦਾ ਆਕਾਰ ਵੱਧ ਕੇ ਹੌਲੀ ਹੌਲੀ ਰੁੱਖ ਦੇ ਬਰਾਬਰ ਦਾ ਹੋ ਗਿਆ ਉਸ ਅਸਮਾਨ ਤੱਕ ਫੈਲ ਗਿਆ ਤੇ ਫਿਰ ਧੂਆ ਬਣ ਕੇ ਚਾਰੇ ਪਾਸੇ ਖਿਲਰ ਗਿਆ ਹੁਣ ਹਨੇਰੇ 'ਚ ਹੱਥ ਮਾਰਿਆ ਨਹੀਂ ਸੀ ਦਿਸਦਾ ਮੋਦਨ ਦੀਆਂ ਅੱਖਾਂ ਚਮਕੀਆਂ ਤੇ ਸਿਰ ਵਿੱਚ ਹੁੰਦੀ ਸਾਹ ਸਾਹ ਚਰਨਾਟ ਬਣ ਕੇ ਸਾਰੀਆਂ ਨਾੜਾਂ 'ਚ ਫੂਸ ਦੀ ਆਗ ਵਾਂਗ ਖਿਲਰਨ ਲੱਗ ਪਈ ਫੂਕ ਦੂੰ ਮੇਰੇ ਪਤਿਆਰਿਆਂ ਨੂੰ ਉਹਨੇ ਤਾਂ ਬਾਹ ਲਾਰਕੇ ਕਲਕਾਰੀ ਮਾਰੇ ਤੇ ਆਪਣੀ ਦੰਦ ਕਿਰਚ ਕਿਰਚੋਂ ਨੂੰ ਇਹ ਸੁਣੀ ਜਿਵੇਂ ਕੋਈ ਚੱਕੀ 'ਚ ਸੁੱਕੇ ਹੱਡ ਪੀਰਿਆ ਹੋਵੇ ਫੂਕ ਦੂੰ ਇੱਕ ਕਲਕਾਰੀਓ ਨੇ ਦੋਹਾਂ ਬਾਹਾਂ ਉਤਾਂ ਚੁੱਕੇ ਹੋਰ ਮਾਰੀ ਤੇ ਉਹਦੀ ਗੂੰਜ ਪਿੰਡ ਤਾਈ ਸੁਣਾਈ ਦਿੱਤੀ। ਉੱਥੇ ਹੀ ਉਹ ਸਿਰ ਮਦਾਨ ਆਪਣੇ ਖੇਤ ਦੀ ਸੇਧ ਲੈ ਕੇ ਬਾਣਾ ਵਿੱਚ ਦੀ ਪੰਜ ਤੁਰਿਆ। ਸਾਰਾ ਸਰੀਰ ਗੱਡੇ ਦੀ ਧੁਰ ਵਾਂਗ ਬੱਜਰ ਹੋ ਗਿਆ ਸੀ। ਕਿਸੇ ਅੰਗ 'ਚ ਲਚਕ ਨਹੀਂ ਸੀ ਰਹੀ। ਪੈਰਾਂ ਹੇਠ ਧਮਕਦੀ ਧਰਤੀ ਨਾਲ ਰੁੱਖਾਂ ਦੇ ਪੱਤੇ ਬਿਨਾਂ ਹਵਾ ਤੋਂ ਹੀ ਖੜਖੜਾਉਣ ਲੱਗ ਪਏ ਤੇ ਜਾਪਦਾ ਸੀ ਹੁਣ ਉਹ ਭੀਮਸੈਨ ਵਾਂਗ ਲੱਤਾਂ ਲੱਤੋਂ ਫੜ ਕੇ ਹਾਥੀ ਵੀ ਇੰਨੀ ਦੂਰ ਭਗਾ ਸਕਦਾ ਸੀ ਕਿ ਉਹ ਉ ਤਾਂ ਖਲਾਚੀ ਘੁੰਮਦੇ ਰਹਿਣੇ ਹੀ ਟੇਹਣਾ ਡਿੱਗ ਸਕਣ ਤੇ ਖੇਤ ਟਾਲੀ ਦੇ ਮੁੱਢ ਨਾਲ 4 ਦਿਨ ਪਹਿਲਾਂ ਕੁਜੇ ਚ ਪਾ ਕੇ ਦੱਬਿਆ 6 ਗੋਲੀ ਦਾ ਪਿਸਤੌਲ ਉਂਗਲਾ ਨਾਲੀ ਮਿੱਟੀ ਖੁਰਚ ਕੇ ਪਾਸੇ ਕਰਦੇ ਆ ਕੱਢ ਲਿਆ ਉਹਦੀ ਨਿੱਗੀ ਮੁੱਠ ਨੂੰ ਮਿੱਟੀ ਲਿਬੜੇ ਹੱਥਾਂ ਨਾਲ ਘੁੱਟਦੇ ਆ ਟਾਲੀ ਦੀਆਂ ਡਾਣੀਆਂ ਵੱਲ ਸੇਦ ਕੇ ਘੋੜਾ ਵਰਾਤਾ 3 ਦੀ ਤਿੱਖੀ ਆਵਾਜ਼ ਨਾਲ ਗੋਲੀ ਪੱਤਿਆਂ ਵਿੱਚੋਂ ਦੀ ਸ਼ੂਕ ਦੀ ਲੰਗੀ ਤੇ ਸੁੱਕੇ ਪੱਤੇ ਡਰਾਣੀ ਜੀ ਖੜਕਾਟ ਧਾਨ ਡਿੱਗਦੇ ਸੁਣੇ ਗੋਲੀ ਚੱਲਣ ਪਿੱਛੋਂ ਇੱਕਦਮ ਇੰਨੀ ਸੰਘਣੀ ਚੁੱਪ ਛਾ ਗਈ ਕਿ ਪੱਤਿਆਂ ਦੇ ਡਿੱਗਣ ਦਾ ਖੜਾਕ ਵੀ ਸਾਫ਼ ਸੁਣਿਆ ਚਿੱਤ ਕਿਸੇ ਗੁੱਜੀ ਤਸੱਲੀ ਨਾਲ ਧੜਕਣ ਲੱਗ ਪਿਆ ਪਰ ਨਾਲ ਹੀ ਅੰਦਰਲੀ ਅੱਗ ਦੀਆਂ ਲਾਟਾਂ ਵੀ ਹੋਰ ਉੱਚੀਆਂ ਹੋ ਗਈਆਂ ਪਿਸਤੌਲ ਡੱਬ 'ਚ ਟੰਗ ਲਿਆ ਤੇ ਭੋਥਾ ਚੰਗੀ ਤਰ੍ਹਾਂ ਕੱਸ ਕੇ ਮੁੜ ਕੁਜੇ 'ਚ ਹੱਥ ਮਾਰਿਆ 5-7 ਰੋਂਦ ਹੋਰ ਸਾਨੂੰ ਚੁੱਕ ਕੇ ਜੇਬ 'ਚ ਪਾ ਲਏ ਤੇ ਕੁਝੇ ਨੂੰ ਮੜ ਟੋਏ 'ਚ ਸੁੱਟ ਕੇ ਪੈਰਾਂ ਨਾਲ ਮਿੱਟੀ ਪਾ ਕੇ ਦੱਬ ਦਿੱਤਾ। ਵਾਪਸ ਮੁੜਦੇ ਆ ਆਪਣੇ ਛੋਲਿਆਂ ਵਾਲੇ ਕਿਆਰਿਆਂ ਕੋਲੋਂ ਲੰਘਣ ਲੱਗਿਆਂ ਸਰਸਿਨੀ ਨਿਗਾ ਖੱਬੇ ਸੱਜੇ ਮਾਰੀ ਤੇ ਕਈ ਦਿਨ ਪਹਿਲਾਂ ਛੋਟੇ ਦੀ ਗੱਲ ਦਾ ਚਾਨ ਚਾਕੀ ਚੇਤਾ ਆ ਗਿਆ। ਆਥਣ ਵੇਲੇ ਨੱਕੇ ਛੱਡਦੇ ਆ ਜਦੋਂ ਵਟਾਂ ਤੇ ਤੁਰਿਆ ਫਿਰਦਾ ਸੀ ਤਾਂ ਉਹਨਾਂ ਦਾ ਜੰਮ ਵੇਖ ਕੇ ਉਹ ਕਿਹਾ ਸੀ ਉਸ ਕਿਹਾ ਸੀ ਬਾਈ ਛੋਲੇ ਤਾਂ ਹੁਣ ਐਂ ਕਹਿੰਦੇ ਆ ਭਾਵੇਂ ਬੰਦਾ ਮਾਰ ਦੇ। ਛੁਡਾਵਾਂਗੇ ਅਸੀਂ ਪਰ ਨਾਲ ਹੀ ਉਹਨੇ ਕਿਤੇ ਨਜ਼ਰ ਵੀ ਨਾ ਲੱਗ ਜੇ ਕਹਿ ਕੇ ਥੁੱਕ ਦਿੱਤਾ ਸੀ ਪਰ ਇਹਦੇ ਨਾਲ ਹੀ ਕਿਸੇ ਹੋਰ ਗੱਲ ਦਾ ਕੋਈ ਚੇਤਾ ਨਹੀਂ ਸੀ ਆ ਰਿਹਾ ਸਿਰਫ ਘਣੇ ਨੰਬਰਦਾਰ ਦਾ ਿਕਣਾਉਣਾ ਚਿਹਰਾ ਅੱਖਾਂ ਸਾਹਮਣੇ ਆ ਗਿਆ ਸੀ ਕੁੱਡਣ ਵਰਗੇ ਸੜੇ ਚਿਹਰੇ ਉੱਤੇ ਢਿਲ ਗਿਆ ਨੱਕ ਤੇ ਸੰਘਣੀ ਚਾਹੇ ਦੇ ਕੰਡਿਆਂ ਵਰਗੀ ਦਾੜ੍ਹੀ ਤੇ ਮੁੱਛਾਂ ਦਾ ਖਿਆਲ ਕਰਕੇ ਉਹਨੂੰ ਸੂਕ ਜੀ ਆਈ ਤੇ ਪਿੰਡੇ 'ਚੋਂ ਫਿਰ ਸਹਿ ਸੇਕ ਮਾਰਨ ਲੱਗ ਪਿਆ ਪਹੀ ਪੈਣ ਲੱਗਿਆ ਉਹਨੇ ਪਿਸਤੌਲ ਕੱਢ ਕੇ ਹੱਥ ਫੜ ਲਿਆ ਤੇਰਾ ਤਾਂ ਪੈਰ ਮਲਦਿਆਂ ਉਹਨੂੰ ਬੜੇ ਧਿਆਨ ਨਾਲ ਜਾਚਿਆ। ਉਹਦਾ ਕਾਲਾ ਆਕਾਰ ਬੜਾ ਭਿਆਨਕ ਲੱਗਿਆ। ਇਸ ਨਾਲ ਚਿੱਤ ਨੂੰ ਕੋਈ ਨਿੱਗੀ ਤਸੱਲੀ ਹੋਈ। ਅਸਮਾਨ ਉੱਤੇ ਖਿਲਰੇ ਬੱਦਰਾਂ ਦਾ ਬੱਦਲਾਂ ਕਰਕੇ ਹਨੇਰਾ ਵੱਧ ਗਿਆ ਸੀ। ਤੁਰਨ ਲੱਗਿਆ ਤਾਂ ਖਾਲ ਦੀ ਵੱਟ ਉੱਤੇ ਪੈਰ ਤਿਲਕ ਗਿਆ ਪਰ ਭੁਲੇਖਾ یوں ਪਿਆ ਜਿਵੇਂ ਪਿੱਛੋਂ ਕਿਸੇ ਨੇ ਫੜ ਕੇ ਪੈਰ ਖਿੱਚ ਲਿਆ ਹੋਵੇ। ਭੌਂ ਕੇ ਪਿਛਾਂ ਤੱਕਿਆ ਦੂਰ ਤੱਕ ਬਿਨਾਂ ਨਿੱਕੇ ਵੱਡੇ ਰੁੱਖਾਂ ਦੇ ਕਾਲੇ-ਕਾਲੇ ਆਕਾਰਾਂ ਤੋਂ ਕੁਝ ਨਹੀਂ ਦਿਸਿਆ। ਪਹੀ ਪੈੰਦੇ ਆੱਖਾਂ ਸਾਹਮਣੇ ਫੇਰ ਗੁਬਾਰਚ ਆ ਗਿਆ ਪਰ ਜਾਪਦਾ ਇੰਜ ਸੀ ਜਿਵੇਂ ਸਾਹਮਣੇ ਉੱਠਦੀ ਕਾਲੀ ਘਟ ਕਰਕੇ ਹੋਵੇ ਤੋਰ ਇੱਕ ਵਾਰ ਫੇਰ ਤਾਂ ਮੱਠੀ ਪਈ ਤੇ ਮੁੜ ਪੈ ਰਿਹਾ ਉੱਠਣ ਲੱਗ ਪਏ ਜਿਵੇਂ ਪਹੀ ਚ ਸੂਲਾ ਕੰਡੇ ਖਿਲ ਰਹੇ ਹੋਣ ਤੋਰ ਥੜਕਵੀ ਹੋ ਗਈ ਪਿਸਤਾਲ ਵਾਲਾ ਹੱਥ ਜਿਵੇਂ ਕੰਬਣ ਲੱਗ ਪਿਆ ਤੇ ਕਿਸੇ ਕਾਰਨ ਉਪਰ ਆ ਭੈ ਸਾਰਾ ਸਰੀਰ ਜਿਵੇਂ ਸਿਲ ਪੱਥਰ ਹੋ ਗਿਆ ਤੇ ਉੱਪਰ ਆ ਭੈ ਵੀ ਮਹਿਸੂਸ ਹੋਇਆ ਜਿਵੇਂ ਮਗਰ ਤੁਰਿਆ ਆਉਂਦਾ ਕੋਈ ਉਹਨੂੰ ਵੇਖ ਰਿਆ ਹੋਵੇ ਤਰਹਿ ਕੇ ਇੱਕ ਦੋ ਵਾਰੀ ਪਛਾਂ ਵੀ ਵੇਖਿਆ ਪਰ ਦੂਰ ਤੱਕ ਪਹੀ ਸੁੰਨੀ ਸੀ ਸਾਹਮਣੇ ਵੀ ਕੁਝ ਵਿਖਾਈ ਨਹੀਂ ਸੀ ਤੰਦਾ ਬੁਲੇਵੇਂ ਖਾਂਦੀ ਪਹੀ ਛੀਂਬੇ ਸੱਪ ਵਾਂਗ ਪਸਰੀ ਹੋਈ ਸੀ ਪਰ ਪਿੰਡੋਂ ਅੱਧ ਕੁ ਕੋਹਰਾ ਫੁੱਲ ਰਾਂ ਦੇ ਖੇਤਾਂ ਵਾਲੀ ਡੰਡੀ ਤੇ ਦੋ ਬੰਦੇ ਆਉਂਦੇ ਦਿਸੇ ਉਹ ਵੇਖਣਸਾਰ ਥਾਂ ਹੀ ਰੁਕ ਗਿਆ ਉਹ ਪਹੀ ਵਾਲੀ ਤੁਰੇ ਆ ਰਹੇ ਸੀ ਚੁੱਪਚਾਪ ਊਤਾ ਵਾਂਗ ਕਾਲੇ ਕਲੁੱਟੇ ਮੂਰਲਾ ਬੰਦਾ ਬਿੰਦੇ 'ਚ ਟੇ ਖੰਗੂਰਾ ਮਾਰਦਾ ਤੇ ਉਹਦੀ ਆਵਾਜ਼ ਠੱਠੇ ਦੀ ਬੜ ਕੰਗ ਸੁਣਦੀ ਭੁਲੇਖਾ ਵੀ ਪੈਂਦਾ ਸੀ ਪਰ ਸੱਚ ਨਹੀਂ ਸੀ ਆਉਂਦਾ ਇਹ ਕਿਵੇਂ ਹੋ ਸਕਦਾ ਕਿਹੜਾ ਪਹੀ ਦੇ ਨੇੜੇ ਆ ਕੇ ਅਗਲੇ ਬੰਦੇ ਨੇ ਰਤਾ ਕੁਰਖਤ ਆਵਾਜ਼ ਚ ਜਿਵੇਂ ਲਲਕਾਰਾ ਮਾਰਿਆ ਹੁਣ ਕੋਈ ਭੁਲੇਖਾ ਨਹੀਂ ਸੀ ਤੇ ਮੋਦਨ ਦਾ ਪਿਸਤੌਲ ਵਾਲਾ ਹੱਥ ਰੰਬੇ ਦੇ ਦਸਤੇ ਵਾਂਗ ਆਕੜ ਕੇ ਉਂਗਲਾਂ ਹੱਥੀਂ ਚ ਖੁੱਭ ਗਈਆਂ ਪਿੰਡਾ ਉਤੋਂ ਉਤੋਂ ਲੋਹੀ ਦਾ ਜਪਣ ਲੱਗ ਪਿਆ ਤੇ ਅੱਖਾਂ ਚ ਤਪੇ ਫਾਲੇ ਚ ਨਿਕਲਦੇ ਸੀਗ ਨਾਲ ਡੇਲੀਆਂ ਜਿਵੇਂ ਪੰਗਰਨ ਲੱਗ ਪਈਆਂ ਵੀ ਕਿਹੜਾ ਤੂੰ ਉਹਨੂੰ ਇੰਜ ਡਰਨੇ ਵਾਂਗ ਪਹੀ ਦੇ ਵਿੱਚ ਘਾਰ ਖੜੋਤੇਆਂ ਵੇਖ ਕੇ ਉਸ ਬੰਦੇ ਨੇ ਫੇਰ ਲਲਕਾਰ ਕੇ ਪੁੱਛਿਆ ਤੈਨੂੰ ਕਿਹੜਾ ਚਾਹੀਦਾ ਮੋਦਰ ਨੇ ਖੇਸ ਦੀ ਬੁੱਕਲ ਲਾਉਂਦੇ ਆ ਧੀਮੀ ਪਰ ਕਾਠੀ ਬਾਜ ਗਿਆ ਤੇ ਵੱਧ ਕੇ ਦੋ ਕਰਮ ਅਗਾਹ ਹੋ ਗਿਆ ਉਹ ਦੋਏ ਬੰਦੇ ਤੇ ਰਹਿ ਗਏ ਫਿਰ 15-20 ਕਰਮਾਂ ਦੀ ਵਿੱਥ ਤੇ ਖੜੋ ਗਏ ਮੋਦਰ ਨੂੰ ਹੁਣ ਉਹਨਾਂ ਦੇ ਆਕਾਰ ਸਾਫ਼ ਦਿਸ ਰਹੇ ਸਨ ਮੁਰਲੇ ਨੇ ਖੇਸ ਦੀ ਬੁੱਕਲ ਮਾਰ ਕੇ ਮੋਢੇ ਉੱਤੇ ਸੇਲਾ ਧਰਿਆ ਹੋਇਆ ਸੀ ਤੇ ਮਗਰਲੇ ਦੇ ਇੱਕ ਮੋਢੇ ਉੱਤੇ ਕਹੀ ਤੇ ਸਲੰਗ ਸੀ ਮੂਰਲੇ ਨੇ ਹੁਣ ਪਛਾਹ ਪੌ ਕੇ ਮਗਰਲੇ ਨਾਲ ਹੌਲੀ ਦੇਣੇ ਕੋਈ ਗੱਲ ਵੀ ਕੀਤੀ ਸੀ ਤੇ ਫਿਰ ਦੋ ਕਦਮ ਪਛਾਟ ਗਿਆ ਸੀ ਐਂ ਬੋਲਦਾ ਹੈ ਖੈਰ ਹੈ ਐਤ ਕੀ ਅਗਲੇ ਬੰਦੇ ਦੀ ਵਾਰ ਚ ਖਰਵਾਪਣ ਰਤਾ ਵਧੇਰੇ ਸੀ ਖੈਰ ਦਾ ਤਾਂ ਹੁਣ ਲੱਗ ਜੂ ਪਤਾ ਮੋਦਨ ਸ਼ਰਾਬੀਆਂ ਵਾਂਗ ਥਿੜਕਦੇ ਪੈਰੀਂ ਗਾਂ ਵਧਰਿਆ ਬੋਲੇ ਆ ਤੇ ਉਹਦੀ ਆਕੜੀ ਕਰੜੀ ਉਂਗਲ ਪਿਸਤੌਲ ਦੇ ਘੋੜੇ ਉੱਤੇ ਜਾਟ ਗਈ ਕਿਹੜਾ ਮੋਦਨ ਹੀ ਐ ਨਾ ਤੂੰ ਬਾਲੇ ਦਾ ਮੈਂ ਕਣਾਂ ਕਿਤੇ ਪਿਓ ਵਾਂਗੂ ਚੌਰ ਚੌਰ ਚ ਸ਼ੇਰ ਦੀ ਪੂਛ ਨੂੰ ਹੱਥ ਨਾਲ ਲਾ ਬੈਠੇ ਤੇ ਉਹਨੇ ਸੇਲਾ ਮੋਢਿਆਂ ਉਂ ਲਾ ਕੇ ਦੋਹਾਂ ਹੱਥਾਂ ਚ ਕੱਸ ਕੇ ਫੜਦਿਆਂ ਸਿੱਧਾ ਕਰ ਲਿਆ ਮੋਢਨ ਦਾ ਸਰੀਰ ਟਣਿਆ ਗਿਆ ਅੱਖਾਂ ਸਾਹਮਣੇ ਇੱਕ ਵਾਰ ਮੋਢੇ ਹਨੇਰਾ ਜਿਹਾ ਆਇਆ ਫਿਰ ਸੱਜਾ ਹੱਥ ਜਿਵੇਂ ਆਪਣੇ ਆਪ ਉੱਤਾਂ ਚੁੱਕਿਆ ਗਿਆ ਟੀਂ ਦੇ ਚਿਲਕਵੀ ਆਵਾਜ਼ ਨਾਲ ਜਦੋਂ ਗੋਲੀ ਕਣੇ ਦੇ ਮੋਢੇ ਕੋਲੋਂ ਛੂਕਦੀ ਲੰਗੀ ਤਾਂ ਮੁੱਦੇ ਮੂੰਹ ਧਰਤੀ ਤੇ ਜਾ ਡਿੱਗਾ ਵੇਖੀਂ ਬਾਈ ਮੇਰੀ ਗਰੀਬ ਮਾਰ ਕਰ ਦਿੰਦਾ ਮੈਂ ਤਾਂ ਛੀਲੂ ਆ ਮਗਰ ਲਾ ਘਣੇ ਨੇ ਕਾਸੀਰੀ ਛਾਲ ਮਾਰ ਕੇ ਪਹੇ ਦੀ ਓਟ ਲੈਂਦੇ ਆ ਪਿੰਡਵਾਲ ਸਿਰ ਮਦਾਨ ਭੱਜ ਤੁਰਿਆ ਉੱਠ ਕੇ ਖੜਾਤਾ ਹੋ ਹੁਣ ਵੱਡਿਆ ਸੂਰਮਿਆਂ ਓਏ ਘਣਿਆ ਵੱਡਿਆ ਨੰਬਰਦਾਰ ਮੋਦਨੇ گاਉਂ ਵੱਧਿਆ ਤੇ ਮਸਤੀ ਉਠ ਵਾਂਗ ਬੁੱਕਦੇ ਅੰਕਲ ਕਾਰੀ ਮਾਰੇ ਤੇ ਉਹਦੀ ਆਵਾਜ਼ ਚ ਦੂਰ ਤੱਕ ਖੇਤਾਂ ਚ ਹਾੜ ਵਾਂਗ ਗੂੰਜੀ ਜਦੋਂ ਘਣੇ ਨੇ ਮੋਦਨ ਨੂੰ ਆਪਣੇ ਵੱਲ ਵਾਧਾ ਵੇਖਿਆ ਤਾਂ ਦੋ ਲੋਟਣੀਆਂ ਖਾ ਕੇ ਪਹੇ ਦੀ ਭੜੀ ਦੀ ਨੇੜ ਹੁੰਦਿਆਂ ਉੱਠ ਕੇ ਕੋਡਾ ਕੋਡਾ ਭੱਜ ਤੁਰਿਆ ਹੁਣ ਨਹੀਂ ਜਾਣ ਦਿੰਦਾ ਚਾਚਾ ਘਣਾ ਸਿਆਂ ਲੰਬੜਦਾਰਾ ਮੋਦਰ ਨੇ ਥਬੂੱਕਾ ਮਾਰ ਕੇ ਭੜੀ ਟੱਪਦਿਆਂ ਇੱਕ ਹੋਰ ਕਲਕਾਰੀ ਮਾਰੀ ਹੁਣ ਤਾਂ ਮਰਦ ਬੱਚਾ ਬਣ ਕਿ ਸਿੱਧੇ ਮੱਥੇ ਆ ਜੇ ਤੇਰੀ ਮੌਤ ਨਾ ਆਈ ਹੁੰਦੀ ਤਾਂ ਤੂੰ ਐਂ ਟੱਕਰਨਾ ਸੀ ਆਪੇ ਤਾਂ ਤੈਨੂੰ ਜਮਦੂਤ ਘਰੋਂ ਲੈ ਕੇ ਆਏ ਆ ਚੱਲ ਘਣਿਆਂ ਚੱਲੀਏ ਤੇ ਟੀਂ ਕਰਦੀ ਦੂਜੀ ਗੋਲੀ ਚੱਲੀ ਘਣਾ ਭੱਜਿਆ ਜਾਂਦਾ ਠੇਡਾ ਖਾ ਕੇ ਮੂੰਹ ਪਾੜ ਡਿੱਗ ਪਿਆ ਫੇਰ ਸੰਭਲ ਕੇ ਮੋਦਨਸ ਤੇ ਉਹਦੇ ਮੂੰਹੋਂ ਦੀਨਗੀ ਵਾਲੀ ਆਵਾਜ਼ ਨਾਲ ਕੁਝ ਟੁੱਟਵੇਂ ਸ਼ਬਦ ਨਿਕਲੇ ਜਿਹੜੇ ਮੋਦਨ ਨੂੰ ਨਹੀਂ ਸੁਣੀ ਉਹ ਐਨ ਉਹਦੇ ਉੱਤੇ ਆ ਚੜਿਆ ਤੇ ਚਾਰਕੂ ਕਦਮਾਂ ਦੀ ਬੇਤੇ ਹਫੇ ਜਾਂਦੇ ਦਾੰਤ ਵਰਗੇ ਘਣੇ ਦੇ ਮੋਰਾਂ ਤੇ ਹੋਠ ਕਰਕੇ ਗੋਲੀ ਦਾਗਦੇ ਆ ਇੱਕ ਹੋਰ ਕਲਕਾਰੀ ਮਾਰੇ ਹੁਣ ਖੜੋ ਕੇ ਮਿਲ ਤਲੈ ਪਾਲੋ ਦੇ ਪਾਲੇ ਦੇ ਪੁੱਤ ਨੂੰ ਮਾਰਤਾ ਏ ਦੁਸ਼ਮਣਾ ਘਣੇ ਦੇ ਸੰਗ ਚ ਕਰ ਕਰਦੀ ਮਰਨੌਂ ਆਵਾਜ਼ ਨਿਕਲੀ ਤੇ ਢਿਗ ਵਾਂਗ ਡਿਗ ਪਿਆ ਇਹ ਤਾਂ ਕੀ ਲੋੜਾ ਮਾਰਿਆ ਓਏ ਮੋਦਨਾ ਮੈਂ ਤੇਰਾ ਤਾਂ ਕੋਈ ਬੁਰਾ ਨਹੀਂ ਸੀ ਕੀਤਾ ਓਏ ਭਲਾ ਤੱਕ ਕਿਦੇ ਕੀਤਾ ਸੀ ਰਾਖਸ਼ ਭਲਾ ਤੱਕ ਕਿਦਾ ਕੀਤਾ ਸੀ ਰਾਖਸ਼ ਹੈ ਓਏ ਪੀਜਾ ਤੇਰੇ ਸਿਰ ਮੇ ਓਏ ਸਾਡਾ ਘਰ ਪੱਟਣ ਆਲਿਆ ਰਾਖਸ਼ ਤੇ ਮੋਦਨ ਦੀ ਇਸ ਕਲਕਾਰੀ ਨਾਲ ਨੇੜੇ ਦੀਆਂ ਕਿਕਰਾਂ ਦੀ ਲੂੰਗ ਵੀ ਝੜ ਕੇ ਕਿਰਨ ਲੱਗ ਪਈ ਜਾਪੀ ਫੇਰ ਇੱਕ ਗੋਲੀ ਹੋਰ ਦਾਕ ਕੇ ਤਬੂਕਾ ਮਾਰਦੇ ਆ ਉਹਦੀ ਛਣੀ ਨਰੋਈ ਪੜ ਵਰਗੀ ਹਿੱਕ ਤੇ ਜਾ ਚੜਿਆ ਤੇ ਪਿਸਤੌਲ ਪਰਾਂ ਸੁੱਟ ਕੇ ਖੱਬਾ ਗੋਡਾ ਹਿੱਕ ਚ ਤਸਾਉਂਦਿਆਂ ਹੱਥਾਂ ਨਾਲ ਉਹਦੀ ਸੰਗੀ ਨਪੀੜਨ ਲੱਗ ਪਿਆ ਤੇਰੀਆਂ ਬੋਟੀਆਂ ਰਿੰਨ ਕੇ ਖਾਉ ਓਏ ਰਾਖਸ਼ ਘਣਿਆ ਵੈਰੀਆ ਘਣੇ ਨੇ ਇੱਕ ਵਾਰੀ ਉਹਦੇ ਮੋਰਚੇ ਨੂੰ ਹੱਥ ਪਾਇਆ ਪਰ ਨਾਲ ਦੀ ਨਾਲ ਬਰੜ ਹੱਥ ਬੇ ਹਿੱਸੇ ਕੇ ਢਿਲਕ ਗਿਆ ਨਿੱਕੀ ਨਿੱਕੀ ਪਨੀਰੀ ਰੁਲਜੂ ਓਏ ਮੋਦਨਾ ਘਣੇ ਦੇ ਸੰਗ ਚ ਬੜੀ ਮਤਮਵਾਜ਼ ਨਿਕਲੀ ਤੇ ਫੇਰ ਉਹਦਾ ਘੋਰੜੂ ਵੱਜਣ ਲੱਗ ਪਿਆ ਉਸ ਵੇਲੇ ਮੋਦਨੋ ਦੀ ਸੰਗੀ ਛੱਡ ਕੇ ਉਠਖੜੋਤਾ ਕਾਟਕੇ ਕੰਝੇ ਵਾਂਗ ਕੱਸਿਆ ਸਾਰਾ ਸਰੀਰ ਜਿਵੇਂ ਸਿਲ ਪੱਥਰ ਹੋ ਗਿਆ ਸੀ ਪਰ ਕਣੇ ਦੇ ਸੰਗੇ ਚੋਂ ਨਿਕਲੇ ਆਖਰੀ ਬੋਲ ਨੇ ਇੱਕ ਵਾਰ ਮੋੜੋ ਦੇ ਸਰੀਰ ਨੂੰ ਲੂ ਸੁੱਟਿਆ ਦੰਦੀਆਂ ਕਰੀਚਦੇਆਂ ਮੁੱਠੀਆਂ ਘੁੱਟ ਕੇ ਫੇਰ ਚਿੱਕਿਆ ਜਦੋਂ ਪਾਲੇ ਤੇ ਵਾਰ ਕਰਦਾ ਸੀ ਉਹਦੇ ਕਿਹੜੇ ਦਾੜੀਆਂ ਵਾਲੇ ਤੇ ਤੈਂ ਦੇਖ ਲਈ ਸੀ ਓਏ ਪਾਪੀਆ ਦੁਆ ਜਹਾਨਾ ਦੇ ਆ ਇਸ ਪਿੱਛੋਂ ਆਪਣੇ ਹੱਥੋਂ ਨੂੰ ਠਰੇ ਠਰੇ ਲੱਗੇ ਪਹਿਲਾਂ ਕਣੇ ਦੀ ਤੜਫ ਦੀ ਦੇਵਾਲ ਵੇਖਿਆ ਫਿਰ ਆਪਣੇ ਹੱਥਾਂ ਵੱਲ ਸੱਚੀ ਕੁਝ ਸਿੱਲਾ ਤੇ ਚਿਪਚਿਪਾ ਜਿਹਾ ਲੱਗਿਆ ਹੋਇਆ ਸੀ ਤੇ ਹੱਥ ਝੂਠੇ ਪੈਂਦੇ ਜਾ ਰਹੇ ਸਨ ਉਹਨੇ ਓਵੇਂ ਮੁੱਠਾਂ ਘੁੱਟੀ ਮੁੜ ਕਣੇ ਦੇ ਕਣੌਣੇ ਚਿਹਰੇ ਵੱਲ ਵੇਖਿਆ ਤੇ ਇਕਦਮ ਉਹਦਾ ਜੀ ਕੱਚਾ ਹੋਣ ਲੱਗ ਪਿਆ ਮੂੰਹ ਪਵਾ ਕੇ ਪਹੀ ਵੱਲ ਹੁੰਦਾ ਉੱਥੋਂ ਫਿਰਨੀ ਵੱਲ ਭੌਂ ਕੇ ਮੰਡੀ ਵਾਲੇ ਰਾਹ ਦੀ ਸੇਚ ਚ ਤੁਰ ਪਿਆ ਅਸਮਾਨ ਉੱਤੇ ਬੱਦਲ ਹੋਰ ਸੰਘਣੇ ਤੇ ਕਾਲੇ ਹੋ ਗਏ ਸੀ ਕੋਈ ਕੋਈ ਕਣੀ ਵੀ ਡਿੱਗਣ ਲੱਗ ਪਈ ਸੀ ਤੇ ਬੋੜ ਵਾਲੀ ਛੱਪੜੀ ਕੋਲ ਨੀਵੀਂ ਪਾ ਕੇ ਤੁਰਿਆ ਆਉਂਦਾ ਪਛਾਣ ਚੱਕਿਆ ਤਾਂ ਕਿੰਨੇ ਹੀ ਬੰਦੇ ਰੌਲਾ ਪਾਉਂਦੇ ਧਗੜ ਧਗੜ ਕਰਦੇ ਭੱਜੇ ਆਉਂਦੇ ਲੱਗੇ ਉਖੜੋ ਗਿਆ ਸਾਰਾ ਸਰੀਰ ਜਿਵੇਂ ਫੇਰ ਸਿਲ ਪੱਥਰ ਹੋ ਗਿਆ ਹਨੇਰਾ ਇੰਨਾ ਵੱਧ ਗਿਆ ਸੀ ਕਿ ਹੱਥ ਨੂੰ ਹੱਥ ਮਾਰਿਆ ਨਹੀਂ ਸੀ ਦਿਸਦਾ ਤੇ ਬੰਦਿਆਂ ਦਾ ਰੌਲਾ ਦੂਰ ਹੁੰਦਾ ਜਾ ਰਿਹਾ ਸੀ ਕੁਚੇ ਰੋਗਵੇਂ ਗੁੰਮ ਸਮਝਿਆ ਹੋਇਆ ਖੜੋਤਾ ਰਿਹਾ ਫਿਰ ਉਹਨੂੰ ਬੋਰਡ ਦੇ ਪੱਤੇ یوں ਖੜਕਦੇ ਸੁਣੇ ਜਿਵੇਂ ਕਿਸੇ ਨੇ ਮੁੱਢੋਂ ਫੜ ਕੇ ਜ਼ੋਰ ਨਾਲ ਹਲੂਣਾ ਦਿੱਤਾ ਹੋਵੇ ਕੋਈ ਵੱਡੇ ਵੱਡੇ ਗਿਰਜਾਂ ਵਰਗੇ ਉੱਡਣੇ ਜਾਨਵਰ ਪੱਤਿਆਂ ਦਾ ਇੱਕ ਖੜਕਾਰ ਦੂਣਾ ਚੌਣਾ ਕਰਕੇ ਅਸਮਾਨ ਦੇ ਕਾਲੇ ਬੱਦਲਾਂ 'ਚ ਰਲਦੇ ਦਿਸੇ। ਦੋ ਦੇ ਸਿਰ ਉੱਤੋਂ ਦੀ ਵੀ ਉੱਡਦੇ ਲੰਗੇ। ਉਹਨਾਂ ਦੇ ਖੱਬਾਂ 'ਚ ਮੀਂਹ ਪੈਣ ਪਿੱਛੋਂ ਝੂਣੀ ਕਿਸੇ ਰੁੱਖ ਦੀ ਡਾਣੀ ਵਾਂਗ ਕੁਝ ਕਣੀਆਂ ਵੀ ਡਿੱਗੀਆਂ ਸਨ। ਉਸ ਵੇਲੇ ਮੁਠਾਂ ਖੋਲ ਕੇ ਵੇਖੀਆਂ। ਉਹਨਾਂ ਨੂੰ ਉਵੇਂ ਜਿਵੇਂ ਗਿੱਲਾ ਗਿੱਲਾ ਕੁਝ ਲੱਗਿਆ ਹੋਇਆ ਸੀ। ਨਿਉ ਕਿ ਉਸ ਮਿੱਟੀ ਦੀ ਮੁਠੀ ਭਰੀ ਤੇ ਦੋਵੇਂ ਹੱਥਾਂ ਨੂੰ ਰਗੜਨ ਲੱਗ ਪਿਆ। ਮਿੱਟੀ ਵੀ ਸਿੱਲੀ ਸੀ ਪਰ ਹਥੇਲੀਆਂ ਦੀ ਠੰਡ ਰਤਾ ਘੱਟ ਗਈ। ਮੋੜ-ਮੋਟਾ ਘੁੱਟ ਕੇ ਪਹਿਲੀ ਹੌਲੀ ਤੇ ਫਿਰ ਤੇਜ਼ ਕਦਮੀ ਮੰਡੀ ਦੇ ਰਾਹ ਪੈ ਗਿਆ। ਕਾਲੇ ਉੱਡਣੇ ਜਾਨਵਰਾਂ ਵਰਗੇ ਬੱਦਲ ਕਣੀਆਂ ਵਹਰਾਂਣ ਲੱਗ ਪਏ ਸਨ। ਉਹਦੇ ਸਿਰ ਉੱਤੋਂ ਦੀ ਲੰਘਦੇ ਆ ਉਹ ਪਛਾਂ ਪਿੰਡ ਵੱਲ ਨੂੰ ਈਉਂ ਵੀ ਹੀ ਰੰਗ ਘਤੀ ਜਾਂਦੇ ਸਨ ਜਿਵੇਂ ਉਹਦੀ ਮੁਖਬਰੀ ਕਰਨ ਚੱਲੇ ਹੋਣ। ਉਹਨਾਂ ਦੇ ਵਿੱਚ ਘਾਰ ਸਖਣੀਆਂ ਥਾਵਾਂ ਵਿੱਚੋਂ ਕਿਧਰੇ-ਕਿਧਰੇ ਲਿਸ਼ਕਦੇ ਤਾਰੇ ਉਹਨਾਂ ਕੋਲੋਂ ਡਰਦੇ ਤਰ੍ਹਾਂ-ਤਰ੍ਹਾਂ ਕੇ ਮੋਦਨ ਦੇ ਨਾਲ ਵਗੇ ਆ ਰਹੇ ਸਨ ਲਾਲ ਸੁਏ ਲਹੂ ਦੀ ਟੋਪੀਆਂ ਵਰਗੇ ਟਿਮਕਣੇ ਜਾਈ ਇਹਨਾਂ ਬਦਲਾਂ ਨੇ ਪਲਾਂ ਵਿੱਚ ਸੱਚੀ ਸਾਰੇ ਪਿੰਡ ਨੂੰ ਖਬਰ ਜਾ ਕੀਤੀ ਸੀ ਘਣੇ ਨੰਬਰਦਾਰ ਦੇ ਘਰੋਂ ਰੋਣ ਦੀ ਤੇ ਵੈਣਾ ਦੀ ਆਵਾਜ਼ ਇਹਨਾਂ ਹੀ ਬਦਲਾਂ ਉੱਤੇ ਤਰਦੀ ਸਾਰੇ ਅੰਬਰ ਚ ਖਿਲਰਨ ਲੱਗ ਪਏ ਪਿੰਡ ਦੇ ਲੋਕ ਜਾਗ ਪਏ ਉਪਰੀਆਂ ਘਬਰਾਹੀਆਂ ਸਹਿਮੀਆਂ ਉਵੇਂ ਆਵਾਜ਼ਾਂ ਨਾਲ ਵਾਤਾਵਰਨ ਵੀ ਭੈ ਭੀਤ ਹੋਇਆ ਲੱਗਿਆ ਤੇ ਜਿਵੇਂ ਜਿਵੇਂ ਆਵਾਜ਼ਾਂ ਖਲਾਅਚ ਵਧੇਰੇ ਪਸਰ ਰਹੀਆਂ ਸਨ ਉੱਚੀਆਂ ਹੋ ਰਹੀਆਂ ਸਨ ਮੋਦਨ ਹਰ ਪਲ ਇਹਨਾਂ ਤੋਂ ਦੂਰ ਹੁੰਦਾ ਜਾ ਰਿਹਾ ਸੀ ਫਿਰ ਇਹਨਾਂ ਦਾ ਭੈ ਪੀਤ ਕੀਤਾ ਵਾ ਵਾ ਮੰਡਲ ਉਹਦੇ ਦਿਵਾਲੇ ਸੰਘੜੇ ਧੂਏ ਵਾਂਗ ਪਸਰਦਾ ਜਾ ਰਿਹਾ ਸੀ ਤੁਰਦਾ ਤੁਰਦਾ ਜਦੋਂ ਸਿਰ ਉੱਚਾ ਕਰਕੇ ਬੱਦਲਾਂ ਨਾਲ ਟਕੇ ਅਸਮਾਨ ਵੱਲ ਵੇਖਦਾ ਤੇ ਉਹਨੂੰ ਸਾਹ ਔਖਾ ਆਉਣ ਲੱਗ ਪੈਂਦਾ ਨਿੱਕੀਆਂ ਕਣੀਆਂ ਤੇ ਭੂਰਤਾਂ ਸਿੱਲੇ ਹੋਏ ਕੱਪੜਿਆਂ 'ਚ ਅਸਹਿ ਜੀ ਹੁਮਕਾਉਂਦੀ ਤੇ ਚਿੱਤ ਲਿੱਸਾ ਲਿੱਸਾ ਹੋਣ ਲੱਗ ਪੈਂਦਾ ਜੁੜੇ ਲਾਂ ਵਾਲੀ ਕੋਈ ਕੋਲ ਆ ਕੇ ਪਿਛਾਂ ਵੇਖਿਆ ਤਾਂ ਟਿੰਕਦੇ ਦੀਵਿਆਂ ਦਾ ਚਾਨਣ ਬੜੀ ਦੂਰ ਦਿਸਿਆ ਜਦੋਂ ਮੁੜ ਕੇ ਖੱਬੇ ਸੱਜੇ ਝਾਤ ਮਾਰੀ ਤਾਂ ਕਾਲੀ ਬੋਲੀ ਰਾਤ ਤੱਕ ਬਿਨਾਂ ਕੁਝ ਨਹੀਂ ਦਿਸਿਆ ਜਦੋਂ ਮੁੜ ਕੇ ਰੁੱਖਾ ਝਾੜ ਮਲਿਆਂ ਦੀਆਂ ਸ਼ਕਲਾਂ ਸਾਫ਼ ਨਜ਼ਰੀ ਨਹੀਂ ਸੁਣਾ ਰਹੀਆਂ ਝੋਟੀਆਂ ਮੱਜਾਂ ਵਰਗੇ ਅਜੀਬ ਅਜੀਬ ਕਾਲੇ ਆਕਾਰੀ ਦਿਸ ਰਹੇ ਸਨ ਰਾਹ ਦੀਆਂ ਪੜੀਆਂ ਤੇ ਖਾਲਾਂ ਦੀਆਂ ਵੱਟਾਂ ਹੋਰ ਉੱਚੀਆਂ ਤੇ ਉਗੜ ਦੁਗੜੀਆਂ ਹੋ ਗਈਆਂ ਸਨ ਉੱਚੀ ਟੀਬੀ ਉੱਤੇ ਆ ਕੇ ਉਹਨੇ ਇੱਕ ਵਾਰੀ ਫੇਰ ਪਛਾਣ ਤੱਕਿਆ ਇੱਕ ਬੋੜ ਵਰਗੇ ਰੁੱਖ ਦੀ ਟੀਸੀ ਉੱਤੋਂ ਦਾਤਰੀ ਦੇ ਟੁੰਡ ਵਰਗੀ ਕੋਈ ਸੂਹੀ ਸੂਹੀ ਸ਼ੈ ਬੱਦਲਾਂ ਦੇ ਪਾਟੇ ਲਿਉੜਾਂ ਵਿੱਚੋਂ ਲਿਸ਼ਕਦੀ ਦੇ ਸੀ ਤੇ ਰੁਕ ਗਿਆ ਬਿੰਦ ਦਾ ਬਿੰਦ ਚਿੱਤਰਤਾ ਘਬਰਾ ਗਿਆ ਜਾਪਿਆ ਪਹਿਲਾਂ ਇਹ ਬੁੱਧੀ ਵਾਲਾ ਤਾਰਾ ਜਾਪਿਆ ਪਰ ਪਲਕੂ ਪਿੱਛੋਂ ਪਤਾ ਲੱਗ ਗਿਆ ਕਿ ਹਨੇਰੇ ਪੱਖ ਦਾ ਚੰਦ ਸੀ ਸ਼ਾਇਦ ਚੌਥ ਦਾ ਤੇ ਫਿਰ ਹੌਲੀ-ਹੌਲੀ ਚੰਦ ਦਾ ਰੰਗ ਲਾਲ ਸੁਆ ਹੁੰਦਾ ਗਿਆ ਉਪਿਤ ਚੋਪੂ ਬੜਵਾਂਕ ਕਸਮੈਲਾ ਤੇ ਅੰਤ ਤਵੇਵਾਂਕ ਸ਼ਾ ਕਾਲਾ ਬੜੀ ਅਜੀਬ ਗੱਲ ਸੀ ਚੰਦ ਨੂੰ ਇਓਂ ਕੋੜ ਕਿਰਲੇ ਵਾਂਗ ਰੰਗ ਬਟਾਉਂਦਿਆਂ ਉਸ ਕਦੇ ਨਹੀਂ ਸੀ ਵੇਖਿਆ ਜਦੋਂ ਮੁਰਗਾਂ ਤੁਰਿਆ ਤਾਂ ਕਾਂਬਾ ਛਿੜ ਪਿਆ ਕਣੀਆਂ ਹੋਰ ਮੋਟੀਆਂ ਹੋ ਗਈਆਂ ਤੇ ਕਦੇ-ਕਦਾਈ ਤਕੜਾ ਛੜਾਕਾ ਵੀ ਵਰਨ ਲੱਗ ਪਿਆ ਸਾਹਮਣੇ ਖੱਬੇ ਸੱਜੇ ਤੇ ਸਿਖਰ ਬਦਲ ਕੁਲ ਦੇਵ ਜਾਂਦੇ ਸਨ ਉਹਦੇ ਸਾਰੇ ਕੱਪੜੇ ਭਿੱਜ ਕੇ ਪਿੰਡੇ ਨਾਲ ਚਿਪਕਣ ਲੱਗ ਪਏ ਤੇ ਠੰਡ ਵੱਧ ਕੇ ਹੱਡਾਂ 'ਚ ਵੜਨ ਲੱਗ ਪਈ ਸੀ ਹੱਥਾਂ ਪੈਰਾਂ ਦੀਆਂ ਉਂਗਲਾਂ ਅਰਲੀਆਂ ਵਾਂਗ ਸਖਤ ਹੁੰਦੀਆਂ ਜਾਂਦੀਆਂ ਸਨ। ਗੋਡਿਆਂ ਤੇ ਗਿੱਟਿਆਂ ਦੇ ਜੋੜ ਝਰਕਣ ਲੱਗ ਪਏ ਸਨ। ਬਿਲਕੁਲ ਓਵੇਂ ਜਿਵੇਂ ਉਹਦੇ ਨਿੱਕੇ ਹੁੰਦੇ ਆ ਉਹਨਾਂ ਦੇ ਇੱਕ ਸਾਵੇ ਮੋਲੇ ਬਲਦ ਦੇ ਹੱਡ ਝਰਕਦੇ ਹੁੰਦੇ ਸਨ। ਪਿੰਡ ਬੜੀ ਦੂਰ ਰਹਿ ਗਿਆ ਸੀ। ਗਾਂ ਵਾਦ ਦੇ ਪੈਰ ਪਲੋ-ਪਲੀ ਦੂਰ ਹੁੰਦੇ ਜਾਂਦੇ ਸਨ ਪਰ ਸੁਰਤ ਪਛਾਹ ਮੁੜ-ਮੁੜ ਝਾਕਦੀ। ਛੇਣ ਚ ਕਣੇ ਦੀ ਛੇਣ ਵਿੱਚ ਕਣੇ ਦੀ ਢਿਗ ਵਰਗੀ ਢੇਰੀ ਹੋਈ ਦੇ ਉੱਤੋਂ ਦੀ ਉਡਾਰੀ ਮਾਰ ਕੇ ਪਹਿਲਾਂ ਆਪਣੀ ਬੀ ਵਾਲੀ ਕਿੱਕਰ ਤੇ ਤੇ ਫਿਰ ਘਰਦੋ ਵਾਲੇ ਤੁਰ ਗਿਆ ਦੀ ਰੂਹ ਵਾਂਗ ਗੇੜੇ ਕੱਢਦੀ ਰਹੀ ਪਿੱਛੋਂ ਪਿੰਡ ਦੀਆਂ ਗਲੀਆਂ ਵਿੱਚੋਂ ਦੀ ਹੁੰਦਿਆਂ ਸਾਥ ਚ ਆ ਗਈ ਸਾਥ ਚ ਪਿੰਡ ਦੇ ਲੋਕ ਇਕੱਠੇ ਹੋ ਕੇ ਭਾਂਤ ਭਾਂਦੀਆਂ ਗੱਲਾਂ ਕਰ ਰਹੇ ਸਨ ਪਰ ਕਿਸੇ ਦੇ ਬੋਲ ਦੀ ਪਛਾਣ ਨਹੀਂ ਸੀ ਆ ਰਹੀ ਕਿਸੇ ਦੀ ਗੱਲ ਦੀ ਸਮਝ ਨਹੀਂ ਸੀ ਪੈ ਰਹੀ ਸਿਰਫ ਕੰਨ ਪਾੜਵਾਂ ਰੌਲਾ ਹੀ ਸੁਣਾਈ ਦੇ ਰਿਹਾ ਸੀ ਤੇ ਉਹ ਰਾਤ ਤੇ ਖੋਰ ਰਾਤ ਬੀਤਣ ਪਿੱਛੋਂ ਜਿਹੜਾ ਦਿਨ ਚੜਿਆ ਉਦੋਂ ਸਾਰੇ ਹੀ ਦਿਨ ਸਾਥ ਵਿੱਚ ਮੋਦਨ ਬਾਰੇ ਭਾਂਤ ਭਾਂਦੀਆਂ ਗੱਲਾਂ ਹੁੰਦੀਆਂ ਸਭ ਨੇ ਸੁਣੀਆ ਅਸ਼ਕੇ ਭਾਈ ਮਾਈ ਦੇ ਲਾਲ ਦੇ ਰੁਲਦ ਨੇ ਆਪਣੀਆਂ ਵਿਰਲੀਆਂ ਮੁੱਛਾਂ ਨੂੰ ਵੱਟ ਦਿੰਦੇ ਆ ਕਿਆ ਉਹ ਆਖਣ ਨੂੰ ਕੀ ਆਖਣਾ ਕੇਰਾ ਤਾਂ ਵਿਖਾਤਾ ਪੰਜੀ ਦਾ ਭੌਣ ਸਾਡੇ ਲੰਗੋਟिए ਨੇ ਕੀ ਪੰਜੀ ਦਾ ਭੌਣ ਵਿਖਾਤਾ ਯਾਰ ਨਾਮਾ ਮੀਰਾਬ ਵੀਂਗਾ ਜੇ ਮੂੰਹ ਕਰਕੇ ਉਹਦੇ ਗਲ ਪੈ ਗਿਆ ਪਰ ਇਹ ਚ ਬਹਿ ਕੇ ਗੱਲ ਤਾਂ ਚੱਜ ਦੀ ਕਰੀਏ ਜੇ ਮੂੰਹ ਚੱਜ ਦਾ ਨਾ ਹੋਵੇ ਤਾਂ ਲੈ ਸੁਣ ਲੈ ਵੀ ਤਾਇਆ ਕਾਨਿਆਂ ਸੁਣ ਲਈ ਇਹਦੀ ਗੱਲ ਵੱਡੇ ਮੀਰਾਬ ਸਾਹਿਬ ਦੀ ਰੂਲਦੂ ਨੇ ਇੱਕ ਵਿੰਗੜ ਖੁੰਡ ਤੇ ਬੈਠੇ ਸੂਤ ਦੇ ਪਿੰਨੇ ਨੂੰ ਢੇੜੇ ਤੇ ਢੇੜਾ ਦਈ ਜਾਂਦੇ ਨਾਵੇਂ ਬੁੜੇ ਤੋਂ ਆਪਣੀ ਗੱਲ ਦਾ ਹੁੰਗਾਰਾ ਭਰਵਾਉਣ ਲਈ ਸਿਰ ਮਾਰਦਿਆਂ ਗਿਆ ਲੈ ਭਲਾਉ ਦੇ ਉਹਨੇ ਆਪਦਾ ਬਦਲਾ ਲੈ ਕੇ ਕੀ ਮਾੜੀ ਗੱਲ ਕਰਤੀ ਬਦਲਾ ਮਰਦ ਬੱਚੇ ਲੈਂਦੇ ਆਏ ਇਹ ਕੋਈ ਨਵੀਂ ਗੱਲ ਹੈ ਹੈ ਤੂੰ ਸੋਚ ਕਮਲਿਆ ਉਹਨਾਂ ਨਾਲ ਇਹਨੇ ਥੋੜੀਆਂ ਕੀਤੀਆਂ ਸੀ ਮਾਰ ਐ ਫਾਲੇ ਵਾਂਗੂੰ ਤਪਾ ਛੱਡੇ ਸੀ ਬਾਕੀ ਵੇਖ ਫਾਲੇ ਚਾਚੇ ਅਰਗਾ ਸਾਥ ਬੰਦਾ ਹੈ ਕੋਈ ਸਾਰੇ ਪਿੰਡ ਚ ਉਹਨੂੰ ਪਹਿਲਾਂ ਤਾਂ ਇਹਨਾਂ ਨੇ ਪਿੰਡੋਂ ਕੱਢ ਕੇ ਰੋਹੀ ਚ ਬਹਾਇਆ ਬਹਾਇਆ ਕਿ ਨਾ ਤੇਰੇ ਸਾਹਮਣੇ ਤੇ ਫਿਰ ਭਾਈ ਤੇਰਾ Saab ਭਲਾ ਕਰੇ ਉਹਦੇ ਘਰੇ ਆਪੇ ਮਾੜੇ ਬੰਦੇ ਕੱਲੇ ਤੇ ਆਪੇ ਉਹਨੂੰ ਕੈਦ ਕਰਾਇਆ ਅੱਛਾ ਤੇ ਫਿਰ ਉਹ ਵਿਚਾਰਾ ਨਮੋਸ਼ੀ ਦਾ ਮਾਰਿਆ ਕੁਛ ਊਂ ਸਰੀਰ ਦਾ ਮਾੜਾ ਕਹਿ ਲੋ ਜੇਲ੍ਹੋਂ ਆਉਂਦਾ ਹੀ ਦੁੱਖ ਭੋਕੇ ਪੂਰਾ ਹੋ ਗਿਆ ਉਹ ਬਾਈ ਸਿਆਂ ਕਿਸੇ ਹੋਰ ਨੇ ਮਾਰਤਾ ਇਹੋ ਉਹਦੇ ਕਤਲ ਇਹੋ ਸਾਵੇਂ ਜਿਨ੍ਹਾਂ ਦਾ ਤੂੰ ਹਮੈਤੀ ਬਣਦਾ ਮੇਰਾਬ ਸਾਹਿਬ ਆਈ ਸਮਝ ਮੇਰੀ ਗੱਲ ਉਹ ਬੈਠਾ ਰਿਹਾ ਓ ਟਿੱਕੇ ਮੇਰਾਬ ਆਪਣੀਆਂ ਕਤਰੀਆਂ ਮੁੱਛਾਂ ਨੂੰ ਤਾ ਦਿੰਦੇ ਆ ਲਾਲ ਸੂਏ ਡੇਲੇ ਕੱਢ ਕੇ ਜਦੋਂ ਬੋਲਿਆ ਤਾਂ ਉਹਦੇ ਗੁੱਟ ਤੇ ਬੱਧੀ ਨਵੀਂ ਘੜੀ ਦੇ ਸ਼ੀਸ਼ੇ ਦਾ ਚਮਕਾਰਾ ਰੂਲਦੂ ਦੀਆਂ ਅੱਖਾਂ ਤੇ ਪਿਆ ਤਾਂ ਉਹਦੇ ਅੰਦਰ ਜਿਵੇਂ ਕੁਝ ਰਿਜਣ ਲੱਗ ਪਿਆ ਵੱਡਾ ਬਣਿਆ ਹਮੈਤੀ ਮੇਰਾਬ ਬਿੰਦ ਕੁ ਅਟਕੇ ਫੇਰ ਬੋਲਿਆ ਜਿਹੜੀ ਤੇਰੇ ਅਰਗਿਆਂ ਨੇ ਆਰਾਂ ਲੈ ਲੈ ਕੇ ਉਹ ਤੋਂ ਸੁਰਮਗਤੀ ਕਰਾਈ ਹੈ ਵੇਖਣਾ ਹੁਣ ਮਗਰੋਂ ਕੋਈ ਉਹਨਾਂ ਦੇ ਦਾਣੇ ਵੀ ਕਢਾ ਦੂ ਜਿਹੜੀ ਮਾੜੀ ਮੋਟੀ ਪੈਲੀ ਐ ਉਹ ਮਕਦਮੇ ਤੇ ਲੱਗ ਜੂ ਮੁੰਡੇ ਦੋਈ ਹੂੰ ਰੁਲ ਜਾਣਗੇ ਫੇਰ ਲੱਗੂ ਪਤਾ ਵੀ ਖੂਨ ਕਿਵੇਂ ਕਰੀਦਾ ਹੁੰਦਾ ਵੇਖਿਆ ਤੁਹਾਡੇ ਅਰਗੇ ਯਾਰੀਆਂ ਪਾਲਣ ਵਾਲੇ ਵੀ ਤੂੰ ਯਾਰ ਗੱਲਾਂ ਕੀ ਕਰਦਾ ਮੇਰਾ ਬਾ ਰੁਲਦੂ ਦੀਆਂ ਨਹੀਂ ਕਿ ਅੱਖਾਂ ਤੇ ਲੰਮਾ ਨੱਕ ਫਿਰ ਫਰਕਣ ਲੱਗ ਪਏ ਉਹਨੇ ਆਪਣੀ ਧੌਣ ਤੇ ਹੱਥ ਫੇਰਦਿਆਂ ਕਿਹਾ ਬੰਦਾ ਜਾਇਦਾਤਾਂ ਬਣਾਉਂਦਾ ਹੁੰਦਾ ਹੈ ਕਿ ਜਾਇਦਾਤਾਂ ਬੰਦੇ ਜੰਮਦੀਆਂ ਹੁੰਦੀਆਂ ਦੁਨੀਆ ਤੇ ਮੁੜ ਮੁੜ ਕੇ ਜਮਣਾ ਹੈ ਹੈ ਨਾਲੇ ਜਿਹੜੇ ਬੰਦੇ ਦੀ ਅਣਖ ਹੀ ਨਹੀਂ ਉਹ ਭਾਵੇਂ ਲਖਪਤੀ ਬਣਿਆ ਫਿਰੇ ਕੀ ਸਾਲੇ ਦੀ ਜੂਨ ਹੈ ਧਨ ਕੰਜਰਾਂ ਦੇ ਘਰੋਂ ਥੋੜਾ ਹੁੰਦਾ ਹੈ ਹੈ ਗੱਲਾਂ ਦੇਖ ਉਹ ਇਹ ਕੀ ਕਰਦਾ ਹੈ ਬਾਕੀ ਜਿਹੜੀ ਤੂੰ ਸਾਡੀ ਯਾਰੀ ਦੀ ਗੱਲ ਕਰਦਾ ਕਿਤੇ ਮੌਕਾ ਪਿਆ ਤਾਂ ਉਹ ਵੀ ਤੈਨੂੰ ਦਿਖਾ ਦੇਾਂਗੇ ਹੋਰ ਦੱਸ ਮੇਰਾ ਅਬਰੂਲਦੂ ਤੇ ਕਰਾਰੇ ਸੁਭਾਤੋਂ ਜਾਣੂ ਸੀ ਉਹਨੇ ਲੱਭੀ ਖੱਬੀ ਲੱਤ ਦੀ ਸਖੜੰਜ ਲੜਾਈਆਂ ਚੀ ਤੜਵਾਈ ਸੀ ਧੌਣ ਤੇ ਗੰਡਾਸੇ ਦਾ ਨਿਸ਼ਾਨ ਉਹਦੀ ਸ਼ੋਰਮਗਤੀ ਦਾ ਪ੍ਰਤੱਖ ਗਵਾਹ ਸੀ ਪਰ ਮੀਰਾਬ ਨੇ ਉਹਦੀ ਸਾਰੀ ਗੱਲ ਨੂੰ ਚਿੱਤ ਦੀ ਕੌੜ ਨਾਲ ਰਲਾ ਕੇ ਥੁੱਕਦਿਆਂ ਮਨ 'ਚ ਗਾਲ ਕੱਢੀ ਵੱਡਾ ਰਾਠਸਾਲਾ ਨੰਗ ਢਾਈ ਘੁਮਾਂ ਪਹਿਲੀ ਨਹੀਂ ਤੇ ਗੱਲਾਂ ਵੇਖੀ ਕਰਦਾ ਉਹਨੂੰ ਆਪ ਹੀ ਇਸ ਗੱਲ ਦੀ ਸਮਝ ਨਹੀਂ ਸੀ ਆ ਰਹੀ ਕਿ ਪਹਿਲੀ ਨਾਲ ਉਹਦੀ ਕੌੜ ਦਾ ਕੀ ਸਬੰਧ ਜੁੜਦਾ ਸੀ ਪਰ ਉਤੋਂ ਟਹਿਲਾ ਹੋ ਕੇ ਬੋਲਿਆ ਆ ਜਿਹੜੀ ਤੂੰ ਜਾਇਦਾਦ ਵਾਲੀ ਗੱਲ ਕਰਦਾ ਨਾ ਜੀ ਅਸਲ ਪੁੱਛਦੇ ਐ ਤਾਂ ਅੱਜ ਕੱਲ ਤਾਂ ਜਾਇਦਾਦਾਂ ਨਾਲ ਹੀ ਬੰਦੇ ਦਾ ਮੁੱਲ ਪੈਂਦਾ ਉਹ ਕੋਈ ਟਕੇ ਸਿਰ ਨਹੀਂ ਪੁੱਛਦਾ ਸਰਦਾਰ ਸਾਹਿਬ ਨਹੀਂ ਪੁੱਛਣਾ ਨਾ ਪੁੱਛੇ ਯਾਰ ਕਿਸੇ ਸਾੜੇ ਤੋਂ ਕੜੀ ਲੈਣੀ ਐ ਨਾਲੇ ਧਰਮ ਵੇਚ ਤਨ ਕੋਈ ਖਾਏ ਜਦੋਂ ਬੰਦੇ ਦਾ ਧਰਮ ਹੀ ਨਾ ਰਹਾ ਇੱਜ਼ਤ ਹੀ ਨਾ ਰਹੀ ਅਣਖ ਹੀ ਨਾ ਰਹੀ ਫਿਰ ਜਾਇਦਾਦਾਂ ਨੂੰ ਉਹ ਥੇਲੀ ਤੇ ਧਰ ਕੇ ਚੱਟੂ ਇਹ ਦੱਸ ਤੂੰ ਮੈਨੂੰ ਹੈ ਪਰ ਰੁਲਦੂ ਦੇ ਯਾਰੀ ਨਿਭਾਉਣ ਵਾਲੀ ਗੱਲ ਉਹਨਾਂ ਦੁਆ ਜਣਿਆਂ ਨੇ ਮੁੜਨੀ ਛੋ ਅਨੀ ਸਉ ਐਨੀ ਨਾਮਾ ਬੁੜਾ ਖੰਘੂਰਾ ਮਾਰਦਿਆਂ ਗੰਭੀਰਤਾ ਨਾਲ ਬੋਲਿਆ ਤੇ ਬਿੰਦਕ ਚੁੱਪ ਕਰਨ ਪਿੱਛੋਂ ਉਹਨੇ ਆਲਾ ਦੁਆਲਾ ਵੇਖ ਕੇ ਰੂਲ ਦੁਵਾਲ ਚਾਕ ਦਿਆਂ ਗਿਆ ਇੱਕ ਤਾਂ ਤੂੰ ਜਿਹੜੀ ਅਣਖ ਇੱਜ਼ਤ ਵਾਲੀ ਗੱਲ ਕੀਤੀ ਐ ਨਾ ਇਹ ਹੈ ਤਾਂ ਤੇਰੀ ਠੀਕ ਪਰ ਭਾਈ ਸਭ ਕੁਝ ਹੀ ਦੇਖਣਾ ਪੈਂਦਾ ਜੱਟ ਅਸਲ 'ਚ ਮਰਦੇ ਹੀ ਓਹ ਐ ਵੱਢ ਕੇ ਇੱਕ ਨੇ ਮੜੀ ਜੀ ਗਈ ਗੱਲ ਕਹਿਤੀ ਦੂਜੀ ਨੇ ਸਹਾਰੀ ਨਾ ਚੱਲ ਜਿਉ ਲੜਾਈਆਂ ਮੁਕਦਮਿਆਂ ਦੀ ਗੱਲ ਚੰਦੀ ਹੈ ਸਾਰਾ ਘਰ ਮੁੰਸ਼ੀ ਮੁਸੱਦੀਆਂ ਵਕੀਲਾਂ ਤੇ ਪੁਲਿਸ ਵਾਲਿਆਂ ਨੂੰ ਖਵਾ ਕੇ ਪਾਸੇ ਹੁੰਦੀ ਹੈ ਮਗਰੋਂ ਉਹੀ ਠੂਠਾ ਉਹੀ ਕਨਾਲੀ ਦੱਸ ਫਿਰ ਠੀਕ ਹੈ ਠੀਕ ਹੈ ਵਿਅੰਗ ਨਾਲ ਸਿਰ ਹਿਲਾਉਂਦੇ ਆਂ ਰੁਲਦੂ ਬੋਲਿਆ ਇੱਕ ਦਾ ਤੇਰੇ ਚ ਬੁੜਿਆਂ ਉਹੀ ਸੱਤ ਮੁੱਖਿਆ ਪਿਆ ਉੱਤੋਂ ਤੇਰੇ ਪੁੱਤਾਂ ਨੇ ਬਣਾਲੀ ਚਾਰ ਮਰਲੇ ਪੈਲੀ ਸਲੱਗ ਜਿਓ ਹੋਏ ਤੇ ਬਾਕੀ ਤੁਸੀਂ ਦੋ ਗਾਡਰਾਂ ਤੇ ਪਾ ਲਿਆ ਦਰਵਾਜ਼ਾ ਉੱਤੇ ਪਾਲੇ ਦੁੱਤ ਚਾਰੇ ਹੈ ਤੇ ਕੰਮ ਧੰਦਾ ਸਭ ਮੁੰਡੇ ਸੰਭੀ ਬੈਠੇ ਆ ਤੂੰ ਹੁਣ ਹੋਇਆ ਵਿਆਹ ਸੁਖੀ ਲੰਬੜਦਾਰੀ ਤੇ ਹੁਣ ਤਾਂ ਹੀ ਇਹੋ ਜੀਆਂ ਗੱਲਾਂ ਕਰਦਾ ਨਾ ਜਿੱਦẽ ਇਸੇ ਸਾਥ ਚ ਬੈਠਾ ਖਾ ਕੇ ਫੀਮ ਦਾ ਮਾਵਾ ਜੜਾਂਗ ਜੜਾਂਗੇ ਮਾਰਦਾ ਸਾਡੇ ਅਰਗਿਆਂ ਨੂੰ ਤਾ ਦਿੰਦਾ ਹੁੰਦਾ ਸੀ ਉਦੋਂ ਪਤਾ ਜਿੱਦẽ ਮੈਂ ਤਖਤੂ ਕੇ ਮਲੇ ਦੇ ਮੋਰਾਂ ਚ ਕਸੌਲੀ ਮਾਰੀ ਸੀ ਉਹ ਤੇਰੀ ਸਿੱਖਤ ਦੀ ਮਿਹਰਬਾਨੀ ਸੀ ਜਿਹੜਾ ਇੱਥੇ ਸਾਨੂੰ ਪੰਜ ਗ੍ਰੰਥੀ ਦਾ ਪਾਠ ਪੜ੍ਹਾਉਂਦਾ ਹੁੰਦਾ ਸੀ ਹੁਣ ਤੂੰ ਬਿੱਲੀ ਵਾਂਗੂ 900 ਚੂਹਾ ਖਾ ਕੇ ਹੱਜ ਨੂੰ ਤੁਰ ਪਿਆ ਬੱਲੇ ਓਏ ਤਾਇਆ ਸਿਆ ਮੰਨ ਗਏ ਤੈਨੂੰ ਵੀ ਨਾ ਮਾਂ ਪਹਿਲਾਂ ਆਪਣੀਆਂ ਬੱਗੀਆਂ ਸੰਘੜੀਆਂ ਮੁੱਛਾਂ 'ਚ ਮੁਸਕਰਾਇਆ ਤੇ ਫਿਰ ਹਰਖੀ ਜੀ ਆਵਾਜ਼ 'ਚ ਉਹਨੂੰ ਝਿੜਕਦਿਆਂ ਬੋਲਿਆ ਤੂੰ ਤਾਂ ਜਦੋਂ ਵੇਖੋ ਲੜਨ ਨੂੰ ਤਿਆਰ ਰਹਿਣਾ ਹੁਣ ਐਵੇਂ ਕਿੱਧਰ ਦੀ ਗੱਲ ਕਿੱਧਰ ਨੂੰ ਲੈ ਤੁਰਿਆ ਕੋਈ ਬਣਿਆ ਮੂੰਹ ਸਿਰ ਭਲਾ ਤੁਹਾਨੂੰ ਤਾਂ ਇਹ ਲੱਗਣੀਆਂ ਹੀ ਹੋਈਆਂ ਕਿੱਧਰ ਦੀਆਂ ਮੂੰਹ ਸਿਰ ਵੀ ਹੁਣ ਤੁਹਾਡੇ ਹੋਰ ਐ ਸਾਡੇ ਹੋਰ ਕੋਈ ਨਹੀਂ ਸਦਾ ਕਿਸੇ ਤੋਂ ਕਿਸੇ ਤੇ ਕੁਝ ਦਿਨ ਨਾ ਰਹੇ ਨਾ ਰਹਿਣੇ ਆ ਬਾਰੀ ਥੋੜੀ ਵੀ ਆਉਣੀ ਆ ਕਦੇ ਨਾ ਕਦੇ ਬਰ ਕਦੇ ਨਾ ਕਦੇ ਬਰ ਜ਼ਰੂਰ ਪਰ ਉਦੋਂ ਗੱਲ ਕਰਾਂਗੇ ਹੁਣ ਤਾਂ ਤੁਹਾਨੂੰ ਉੱਤੇ ਚਾਰਚ ਫੇਰੇ ਬੰਸਲੀਆਂ ਪਈਆਂ ਦੀਨੀਆਂ ਹੋਰ ਕਾਸੀ ਤੇ ਨਿਗਾ ਹੀ ਨਹੀਂ ਜਾਂਦੀ ਜਦੋਂ ਚਾਂਦੀ ਦੇ ਚਮਕਾਰੇ ਪੈਂਦੇ ਹੁਣ ਉਦੋਂ ਬੰਦਾ ਸਭ ਕੁਝ ਭੁੱਲ ਜਾਂਦਾ ਥੋੜੇ ਕੀ ਬਸ ਦੀ ਗੱਲ ਐ ਆ ਗੱਲ ਐ ਹਾਂ ਇਹ ਗੱਲ ਐ ਅਸਲ ਤਾਂ ਛਾਡੋ ਪਰਾਂ ਚਾਚਾ ਸਿਆ ਇਦੇ ਨਾਲ ਤਾਂ ਗੱਲ ਕਰਨ ਦੀ 90 ਦਾ ਘਟ ਹੈ ਮੇਰਾ ਆਪਨੇ ਉੱਠ ਕੇ ਚਾਦਰਾਂ ਝਾੜਦਿਆਂ ਕਿਹਾ ਤੇ ਅਖੀਰਲੇ ਦੋ ਸ਼ਬਦ ਕਮਲੇ ਨਾਲ ਉਹ ਮੂੰਹ ਵਿੱਚ ਹੀ ਦੱਬ ਗਿਆ ਜਦ ਮੇਰਾ ਪਿੱਲੇ ਕੱਢੀ ਦੁਖੱਲੀ ਜੁੱਤੀ ਝਰਕਾਉਂਦਾ ਗੁੱਟ ਘੜੀ ਲਿਸ਼ਕਾ ਕੇ ਛੀਂਟ ਦੀ ਪੱਗ ਸੂਤ ਕਰਦਿਆਂ ਧਰਮਸ਼ਾਲਾ ਵੱਲ ਤੁਰਿਆ ਤਾਂ ਉਹਦੀਆਂ ਸਦਭਾਈਆਂ ਵਰਗੀਆਂ ਨਿੱਗਰ ਭਾਰੀਆਂ ਤੇ ਸੱਜਰੀਆਂ ਮੁੰਨੀਆਂ ਪਿੰਜੜੀਆਂ ਵੇਖ ਕੇ ਰੁੱਲਦੂ ਦੇ ਚਿੱਤ 'ਚ ਲੂਹਰੀਆਂ ਉੱਠਣ ਲੱਗ ਪੀਆਂ ਅੰਦਰਲੇ ਚੰਡਾਲ ਨੇ ਕਚੀਚੀ ਵਟਕੇ ਦੰਦੀਆਂ ਕਰੀਚੀਆਂ ਤੇ ਜਾਪਿਆ ਅੰਦਰ ਕੁਝ ਰਿੱਝ ਰਿਹਾ ਸੀ ਪਿੰਜਣੀ ਤੇ ਗੰਡਾਸਾ ਵੱਜੇ ਤਾਂ ਸਾਰੇ ਦਾ ਸਾਰਾ ਤਸ ਜੇ ਤੇ ਇਹ ਸੋਚ ਫੁਰਦਿਆਂ ਮੂੰਹ ਕਿਸੇ ਘੋ ਵਰਗੀ ਸ਼ੈ ਨਾਲ ਕੂੜਾ ਪਰ ਸਵਾਦ ਕਸੈਲਾ ਜਿਹਾ ਹੋ ਗਿਆ ਸੱਤ ਛੋਰ ਬੰਦੇ ਆ ਬੈਠੇ ਸਭ ਦੇ ਮੂੰਹ ਤੇ ਇਹੋ ਗੱਲ ਸੀ ਕੋਈ ਮਾਲਵੀ ਜੀਵ ਨਾਲ ਕਣੇ ਨੂੰ ਮੰਦਾ ਆਖਦੇ ਆ ਵੀ ਉਸ ਨਾਲ ਉਹਦੇ ਪਰਿਵਾਰ ਨਾਲ ਹਮਦਰਦੀ ਕਰਦਾ ਤੇ ਕੋਈ ਪਾਲੇ ਦੇ ਕੋਨੇ ਮੁੰਡੇ ਦੇ ਇਸ ਕੁੱਤ ਕੋ ਤੇਹਰਾਨ ਹੁੰਦੇ ਆ ਸਿਰ ਹਿਲਾਉਂਦਾ ਤੇ ਪਿੱਛੋਂ ਉਹਨਾਂ ਦਾ ਘਰ ਬਰਬਾਦ ਹੋ ਜਾਣ ਦਾ ਸੁੱਕਾ ਹੀ ਫਿਕਰ ਕਰਦੇ ਆ ਲੋਕਾਂ ਨੂੰ ਇਉਂ ਜਿਤਾਉਣ ਦਾ ਯਤਨ ਕਰਦਾ ਜਿਵੇਂ ਅਸਲ 'ਚ ਉਹਨੂੰ ਪਾਲੇ ਕਿ ਟੱਬਰ ਦੀ ਆਪਣੇ ਨਾਲੋਂ ਵੀ ਬਹੁਤੀ ਚਿੰਤਾ ਸੀ ਰੂਲ ਦੂ ਚੁੱਪ ਕੀਤਾ ਕੁਝ ਚਿਰ ਤੌ ਦੰਦ ਕਥਾ ਸੁਣਦਾ ਰਿਹਾ ਪਰ ਵਧੇਰੇ ਚਿਰ ਉਹ ਤੋ ਉੱਥੇ ਬੈਠਾ ਨਹੀਂ ਗਿਆ ਉੱਠ ਕੇ ਖੇਤ ਨੂੰ ਤੁਰ ਪਿਆ ਖੇਤ ਨੂੰ ਸਿੱਧਾ ਰਾਹ ਹੋਰ ਸੀ ਪਰ ਉਹ ਪਾਲੇ ਕਿ ਟੱਬੀ ਵਾਲੇ ਘਰ ਕੋਲ ਦੀ ਜਾਂਦੀ ਡੰਡੀ ਪੈ ਤੁਰਿਆ ਘਰ ਦੇ ਕੋਲ ਆ ਕੇ ਮੁੰਡਿਆਂ ਦਾ ਪਤਾ ਸਤਾ ਲਿਆਉਣ ਨੂੰ ਜੀ ਕੀਤਾ ਪਰ ਹਰਕੁਰ ਨੂੰ ਵੇੜੇ 'ਚ ਬੈਠੀ ਵੇਖ ਕੇ ਝੱਕ ਗਿਆ ਨਾਲੇ 2-3 ਉੱਪਰੇ ਬੰਦੇ ਵੀ ਮੰਜਿਆਂ ਤੇ ਬੈਠੇ ਸੀ ਇਹ ਕੌਣ ਹੋਏ ਕੋਈ ਰਿਸ਼ਤੇਦਾਰ ਹੋਣਗੇ ਇਹ ਸੋਚ ਕੇ ਉਹ ਗਾਂ ਤੁਰ ਪਿਆ ਪੰਜ ਸੱਤ ਕੁ ਵặn ਟੱਪ ਕੇ ਰੱਬ ਸਭਬੀ ਪਾਲੇ ਦਾ ਨਿੱਕਾ 파ੜਾ ਮੁੰਡਾ ਅਥੱਬੀ ਕੁਪੱਠੇ ਲਈ ਆਉਂਦਾ ਮਿਲ ਗਿਆ ਉਹਨੇ ਮੁੰਡੇ ਨੂੰ ਬਾਹੋਂ ਫੜ ਕੇ ਖੜਾ ਲਿਆ ਛੋਟਿਆ ਤੁਹਾਡੇ ਘਰੇ ਕੌਣ ਆਇਆ ਅੱਜ ਇੱਕ ਤਾਂ ਮੇਰਾ ਮਾਮਾ ਹੈ ਦੂਜਾ ਕੋਈ ਹੋਰ ਬੰਦਾ ਹੈ ਮੁੰਡੇ ਰੀਮੂ ਤੇ ਲੰਕਦੀਆਂ ਸਰੋਂ ਦੀਆਂ ਪਲੂਮਣਾ ਲਾਂਬੇ ਕਰਦੇ ਆਂ ਉਸ ਵੱਲ ਰਤਾ ਹੈਰਾਨੀ ਤੇ ਸ਼ੱਕ ਨਾਲ ਤੱਕਦੇ ਆਂ ਜਵਾਬ ਦਿੱਤਾ ਤੇਰਾ ਭਾਈ ਮੋਦਨ ਆ ਗਿਆ ਹੂੰ ਹੂੰ ਕਿੱਥੇ ਪਤਾ ਨਹੀਂ ਤੇ ਸੱਜਣ ਕਿੱਥੇ ਹੈ ਉਹ ਤਾਂ ਪਤਾ ਨਹੀਂ ਕਿੱਥੇ ਗਿਆ ਪਰਸੋਂ ਦਾ ਮੁੜਿਆ ਹੀ ਨਹੀਂ ਤੇ ਉਸੇ ਵੇਲੇ ਕਾਲ ਨਾਲ ਮੁੰਡਾ ਰੀਵੀਆ ਚਾਲ ਪੈਂਦਿਆਂ ਤੁਰ ਗਿਆ ਰੁਲਦੂ ਨੇ ਪਿੱਛੋਂ ਆਵਾਜ਼ ਮਾਰ ਕੇ ਕੁਝ ਹੋਰ ਗੱਲ ਵੀ ਪੁੱਛੀ ਪਰ ਉਹਨੇ ਧਿਆਨ ਨਹੀਂ ਦਿੱਤਾ ਜਦੋਂ ਮੋਦਨ ਦੇ ਖੇਤ ਕੋਲ ਆਇਆ ਤਾਂ ਕਣਕ ਦਾ ਜੰਮ ਵੇਖ ਕੇ ਉਹਦਾ ਚਿੱਤ ਪਹਿਲਾਂ ਤਾਂ ਜਿਵੇਂ ਖਿੜ ਗਿਆ ਪਰ ਫਿਰ ਚਾਂਦ ਚੱਕੀ ਉਦਾਸੀ ਦਾ ਧੂਆਂ ਜਿਹਾ ਅੰਦਰ ਉਠਿਆ ਤੇ ਮਨ ਘਾਉ ਮਾਉ ਹੋ ਗਿਆ ਅਜਿਹਾ ਅਸਾ ਸੁਦੇਲੀ ਉਪਰਾ ਸੀ ਉਹਨਾਂ ਦੀ ਉਦਾਸੀ ਤੇ ਠੰਦੀ ਕਲਾ ਵਾਲਾ ਵਾਲੀ ਹਾਲਤ 'ਚ ਬਹੁਤਾ ਚਿਰ ਕਦੇ ਨਹੀਂ ਸੀ ਰਹਿ ਸਕਿਆ ਕਣਕ ਦੇ ਕਿਆਰੀ ਉਹਨੂੰ ਬੇਵਾਰਸੇ ਮੋਇ ਬੰਦੇ ਵਰਗੇ ਲੱਗਦੇ ਸਨ ਤੇ ਬੇਵਾਰਸਾ ਜਦੋਂ ਬੰਦਾ ਉੱਧਰ ਜਾਂਦਾ ਤੇ ਕਿਵੇਂ ਨਾ ਕਿਵੇਂ ਨਾ ਦਿਲ ਛੱਡਣ ਸੱਚੀ یوں ਜਾਪਿਆ ਜਿਵੇਂ ਕਣਕ ਦੇ ਪੱਤੇ ਬੀ ਸਾਂ ਸਤ ਹੋ ਕੇ ਟਿਲਕ ਦੇ ਹੰਝੂ ਕੇਲ ਰਹੇ ਹੋਣ ਬੜਾ ਉਪਰ ਅਹਿਸਾਸ ਸੀ ਹੋਰ ਬਿੰਦਕੂ ਪਿੱਛੋਂ ਜਦੋਂ ਆਪਣੇ ਖੇਤ ਅਪੜਿਆ ਤਾਂ ਵਿਰਲੇ ਛੋਲੇ ਵੇਖ ਕੇ ਉਹਦੀ ਇਹ ਉਦਾਸੀ ਹੋਰ ਵਧ ਗਈ ਲੋਕਾਂ ਦੇ ਛੋਲੇ ਗੋਡੇ ਦੀ ਚੱਪਣੀ ਤੋਂ ਵੀ ਉੱਚੇ ਹੋਏ ਟਾਟਾਂ ਨਾਲ ਮੁੜ ਕੇ ਧਰਤੀ ਨਾਲ ਲੱਗੇ ਹੋਏ ਸੀ ਪਰ ਇਹ ਸਤਮਾਹੇ ਨਿਆਣੀ ਵਾਂਗ ਜਿਗਟ-ਜਿਟ ਵੀ ਨਹੀਂ ਸੀ ਹੋਏ ਟਾਟ ਵੀ ਕੋਈ ਨਹੀਂ ਸੀ ਲੱਗੀ ਹੋਈ ਉਹ ਵੀ ਹਜ਼ਾਰਾਂ ਥਾਣੀ ਦੇ ਬੀਆਰ ਕੇ ਵੱਟ ਤੇ ਤੁਰਦਿਆਂ ਨੂੰ ਆਪਣੇ ਖੇਤ 'ਚ ਪਈਆਂ ਕਲਰੀਆਂ ਆਪਣੇ ਸਿਰ ਦੇ ਗੰਜ ਵਾਂਗ ਮਹਿਸੂਸ ਹੋਈਆਂ ਤੇ ਸੁੱਤੇ ਸੁਭਾਈ ਪੱਗ ਲਾ ਕੇ ਵਿਰਲੇ ਵਾਲਾਂ ਦੀ ਜੂੜੀ ਕਰਦੇ ਆਂ ਪੱਗ ਮੁੜ ਕੇ ਬੰਨਣ ਲੱਗ ਪਿਆ। ਸੂਬੇਦਾਰਾਂ ਦੇ ਥੋੜੇ ਤੇ ਆ ਕੇ ਉਹਨੇ ਅਗਲੇ ਖੇਤਾਂ ਵੱਲ ਨਿਗਾਹ ਮਾਰੀ ਤਾਂ ਕਿਦਰੇ ਵੀ ਕੋਈ ਕਲਰੀ ਜਾਂ ਦੌਗੀ ਨਹੀਂ ਦੇਸੀ। ਸਾਰੀ ਫਸਲ ਇੰਨੀ ਪਧਰੀ ਤੇ ਸੰਘਣੀ ਸੀ ਕਿ ਉੱਤੇ ਮੰਜਾ ਡੈਂਦਾ ਸੀ। ਸੂਬੇਦਾਰਾਂ ਦੇ ਖੇਤ ਦੇ ਨਾਲ ਲੱਗਵਾਂ ਇੱਕ ਟੱਕ ਘਨੇ ਨੰਬਰਦਾਰ ਦਾ ਸੀ ਉਸ ਚੋਰਲੇ ਪਾਸੇ ਇੱਕ ਕਿਆਰਾ ਰਹੁੰਦਾ ਸੀ ਬਾਕੀ ਸਾਰੀ ਕਣਕ ਸੀ ਪਰ ਖਾਲ ਦੇ ਖੱਬੇ ਹੱਥ ਜਿਹੜੇ ਦੋ ਕਿਆਰੇ ਵਿਲੇ ਪਏ ਸੀ ਉਹ ਬਾ ਸੁਹਾਕੇ ਹਥੇਲੀ ਵਾਂਗ ਪਧਰੇ ਕੀਤੇ ਹੋਏ ਸੀ ਕੁਝ ਰੋਣਾ ਵੱਲ ਵਿੰਦਾ ਰਿਹਾ ਫਿਰ ਧੋੜੇ ਉੱਤੇ ਦੀ ਹੋ ਕੇ ਸੂਬੇਦਾਰਾਂ ਦਾ ਤਾਰਾ ਮੀਰਾ ਮਿੱਧ ਦਾ ਟੇੜ ਪਾ ਕੇ ਘਨੇ ਕੀ ਕਣਕ ਚਝਾਵੜਿਆ ਹੁਣ ਰੇਰੂ ਵਾਲੇ ਕਿਆਰੇ ਵਾਲੀ ਕਣਕ ਨੂੰ ਬੁਰੀ ਤਰ੍ਹਾਂ ਲੱਤੜਦਾ ਐਵੇਂ ਇੱਧਰ ਉੱਧਰ ਤੁਰਿਆ ਫਿਰਦਾ ਸੀ ਜਿਵੇਂ ਕਿਸੇ ਦੀਆਂ ਪੈੜਾਂ ਲੱਭ ਰਿਹਾ ਹੋਵੇ ਤੇ ਜਦੋਂ ਕਣਕ ਦੇ ਬੂਟੇ ਦਾ ਮਧਮ ਜਿਹਾ ਜੜਗਾਟਾ ਪੈਂਦਾ ਤਾਂ ਚਿੱਤ ਨੂੰ ਤਸੱਲੀ ਜੀ ਹੁੰਦੀ ਮੂੰਹ ਦਾ ਸੁਆਦ ਇੰਜ ਲੱਗਣ ਲੱਗ ਪੈਂਦਾ ਜਿਵੇਂ ਉਹਨੇ ਰਾਤ ਦੀ ਬਚੀ ਮੋਠਾਂ ਬਾਜਰੇ ਦੀ ਖਿਚੜੀ ਤੱਤੀ ਚਾਹ ਪਾ ਕੇ ਖਾਧੀ ਹੋਵੇ ਰੁਲਦੂ ਵਾਂਚ ਤੁਰਿਆ ਫਿਰਦਾ ਬੁੱਲਾਂ ਤੇ ਜੀ ਫੇਰ ਰਿਹਾ ਸੀ ਉੰਜੀ ਬੇਬੇ ਦੀ ਖਿਚੜੀ ਦਾ ਚੇਤਾ ਆ ਗਿਆ ਜਿਹੜੀ ਹੁਣ ਬਰਿਆਂ ਤੋਂ ਸੁਪਨਾ ਹੋ ਗਈ ਹੋਈ ਸੀ ਕੌਣ ਧਰੇ ਕੌਣ ਖਾਏ ਪਰ ਉਦੋਂ ਪਤਾ ਨਹੀਂ ਇਹ ਕਿਹੜੇ ਜਨਮ ਦੀਆਂ ਗੱਲਾਂ ਸੀ ਉਹ ਰਾਤ ਨੂੰ ਤਿਓੜ ਪਾ ਕੇ ਕੱਲਾਈ ਅੱਧੀ ਤੌੜੀ ਖਾ ਜਾਂਦਾ ਤੇ ਫਿਰ ਬਾਬੇ ਦੀ ਬੇਬੇ ਦੀਆਂ ਮਿੰਤਾਂ ਕਰਦਾ ਕਿ ਤੜਕੇ ਚਾਹ ਨਾਲ ਖਾਣ ਲਈ ਥੋੜੀ ਕਿ ਬਚਾ ਕੇ ਰੱਖ ਦਵੇ ਜਿਉਂ ਦਾ ਰੱਖਦੀ ਤਾਂ ਉਸ ਨਾਲ ਹੂਰੋ ਹੂਰੀ ਹੋਣ ਤਾਂ ਹੀ ਜਾਂਦਾ ਤੇ ਉਹ ਵੀ ਸਮੇਂ ਬੀਤ ਗਏ ਸਨ ਜਲ ਕੋرائی ਤਾਂ ਉਹ ਤੋਂ ਕਦੇ ਬੇਬੇ ਵਰਗੀ ਖਿਚੜੀ ਨਾ ਬਣੀ ਖਾਂਦਾ ਖਾਂਦਾ ਜਦੋਂ ਬੇਬੇ ਦੀ ਖਿਚੜੀ ਯਾਦ ਕਰ ਲੈਂਦਾ ਤਾਂ ਕਈ ਵਾਰ ਉਹ ਹਿਰਕ ਕੇ ਆਖ ਦਿੰਦੀ ਖਬਰ ਹੈ ਬੇਬੇ ਕੀ ਦਾ ਆਖਾਂ ਪਾਉਂਦੀ ਸੀ ਉਹ ਮੋਠ ਬਾਜਰੇ ਉਹ ਜਾਏ ਖਾਣੇ ਗੋਹੇ ਤੇ ਤੌੜੀ ਇਕ ਹਾਰੀ ਜਰੂਰ ਨਵੀਂ ਆ ਬਸ ਪਤਾ ਨਹੀਂ ਪਰ ਉਹ ਜਿਹਾ ਸਵਾਦ ਨਹੀਂ ਹੁਣਾ ਦਾ ਉਹ ਫੇਰ ਵੀ ਇਹੋ ਆਖਦਾ ਤੇ ਕੁਝ ਸਮੇਂ ਪਿਛੋਂ ਤਾਂ ਖਿਚੜੀ ਉੰਜੀ ਭਾਗਾ ਚ ਮੁੱਕ ਗਈ ਸੀ ਜਲਕੁਰ ਚੌਂ ਵਰਿਆਂ ਦਾ ਸਿਉਨੇ ਅਰਗਾ ਪੁੱਤ ਛੱਡ ਕੇ ਤੁਰ ਗਈ ਉਸ ਪਿਛੋਂ ਖਿਚੜੀ ਦੀ ਗੱਲ ਤਾਂ ਕਿਧਰੇ ਰਹੀ ਰੁਲਦੂ ਚੰਗੀ ਰੜੀ ਰੋਟੀ ਨੂੰ ਵੀ ਤਰਸ ਗਿਆ ਸੀ ਪਹਿਲਾਂ ਕਿੰਨੇ ਵਰੇ ਆਪੇ ਹੀ ਕੱਚੀਆਂ ਪਿੱਲੀਆਂ ਥੱਪ ਕੇ ਖਾਂਦਾ ਰਿਆ ਹੁਣ ਮੁੰਡਾ ਪਕਾਉਣ ਜੋਗਾ ਹੋਇਆ ਤਾਂ ਉਹ ਵੀ ਉਦੋਂ ਵੀ ਚੰਦ ਚੜ੍ਹਨ ਲੱਗ ਪਿਆ ਨਾਲੇ ਉਹ ਪਕਾਉਂਦਾ ਵੀ ਕਦੋਂ ਸੀ ਬਹੁਤਾ ਹੋਇਆ ਕਿਤੇ ਡਰਦੇ ਨੇ ਦੋ ਗੁੱਲੀਆਂ ਲਾਤਤੀਆਂ ਨਹੀਂ ਤਾਂ ਜਿਉਂ ਜਾ ਕੇ ਖੇਡਣ ਲੱਗਦਾ ਅੱਧੀ ਅੱਧੀ ਰਾਤ ਤਾਈਂ ਘਰ ਨਹੀਂ ਸੀ ਮੁੜਦਾ ਘਰ ਨੂੰ ਮਿੱਟੀ ਲਾਇਆ ਅੰਦਰ ਤਲੀ ਫੇਰਿਆ ਬਰੇ ਹੀ ਬੀਤ ਗਏ ਸੀ ਇੰਝ ਲੱਗਦਾ ਜਿਵੇਂ ਇੱਥੇ ਬੰਦੇ ਨਹੀਂ ਪ੍ਰੇਤ ਵਸਦੇ ਹੋਣ ਤੇ ਨਾਲੇ ਤੀਵੀਂ ਬਿਨਾ ਕਾਦਾ ਕਰ ਹੁੰਦਾ ਪਰ ਤੀਵੀਂ ਕਿਸੇ ਦੀ ਤਾਂ ਫੜ ਕੇ ਨਹੀਂ ਨਾ ਲਿਆਂਦੀ ਜਾਂਦੀ ਕੀ ਕਰੇ ਫਿਰ ਬੰਦਾ ਉਹ ਜਦੋਂ ਸੋਚਾਂ ਤੇ ਕਣਕ ਦੇ ਖਿਆਰੇ ਚੋਂ ਨਿਕਲ ਕੇ ਖਾਲ ਦੀ ਵੱਟ ਤੇ ਆਖੜ ਉੱਤਾ ਤਾਂ ਵੇਖ ਕੇ ਰਤਾ ਹੈਰਾਨ ਹੋਇਆ ਕਿ ਉਸ 3-4 ਮਰਲੇ ਥਾਂ ਤੇ ਜਿਵੇਂ ਗਾਹੀ ਪਾਤਾ ਸੀ ਮਿੱਧੇ ਹੋਏ ਬੂਟਿਆਂ ਦੇ ਪੱਤਿਆਂ ਵਿੱਚੋਂ ਅਜੀਬ ਜਿਹੀ ਹੁਮਕਾ ਰਹੀ ਸੀ ਨੱਕ 'ਚ ਹੁਮਕ ਨਾਲ ਜਲੂਨ ਹੋਣ ਲੱਗ ਪਈ ਸੀ ਤੇ ਇਸ ਨਾਲ ਉਹਦੇ ਚਿੱਤ ਦੀ ਤਸੱਲੀ ਵੱਧਦੀ ਜਾਂਦੀ ਸੀ ਹਿੱਕ 'ਚ ਨਿਗਝਿਆ ਮਹਿਸੂਸ ਹੁੰਦਾ ਸੀ ਕੁੱਚਰ ਪਿੱਛੋਂ ਤੋਂ ਤੁਰਨ ਲੱਗਿਆ ਉਹਨੇ ਸਾਰੇ ਜ਼ੋਰ ਨਾਲ ਖੱਬੇ ਪੈਰ ਦਾ ਇੱਕ ਠੇਡਾ ਹੋਰ ਮਾਰਿਆ ਤੇ ਵੱਟ ਦੇ ਨਾਲ ਲੱਗਵੇਂ ਪੰਜ ਸੱਤ ਬੂਟੇ ਜੜੋਂ ਪੁੱਟ ਕੇ ਭਗਾ ਮਾਰੇ ਫਿਰ ਕਚੀਚੀ ਲੈ ਕੇ ਇੱਕ ਸੋਟੀ ਮਾਰੀ ਕਰਾਰੀ ਗਾਲ ਕੱਢੀ ਤੇ ਪਿਛਾਂ ਮੁੜ ਪਿਆ ਪਰ ਵੱਟਾਂ ਤੇ ਤੁਰਦਿਆਂ ਨੂੰ ਚਿੱਤ ਵਿੱਚ ਕੋਈ ਉਪਰੀ ਜੀ ਹੀਠੀ ਮਹਿਸੂਸ ਹੋਣ ਲੱਗ ਪੈਂਦੀ ਅੱਜ ਤਾਂ ਹੀਠੀ ਦੇ ਨਾਲ-ਨਾਲ ਜਿਵੇਂ ਨਮੂਸ਼ੀ ਵੀ ਆਉਂਦੀ ਸੀ ਇੱਕੋ ਵਾਹਣ ਵੱਟ ਤੇ ਤੁਰ ਸਕਿਆ ਫਿਰ ਲੋਕਾਂ ਦੀਆਂ ਕਣਕਾਂ ਛੋਲੇ ਤੇ ਸਰਵਾ ਮਿੱਦਦਾ ਹੋਇਆ ਪਿੰਡ ਨੂੰ ਮੁੜ ਪਿਆ ਪਿੰਡ ਦੇ ਨੇੜੇ ਆ ਕੇ ਡੋਰ ਭਰਾਜੇ ਹੋ ਕੇ ਆਸੇ-ਪਾਸੇ ਤੱਕਿਆ ਤੇ ਉੱਕਾ ਸਮਝ ਨਹੀਂ ਆਈ ਬਈ ਉਹ ਖੇਤ ਕੀ ਕਰਨ ਗਿਆ ਸੀ ਬਿੰਦ ਦਾ ਬਿੰਦ ਕੁਝ ਯਾਦ ਕਰਨਾ ਚਾਹਿਆ ਪਰ ਕਾਲਜੀ ਚ ਪੈਂਦੀ ਖੋ ਨੇ ਰੋਟੀ ਵੇਲੇ ਦਾ ਹੀ ਚੇਤਾ ਕਰਾਇਆ ਬਲਦ ਵੀ ਭੁੱਖੇ ਹੀ ਖੜੋਤੇ ਸੀ ਅੱਜ ਤਾਂ ਉਹਨਾਂ ਵਾਸਤੇ ਹਰਾ ਵੀ ਨਹੀਂ ਸੀ ਲਿਆਂਦਾ ਘਰੇ ਆਇਆ ਤਾਂ ਵੇਖਿਆ ਵਿਹੜੇ ਦਾ ਬੂਹਾ ਚਪਟਾ ਖੁੱਲਾ ਪਿਆ ਸੀ ਸਬਾਤ ਦਾ ਗੁੰਡਾ ਤੜਿਆ ਹੋਇਆ ਸੀ ਪਰ ਚਾਹ ਵਾਲੇ ਸਾਰੇ ਭਾਂਡੇ ਇੱਧਰ ਉੱਧਰ ਖਿਲਰੇ ਹੋਏ ਸੀ ਆਟੇ ਦੀ ਲਿਬੜੀ ਫੁੱਟੀ ਹੋਈ ਪ੍ਰਾਤ ਚੁੱਲ੍ਹੇ ਦੇ ਵੱਟੇ ਨਾਲ ਉਵੇਂ ਦੀ ਉਵੇਂ ਪਈ ਸੀ ਬਲਦਾਂ ਦੀ ਖੁਰਲੀ 'ਚ ਨਿਰੀਆਂ ਕੁੰਡੀਆਂ ਰਹਿਗੀਆਂ ਸੀ ਮੌਲੇ ਦੇ ਲੱਕੇ ਹੋਰ ਅੰਦਰ ਧਸ ਗਏ ਲੱਗਦੇ ਸੀ ਉਹਨੂੰ ਅੰਦਰ ਵੱੜਦਿਆਂ ਵੇਖ ਕੇ ਸਾਵਾ ਵੜ ਘਰਮ ਬਿਆ ਸੀ ਰੁਲਦੂ ਦਾ ਮਨ ਬੇਕਾਬੂ ਹੋ ਗਿਆ ਉਹ ਮੁੰਡੇ ਨੂੰ ਗਾਲਾਂ ਕੱਢਦਿਆਂ ਬੈਠ ਕੇ ਤੇ ਪਿੰਡੇ ਤੇ ਹੱਥ ਫੇਰਦਾ ਉਸ ਨਾਲ ਗੱਲ ਹੀ ਲੱਗ ਪਿਆ ਕਰੀਏ ਕੀ ਸਾਹੂ ਕੋਈ ਵਾਹ ਨਹੀਂ ਜਾਂਦੀ ਜੀ ਤਾਂ ਐਂ ਕਰਦਾ ਵੀ ਸਾਲੇ ਛੋਰ ਦਾ ਗਲ ਘੁੱਟ ਕੇ ਛਪੜੀ 'ਚ ਦਬਾਈਏ ਇੰਨਾ ਅਲੱਖਪਣਾ ਕੀ ਆ ਆ ਵੇਖ ਕੀ ਹਾਲ ਕੀਤਾ ਕਰਦਾ ਖੁਰਲੀ ਚ ਜਾੜ ਖੁਰਲਣ ਨੂੰ ਢੱਕਾ ਨਹੀਂ ਤੇਰਾ ਹੀ ਹਾਲ ਵੇਖ ਵੇਖ ਲੈ ਕੀ ਕਰ ਛੱਡਿਆ ਮੌਲੇ ਨਾਲੋਂ ਵੀ ਝੰਵਿਆ ਲੱਗਦਾ ਹੁਣ ਤੇਰੀ ਐਂ ਭਲਾਂ ਭੁੱਖਾ ਰਹਿਣ ਦੀ ਉਮਰ ਐ ਸਭ ਕੁਝ ਘਰੇ ਹੁੰਦੇ ਆ ਹੁੰਦੇ ਆ ਆਹ ਹਾਲ ਹੋਇਆ ਪਿਆ ਤੁਹਾਡਾ ਜੇ ਕੁਝ ਨਾ ਹੋਵੇ ਤਾਂ ਖਬਰੇ ਸਾਲਾ ਤੁਹਾਨੂੰ ਹੁਣ ਨੂੰ ਮਜਬੀਆਂ ਨੂੰ ਹੀ ਚਕਾ ਦਿੰਦਾ ਐ ਤੇਰੀ ਮਾਂ ਪਰ ਉਹ ਜਲਕਰ ਨੂੰ ਗਾਲ ਨਹੀਂ ਕੱਢ ਸਕਿਆ ਫਿਰ ਆਪਣੇ ਝੂਠ ਤੇ ਅੰਦਰੋਂ ਅੰਦਰੀ ਰਤਾ ਗੁੱਸਾ ਆ ਗਿਆ ਵੜਕਾ ਉਹਦਾ ਹੱਥ ਛੱਟਦਿਆਂ ਕਾਲੀਆਂ ਮੋਟੀਆਂ ਅੱਖਾਂ ਨਾਲ ਉਸ ਵੱਲ ਕਣਖਾ ਜਾ ਚਾਕਿਆ ਤਾਂ ਰੂਲਦੂ ਨੂੰ ਇੰਨੀ ਸ਼ਰਮ ਆਈ ਕਿ ਅੱਖਾਂ ਪਰਾਂ ਪੁਹਾ ਕੇ ਖਿਲਰੇ ਪਾਂਡਿਆਂ ਵੱਲ ਚਾਕਣ ਲੱਗ ਪਿਆ ਫਿਰ ਹੱਥਗਾਹ ਕਰਕੇ ਉਹਦੇ ਨਿੱਕੇ ਨਿੱਕੇ ਸਿੰਗਾ 'ਚ ਖੁਰਕ ਕਰਨ ਲੱਗ ਪਿਆ ਉਹਨੂੰ ਲੱਗਿਆ ਕਿ ਪੁੱਤਾਂ ਵਾਂਗ ਪਾਲੇ ਵੜ ਕੇ ਅੱਗੇ ਐਡਾ ਝੂਟ ਕਿਵੇਂ ਬੋਲ ਸਕਦਾ ਸੀ ਛੋਲੇ ਮੁਖਿਆਂ ਨੂੰ ਤਾਂ ਮਹੀਨਾ ਹੋ ਗਿਆ ਸੀ ਹਰੇ ਪੱਠੇ ਵੀ ਮੁੱਕ ਗਏ ਸੀ ਕਦੇ ਥੱਬੀ ਕਿਸੇ ਤੋਂ ਮੰਗ ਲਿਆਂਦੀ ਤਾਂ ਪਾਤੇ ਨਹੀਂ ਤਾਂ ਸੁੱਕੀ ਤੂੜੀ ਨਾਲੇ ਪਸ਼ੂ ਢਿੱਡ ਭਰਦੇ ਸੀ ਫਿਰ ਭਲਾਓ ਤੋਂ ਕੀ ਗੁੱਝਾ ਸੀ ਨਾਲੇ ਪਸ਼ੂ ਇੱਕ ਬੋਲਦੇ ਹੀ ਨਹੀਂ ਸਮਝ ਤਾਂ ਸਾਰੀ ਹੁੰਦੀ ਹੈ ਇਹਨਾਂ ਨੂੰ ਵੀ ਉਹਨੇ ਬੈੜ ਕੇ ਨੂੰ ਸੁੱਕੀ ਥਾਪੀ ਦਿੱਤੀ ਤੇ ਤੂੜੀ ਦੀ ਟੋਕਰੀ ਭਰਨ ਕੋਠੜੀ ਵੱਲ ਤੁਰ ਪਿਆ ਮੁੱਠੀ ਜੰਦਰੇ ਨੂੰ ਝਟਕਾ ਮਾਰਿਆ ਜੰਦਰਾ ਕੁੰਡਾ ਇਕੱਠੀ ਖੋਲ ਕੇ ਜਦੋਂ ਅੰਦਰ ਵੜਿਆ ਤਾਂ ਛੱਤ ਤੇ ਮਗਰਲੇ ਪਾਸੇ ਤੇ ਖਾ ਚਾਨਣ ਵੇਖ ਕੇ ਹੈਰਾਨੀ ਨਾਲ ਛੱਤ ਵੱਲ ਝਾਕਣ ਲੱਗ ਪਿਆ ਇੱਕ ਖੁੰਝੇ ਚ ਚੂਹਿਆਂ ਦੀਆਂ ਦੋ ਖੁੱਡਾਂ ਜਿੰਨਾ ਚੌੜਾ ਮਘੋਰਾ ਹੋਇਆ ਹੋਇਆ ਸੀ ਦੋ ਕੜੀਆਂ ਦੇ ਸਿਰੇ ਹੀਟ ਲੰਮਕੇ ਹੋਏ ਸੀ ਮਘੋਰਾ ਕਿਸੇ ਜਨੌਰ ਨੇ ਕੀਤਾ ਲੱਗਦਾ ਸੀ ਫਿਰ ਉਹਨੇ ਗੋਹ ਨਾਲ ਸਾਰੀ ਛੱਤ ਵੱਲ ਨਿਗਾ ਮਾਰੀ ਤਾਂ ਅੱਖੇ ਹੋਏ ਕੜੀਆਂ ਤੇ ਛਤੀਰਾਂ ਉਤੋਂ ਦੀ ਥਾਂ ਥਾਂ ਘਰਾਲਾਂ ਵੱਗੀਆਂ ਹੋਈਆਂ ਸੀ ਥਾਂ ਥਾਂ ਤੇ ਸਿਰਕੀਆਂ ਕਾਨੇ ਟੁੱਟ ਕੇ ਪੁਰਾਣੀ ਮਿੱਟੀ ਪੁਰਪੁਰ ਕਰ ਰਹੀ ਸੀ ਲੱਗਦੀ ਸੀ ਛਤੀਰਾਂ ਦੇ ਸਿਰਿਆਂ ਕੋਲੋਂ ਕੰਦਾਂ ਤੋਂ ਲਿਓੜ ਲੱਥ ਗਏ ਸੀ ਇੱਕ ਸ਼ਤੀਰ ਦੇ ਹੇਠ ਹੁੰਦਾ ਇੱਟਾਂ ਵੀ ਟੁੱਟ ਕੇ ਡਿੱਗ ਪਈਆਂ ਸੀ ਤੇ ਉਸਾਂ ਨੇ ਕੰਧ ਧੋਂ ਗਿਆ ਲੱਗਦਾ ਸੀ ਰੁਲਦ ਨੂੰ ਇਹੋ ਮਹਿਸੂਸ ਹੋਇਆ ਜਿਵੇਂ ਇਸ ਕੋਠੜੀ 'ਚ ਪਹਿਲੀ ਵਾਰ ਆਇਆ ਹੋਵੇ ਉੱਕਾ ਉਪਰੀ ਤੇ ਟੱਠੀ ਹੋਈ ਦਿਸਦੀ ਸੀ ਬਿੰਦੂ ਕੋ ਪਿਛੋਂ ਨੂੰ ਆਪਣਾ ਸਾਹ ਖਿੱਚਵਾਉਣ ਆਉਂਦਾ ਲੱਗਿਆ ਤਾਂ ਕਾਲ ਨਾਲ ਟੂੜੀ ਦੀ ਟੋਕਰੀ ਭਰ ਕੇ ਬਾਹਰ ਆ ਗਿਆ ਚਿਤਚਾਨ ਚੱਕੀ ਜਿਵੇਂ ਪਤਾਲ 'ਚ ਲੈਣ ਲੱਗ ਪਿਆ ਸੀ ਲੱਤਾਂ 'ਚ ਸਾਹ ਸੱਤ ਮੁੱਕਦਾ ਜਾ ਰਿਹਾ ਸੀ ਤੋੜੀ ਖੁਰਲੀ 'ਚ ਸੁੱਟ ਕੇ ਚੁੱਲ੍ਹੇ ਕੋਲ ਕੰਧ ਨਾਲ ਪਈ ਮੰਜੀ ਸਿੱਧੀ ਕਰਦਿਆਂ ਲੰਮਾ ਜਾ ਪਿਆ। ਲੇਟਦੇ ਆਂ ਇਹੋ ਮਹਿਸੂਸ ਹੋਇਆ ਜਿਵੇਂ ਖੂਚ ਲੈਂਦਾ ਜਾ ਰਿਹਾ ਹੋਵੇ। ਨੀਵਾ ਹੀ ਨੀਵਾ ਸਾਹ ھیਟਲਾ ھیਟ ਉਤਲਾ ਉੱਤੇ ਹੀ ਰਹਿ ਗਿਆ ਲੱਗਦਾ ਸੀ। ਕਿੰਨੇ ਚਿਰ ਪਿਛੋਂ ਅੱਖਾਂ ਖੋਲੀਆਂ ਤੇ ਗਲੀ ਵਾਲੇ ਖੁੱਲੇ ਪਏ ਬੂਹੇ ਵੱਲ ਨਿਗਾ ਗੱਡ ਕੇ ਝਾਕਣ ਲੱਗ ਪਿਆ। ਬਾਹਰ ਕੋਈ ਨਹੀਂ ਸੀ ਦਿਸਦਾ। ਗਲੀ ਦੇ ਪਾਰ ਗਿਆਨੇ ਕਾ ਬੂਹਾ ਵੀ ਬੰਦ ਸੀ। ਸ਼ਾਇਦ ਬਾਹਰੋਂ ਜੰਦਾ ਵਜਿਆ ਹੋਇਆ ਸੀ ਨਹੀਂ ਤਾਂ ਅੱਗੇ ਗਿਆਨੇ ਦੀ ਤੀਵੀਂ ਅੰਦਰ ਬਾਹਰ ਫਿਰਦੀ ਦਿਸੀ ਪੈਂਦੀ ਸੀ ਉਹਨੂੰ ਵੇਂਦਿਆਂ ਰੁਲਦੂ ਦੇ ਚਿੱਤ ਨੂੰ ਗੁੱਜੀ ਤਸੱਲੀ ਹੁੰਦੀ ਸਮੋਂ ਸਮੋਂ ਸਮਰੱਥ ਕਦੇ ਉਹ ਵੀ ਦਿਨ ਹੁੰਦੇ ਸੀ ਕਿ ਉਹਦੇ ਵਸਤੇ ਰਸਤੇ ਘਰੇ ਦਿਨ 'ਚ 10 ਕਿੜੇ ਮਾਰ ਜਾਂਦੀ ਹੁੰਦੀ ਸੀ ਤੇ ਰੁਲਦੂ ਦੇ ਔਰ ਨੂੰ ਨਿੱਕੇ ਨਿੱਕੇ ਮੁਖੌਲ ਵੀ ਕਰ ਜਾਂਦੀ ਹੁੰਦੀ ਪਰ ਹੁਣ ਜੁਗੜੇ ਹੀ ਬੀਤ ਗਏ ਸੀ ਕਦੇ ਉਹਨੇ ਗਲੀ ਦਾ ਉਰਲਾਦਤ ਵੀ ਨਹੀਂ ਸੀ ਉਲੰਘਿਆ ਉਨੇ ਅਸਮਾਨ ਵੱਲ ਤੱਕਿਆ ਤੇ ਬੜੇ ਅਜੀਬ ਵੱਡੇ ਵੱਡੇ ਜਨੌਰ ਉੱਡੇ ਜਾਂਦੇ ਵੇਖ ਕੇ ਹੈਰਾਨ ਹੋ ਗਿਆ ਫਿਰ ਸੁਚੇਤ ਹੋ ਕੇ ਸੋਚਿਆ ਤਾਂ ਪਤਾ ਲੱਗ ਗਿਆ ਗਿਰਜਾਂ ਹੱਡਾ ਹੱਡਾਂ ਰੂੜੀ ਵਾਲੇ ਪਾਸਿਓਂ ਉੱਡ ਕੇ ਕਿਸੇ ਮਾਰਤੇ ਜਾ ਰਹੀਆਂ ਪਹਿਲਾਂ 10 10 15 15 ਇਕੱਠੀਆਂ ਲੰਘੀਆਂ ਫਿਰ 2 2 4 4 ਹੁਣ ਕੋਈ ਕੋਈ ਰਹੀ ਖੋਈ ਬਨੇਰਿਆਂ ਨਾਲ ਕਸਰਦੀ ਖੰਭਾਂ ਦੀ ਛੂਕਰ ਪਾਉਂਦੀ ਲੰਘਦੀ ਤਾਂ ਐਵੇਂ ਹੀ ਤਰਹਿ ਜਾਂਦਾ ਪਾਲਾ ਲੱਗਿਆ ਉਹ ਸੁੱਟ ਕੇ ਸਬਾਤ ਦਾ ਬੂਹਾ ਖੋਲਿਆ ਤੇ ਮੰਜੀ ਚੁੱਕ ਕੇ ਅੰਦਰ ਲੈ ਗਿਆ ਰੱਸੀ ਉੱਤੋਂ ਖੁੱਥੇ ਲੋਗੜ ਵਾਲਾ ਅਣ ਨਗੰਦਿਆ ਮੈਲਾ ਲੇਫ ਲਾਇਆ ਤੇ ਮੂੰਹ ਸਿਰ ਵਲੇਟ ਕੇ ਫਿਰ ਲੇਟ ਗਿਆ ਵਿੜੇ ਚ ਵੜ ਕਰੰਬਿਆ ਇੱਕ ਹੋਰ ਗਿਰਜ ਬਨੇਰੇ ਉਤੋਂ ਦੀ ਛੂਕ ਦੀ ਲੰਗੀ ਸੀ ਤੇ ਉਹ ਰੁਲਦੂ ਵਾਂਗੀ ਤੇ ਰਹਿ ਗਿਆ ਸੀ ਉਦੋਂ ਹੀ ਉਸ ਮੌਲੇ ਦੇ ਢੁੱਡ ਮਾਰੀ ਮੌਲਾ ਨੇ ਤਾਣੀ ਅੱਖਾਂ ਫਰਕਾ ਕੇ ਕੰਨ ਫੜਕਾਉਂਦਾ ਤੂੜੀ ਦਾ ਵੱਡਾ ਸਾਰਾ ਬੁਰਕ ਭਰ ਗਿਆ ਪਰਾਂ ਹੋ ਕੇ ਹੌਲੀ ਹੌਲੀ ਮੂੰਹ ਹਿਲਾਉਣ ਲੱਗ ਪਿਆ ਪਰ ਤੂੜੀ ਅੱਧੀ ਉਹਦੇ ਮੂੰਹ ਘਿਰ ਰਹੀ ਸੀ ਤੇ ਰੁਲਦ ਨੂੰ ਕਿਸੇ ਗੱਲ ਦਾ ਕੋਈ ਪਤਾ ਨਹੀਂ ਸੀ ਲੱਗਿਆ ਉਹਨੂੰ ਇਹ ਵੀ ਪਤਾ ਨਹੀਂ ਸੀ ਕਿ ਘਰ ਘਰ ਲੋਕ ਪਾਲੇ ਕੇ ਵਿੜੇ ਚ ਬੈਠੀ ਪੁਲਿਸ ਦੀਆਂ ਗੱਲਾਂ ਕਰਨ ਲੱਗੇ ਹੋਏ ਸੀ ਸਭ ਦਾ ਇਹੋ ਖਿਆਲ ਸੀ ਕਿ ਕਣੇ ਦੇ ਮੁੰਡੇ ਨੇ ਰੱਪ ਚ ਪਾਲੇ ਦੇ ਤਿੰਨਾ ਮੁੰਡਿਆਂ ਦਾ ਹੀ ਨਾਂ ਲਖਾਤਾ ਸੀ ਤੇ ਪੁਲਿਸ ਹੁਣ ਦੋਹਾਂ ਛੋਟਿਆਂ ਨੂੰ ਫੜਨ ਆਈ ਸੀ ਪਰ ਮੁੰਡੇ ਭੱਜ ਗਏ ਸੀ ਇਸ ਕਰਕੇ ਹੁਣ ਪੁਲਸੀਏ ਹਰਕੁਰ ਨੂੰ ਹੱਬ ਦੱਬ ਕਰੀ ਜਾਂਦੇ ਸੀ ਤੇ ਥਾਣੇਦਾਰ ਬੜਾ ਸਖਤ ਦੱਸਿੰਦਾ ਸੀ ਕਿਸੇ ਦੀ ਨਹੀਂ ਸੀ ਮੰਨਦਾ ਰੋਲਦੂ ਦਾ ਗਵੰਡੀ ਗਿਆਨਾਂ ਤੇ ਪ੍ਰਤਾਪਾ ਚੀਨੀਆਂ ਹੁਣੇ ਉੱਥੋਂ ਆਏ ਸੀ ਗਲੀ ਚ ਖੜੋਤੇ ਹੌਲੀ ਹੌਲੀ ਇਹੋ ਗੱਲਾਂ ਕਰਨ ਲੱਗ ਪਏ ਨਹੀਂ ਭਾਈ ਗੱਲ ਕੁਝ ਜ਼ਰੂਰ ਹੈ ਐਵੇਂ ਹੁਣ ਤੂੰ ਦੱਸ ਵੀ ਥਾਣੇਦਾਰ ਨੂੰ ਕਿਵੇਂ ਸੁਪਨਾ ਆ ਗਿਆ ਵੀ ਉਹ ਛੀ ਗੋਲੀ ਦਾ ਨਜਾਇਜ਼ ਪਿਸਤੌਲ ਲੈਣ ਗਿਆ ਤਿੰਨ ਦਿਨ ਭਾਈ ਕਿਆਂ ਵਾਲੇ ਕੈਲੇ ਕੋਲੇ ਰਹਿ ਕੇ ਆਇਆ ਸੀ ਚੀਨੀ ਆਪਣੀ ਦਲੀਲ ਦੇ ਰਿਹਾ ਸੀ ਕੈਲਾ ਕਿਹੜਾ ਓਏ ਭੜਿਆ ਆਹ 10 ਲੰਬਰੀਆ ਬਨमाश ਜਿਹੜੇ ਸੁਬੇਦਾਰਾਂ ਦੇ ਮੁਕਦਮੇ ਵਿੱਚ ਬਗਲਿਆ ਗਿਆ ਸੀ ਪ੍ਰਤਾਪਾ ਗੱਲ ਕਰ ਰਿਹਾ ਸੀ ਜਿਵੇਂ ਉਹਨੂੰ ਵੀ ਪੁਲਿਸ ਵਾਂਗ ਸਾਰੇ ਭੇਦ ਦਾ ਪਤਾ ਹੋਵੇ ਨਾਲੇ ਤੂੰ ਸਿਆਣਾ ਜੇ ਪੁਲਿਸ ਆਪਦੀ ਆਈ ਤੇ ਆ ਜੀ ਫਿਰ ਭੇਦ ਕੱਢਣ ਛੱਡਦੀ ਹੈ ਹੁਣ ਅੱਵਲ ਤਾਂ ਤਿੰਨੇ ਨਹੀਂ ਫਿਰ ਮੋਦਨ ਤਾਂ ਫਾਇਤੋਂ ਘੱਟ ਛੁੱਟਦਾ ਨਹੀਂ ਵੇਖ ਲਈ ਤੇਰੇ ਕੋਲ ਹੈ ਗਿਆਨੇ ਨੇ ਡੂੰਗਾ ਹੋਕਾ ਭਰਿਆ ਤੇ ਹੂੰ ਕਹਿ ਕੇ ਅੰਦਰ ਜਾ ਵੜਿਆ ਘਰ ਘਰ ਇਹ ਵਾਰਤਾ ਤੁਰੀ ਹੋਈ ਸੀ ਕਈ ਉਜੜਦੇ ਘਰ ਦੇ ਫਿਕਰ ਚ ਖੁਬੇ ਹਮਦਰਦੀ ਨਾਲ ਉਦਾਸ ਉਦਾਸ ਗੱਲਾਂ ਕਰ ਰਹੇ ਸੀ ਪਰ ਕਈ ਤमाशबीन ਕੀ ਹੁੰਦਾ ਵੇਖਣ ਦੇ ਚਾਹੀ ਚਾਹੁੰਦੇ ਸੀ ਕੁਝ ਨਾ ਕੁਝ ਤਾਂ ਹੋਵੇ ਹੁਣੇ ਕੋਈ ਅੱਧ ਪੈਰ ਪਹਿਲਾਂ ਸੱਤ ਵਿੱਚੋਂ ਬੈਂਗੀ ਤੇ ਤਿੰਨ ਤੋੜੇ ਤੇ ਰੀਪੂਰਨ ਮਹਿਰਾ ਮਿਰਾਬ ਕੇ ਅਗਵਾੜ ਵੱਲ ਜਾਂਦੇ ਆ ਰੇਵੀਆਂ ਚਾਲ ਪਿਆ ਨਿਧਾਨੇ ਧੂਸ਼ ਦੀ ਗੱਲ ਸੁਣ ਕੇ ਦੂਰ ਤਾਈ ਜਿਵੇਂ ਰਾਗ ਹੀ ਗਾਉਂਦਾ ਤੁਰਿਆ ਗਿਆ ਸੀ ਚੰਗਾ ਚੰਗਾ ਖੜਕਾ ਦੜਕਾ ਹੁੰਦਾ ਹੀ ਚੰਗਾ ਹੁੰਦਾ ਹੀ ਚੰਗਾ ਬਈ ਬੇਲੀਆ ਹੁੰਦਾ ਹੀ ਚੰਗਾ ਖੜਕਾ ਦੜਕਾ ਹੁੰਦਾ ਹੀ ਚੰਗਾ ਰੋੜਾ ਰੱਪਾ ਪੈਂਦਾ ਚੰਗਾ ਹਲਵਾ ਮੰਡਾ ਪਕਦਾ ਚੰਗਾ ਇਹ ਸਾਲਾ ਮੈਰਾ ਹਰ ਵੇਲੇ ਉਹੀ ਬੋਕਰ ਖੜੀ ਰੱਖਦਾ ਤੂੰ ਉਸਨੇ ਹਰ ਕੇ ਕਿਹਾ ਭਲ ਤੂੰ ਕਿਉਂ ਖੜਕਾ ਦੜਕਾ ਭਾਲਦਾ ਕੰਜਰ ਦੇ ਪੁੱਤਾਂ ਤੈਨੂੰ ਤਾਂ ਵਸਦੇ ਘਰਾਂ ਦਾ ਹੀ ਭਾ ਪਰ ਇਸ ਊਤ ਨੂੰ ਅਕਲ ਕਿੱਥੇ ਇਹਨੇ ਵਾਸਤੇ ਘਰਾਂ ਚੋਂ ਹੁਣ ਕੀ ਲੈਣਾ ਮੱਗਰ ਬੋਲੇ ਨੇ ਘੂਰ ਕੇ ਮੋੜ ਮੋੜ ਦੇ ਪੂਰਨ ਵੱਲ ਵੰਦਿਆ ਮੋੜ ਕੀਤਾ ਲੰਡਾ ਜਿਹੜਾ ਪਹਾੜਾਂ ਦਾ ਸਾਥੀ ਰਨਨੀ ਕੰਨਣੀ ਅੱਜ ਇੱਥੇ ਕੱਲ ਨੂੰ ਅਗਲੇ ਪਿੰਡ ਸੇ ਘਰੋ ਘਰੀ ਲੋਕ ਸਭ ਨਲਕੇ ਲਗਾਈ ਦੇ ਤੇ ਇਹ ਕਹਿੰਦਾ ਵੀ ਹੁਣ ਲੋਕਾਂ ਤੋਂ ਆਪਾਂ ਕੀ ਟਿੰਡੀਆਂ ਲੈਣੀ ਐ ਅੱਜ ਨਹੀਂ ਤਾਂ ਕੱਲ ਨੂੰ ਪਿੰਡ ਤਾਂ ਛੱਡਣਾ ਪੈਣਾ ਇਹੋ ਜਿਹਾ ਤਾਂ ਉਜਾੜ ਹੀ ਭਾਲਦਾ ਹੁੰਦਾ 12 12 ਕੋਹਾਂ ਦੀ ਨਾਲੇ ਦਰਦ ਹੁੰਦਾ ਕਬੀਲਦਾਰ ਬੰਦੇ ਨੂੰ ਜਿਹਦੇ ਬਾਲ ਬੱਚਾ ਹੋਵੇ ਰਿਸ਼ਤੇਦਾਰ ਹੋਣ ਸ਼ਰੀਕਾ ਕਬੀਲਾ ਹੋਵੇ ਇਹੋ ਜਿਹਾਂ ਦਾ ਕੀ ਐ ਇਹ ਹੋਇਆ ਜਿਉਨੇ ਦਾ ਰੁਲਦੂ ਹੋਇਆ ਠੀਰੂ ਮਜ ਵੀ ਹੋਇਆ ਫਿਰ ਭਾਈ ਤੇਰਾ ਸਾਬ ਭਲਾ ਕਰੇ ਲੇਖੂ ਜਮਿਆਰ ਹੋਇਆ ਇਹ ਹੁਣ ਤੇਰੇ ਚਿੱਤ ਚ ਐ ਬਈ ਲੋਕਾਂ ਦਾ ਭਲਾ ਚਾਹੁੰਦੇ ਆ ਬਾਗਰੂ ਬਾਗਰੂ ਕਰ ਇਹਨਾਂ ਨੂੰ ਤਾਂ ਜਿੱਦੇ ਕੋਈ ਕਾਣ ਮਕਾਣ ਪੁਲਿਸ ਥਾਣਾ ਪਿੰਡ ਚ ਨਾ ਦਿਸੇ ਉਦੋਂ ਗਿੱਦੜਾਂ ਵਾਂਗੂ ਮੂੰਹ ਤਾਹਾਂ ਚੱਕ ਚੱਕ ਕੇ ਹੁਆਂਕਣ ਲੱਗ ਪੈਂਦੇ ਆ ਤੇ ਮਗਰ ਆਪਣੀ ਐ ਮਾਰੀ ਜਾਂਦਾ ਸੀ ਪਰ ਨਿਦਾਨੇ ਧੂਸ਼ਦਾ ਉਦੀ ਗੱਲ ਵੱਲ ਕੋਈ ਧਿਆਨ ਨਹੀਂ ਸੀ ਉਹ ਵੇੜੇ ਚ ਵਾਹੋਦਾ ਯਾਰਾ ਲਾਲੂ ਚੌਕੀਦਾਰ ਵੱਲ ਝਾਕੀ ਜਾਂਦਾ ਸੀ ਚੌਕੀਦਾਰ ਉਹਨਾਂ ਦੇ ਕੋਲੋਂ ਦੀ ਲੰਘਣ ਲੱਗਿਆ ਤਾਂ ਉਹਨੇ ਝੱਕਦਿਆਂ ਝੱਕਦਿਆਂ ਆਵਾਜ਼ ਮਾਰ ਲਈ ਕੀ ਗੱਲ ਸਰਦਾਰ ਸਾਹਾ ਜੇ ਇੱਥੇ ਹੀ ਇੱਧਰ ਕਿੱਧਰ ਜਾ ਆਇਆ ਆਹੋ ਮੈਂ ਤਾਂ ਨੰਬਰਦਾਰ ਸਾਹਿਬ ਨੂੰ ਸੱਦਣ ਗਿਆ ਸੀ ਤੇ ਉਹ ਖੱਬੇ ਸੱਜੇ ਬੜੇ ਰੋਮ ਜੇ ਨਾਲ ਝਾਕਦਾ ਤੇ ਮੋਢੇ ਤੇ ਰੱਖਿਆ ਧੁੱਤਾ ਸਮਾਰਿਆ ਮੁਕਾ ਮੋੜ ਮੋੜ ਬੋਝਦਾ ਉਹਨਾਂ ਵੱਲੋਂ ਬੇ ਧਿਆਨ ਹੋ ਕੇ ਉਸੇ ਚੱਲ ਤੁਰਿਆ ਗਿਆ ਲੈ ਬੋਲ ਮਗਰ ਨੇ ਉਸ ਵੱਲ ਝਾਕ ਕੇ ਕੁਰਦਿਆਂ ਕਿਹਾ ਜਿੱਦਿਆਂ ਇਹਦੀ ਸਰਦਾਰ ਸਾਹਬ ਆ ਜਾਂਦੀ ਹੈ ਜਾਂ ਕੋਈ ਕਾਨੂੰਗੋ ਪਟਵਾਰੀ ਆਵੜਦਾ ਉਹਦੇ ਇਹੀ 나ਡੂ ਖਾਂ ਦਾ ਸਾੜਾ ਬਣ ਤੁਰਦਾ ਵਿੰਨ ਕਿਵੇਂ ਬਗਲੇ ਵਾਂਗੂ ਨਿਖਰਿਆ ਫਿਰਦਾ ਉਹ ਸਾਲੇ ਚੜੰਮ ਨੇ ਕਦੇ ਤੜਕੇ ਉੱਠ ਕੇ ਅੱਖਾਂ ਤੋਂ ਗਿੱਡਣੀ ਪੂੰਜੀ ਅੱਜ ਸਾਹ ਬਣਿਆ ਫਿਰਦਾ ਸਾਥ ਵਿੱਚ ਬੈਠੇ ਲੋਕੀ ਚੌਕੀਦਾਰ ਦੀ ਤੌਰ ਤੋਂ ਭਾਂਪ ਭਾਂਦੇ ਅੰਦਾਜ਼ੇ ਲਾਉਣ ਲੱਗ ਪਏ ਮਗਰ ਦੀ ਗੱਲ ਜਿਵੇਂ ਕਿਸੇ ਦਾ ਕੋਈ ਧਿਆਨ ਹੀ ਨਹੀਂ ਸੀ ਓਵੇਂ ਬੋਲਦਾ ਬੋਲਦਾ ਉੱਠ ਕੇ ਤੁਰ ਗਿਆ ਲੋਕ ਆਪਣੀ ਆਪਣੀਆਂ ਗੰਭੀਰ ਗੱਲਾਂ 'ਚ ਰੁੱਝੇ ਰਹੇ ਤੇ ਮੱਗਰ ਨੂੰ ਵੇਲ ਕਿੱਥੇ ਸੀ ਇਹ ਗੰਭੀਰ ਗੱਲਾਂ ਸੁਣਨ ਦੀ ਜਾਂ ਕਰਨ ਦੀ ਕਲਾ ਭਾ ਬੰਦਾ ਪਹਿਲੀ ਥੋੜੀ ਮੁੰਡੇ ਨਿਆਣੇ ਸਾਰੇ ਦਿਨ ਚੂਹੀ ਅੰਗੂ ਕੁੱਤਰ-ਕੁੱਤਰ ਕਰਦਿਆਂ ਕਦੇ ਖੇਤ ਕੁਝ ਕਰਦਾ ਤੁਰਿਆ ਫਿਰਦਾ ਕਦੇ ਘਰ ਤੀਵੀਆਂ ਵਾਲੇ ਕੰਮ ਕਰਦਾ ਹੋ ਰੰਦਾ ਫੇਰ ਵੀ ਉਹਨੂੰ ਪਿੰਡ ਦੇ ਨੰਗ ਬੰਦਿਆਂ ਤੋਂ ਬੜੀ ਨਫ਼ਰਤ ਸੀ ਇਸੇ ਕਰਕੇ ਜਦੋਂ ਸਾਥ 'ਚ ਚਾਰ-ਸਾਉ ਬੰਦੇ ਬੈਠੇ ਹੁੰਦੇ ਤਾਂ ਉਹ ਤੱਦੀ ਦਾ ਕੰਮ ਛੱਡ ਕੇ ਵੀ ਉਹਨਾਂ ਵਿਚਾਲੇ ਆ ਪੈਂਦਾ ਆਨਸਰ ਪਹਿਲਾਂ ਸਭ ਨੂੰ ਗੱਜ ਕੇ ਫਤੇ ਬੁਲਾਉਂਦਾ ਫਿਰ ਉਹਨਾਂ ਦੀਆਂ ਗੱਲਾਂ ਦਾ ਆਪ ਮੁਹਾਰਾ ਹੀ ਹੁੰਗਾਰਾ ਵੀ ਭਰਨ ਲੱਗ ਪੈਂਦਾ ਇੱਕੋ ਵਾਰ ਸਿਆਣੀ ਗੱਲ ਐ ਸਿਆਣੀ ਗੱਲ ਐ ਸਿਰ ਹਿਲਾਉਂਦੇ ਆ ਮੁਰ ਮੁਰ ਦੁਰਾਈ ਜਾਂਦਾ ਅੱਗੋਂ ਸੌ ਬੰਦੇ ਉਹਦੀ ਇਸ ਵਾਧੂ ਟੰਗੜਾਈ ਉੱਤੋਂ ਉੱਤੇ ਚਿੱਤੋਂ ਖੁਸ਼ ਨਾ ਹੁੰਦਿਆਂ ਵੀ ਉਬਾਸਰ ਕੇ ਕੁਛ ਨਾ ਕਹਿੰਦੇ ਕਹਿ ਕੇ ਕੇ ਵੀ ਬਹੁਤ ਵੇਖ ਲਿਆ ਸੀ ਉਸ ਉੱਤੇ ਅਸਰ ਹੀ ਕੋਈ ਨਹੀਂ ਸੀ ਹੁੰਦਾ ਜਦੋਂ ਇੱਥੋਂ ਉੱਠ ਕੇ ਜਾਂਦਾ ਤਾਂ ਅੱਖਾਂ 'ਚ ਇੱਕਜੀ ਤਸੱਲੀ ਹੁੰਦੀ ਪਰ ਮਗਰ ਲਈਉ ਝਾਕਦੇ ਜਿਵੇਂ ਉਹਨਾਂ ਕਿਸੇ ਬਲਾਤੋਂ ਖੇੜਾ ਛੁਡਾਲਿਆ ਹੋਵੇ ਤੇ ਹੁਣ ਵੀ ਕਿਸੇ ਨੂੰ ਉਹਦੇ ਆਉਣ ਦਾ ਜਾਂ ਤੁਰ ਜਾਣ ਦਾ ਜਿਵੇਂ ਪਤਾ ਹੀ ਨਹੀਂ ਸੀ ਲੱਗਿਆ ਗੱਲਾਂ ਤੁਰਦੀਆਂ ਪਾਲੇ ਦੇ ਪਰਦਾਦਿਆਂ ਦੇ ਪਿੱਛੇ ਤੱਕ ਜਾ ਪਹੁੰਚੀਆਂ ਤੂਜ ਤੇ ਮਸਤਾਨ ਸਿਓ ਭਾਈ ਜੀ ਪਾਲੇ ਦੇ ਉੱਚੇ ਖਾਨਦਾਨ ਦੀਆਂ ਕਹਾਣੀਆਂ ਪਾਉਂਦੇ ਪਾਉਂਦੇ ਹੁਣ ਇਸ ਘਰ ਦੀ ਅਧੂ ਗੱਤੀ ਦੀਆਂ ਗੱਲਾਂ ਤੇ ਆ ਗਏ ਪਾਲੇ ਦਾ ਮੁੰਡਾ ਤਾਂ ਭਾਈ ਜੀ ਨਿਰੀ ਗਊ ਸੀ ਇਹ ਕਰ ਕੀ ਬੈਠਾ ਤੂਸ ਨੇ ਜਿਵੇਂ ਕੁਝ ਦੁੱਖ ਨਾਲ ਕਿਹਾ ਹੁੰਦਾ ਕੀ ਹੁੰਦਾ ਬਸ ਜੋ ਗੁਰੂ ਨੂੰ ਭਾਵੇ ਕਰੇ ਕਰਾਵੇ ਆਪੇ ਆਪ ਮਾਨਸ ਕੇ ਕਿਛ ਨਾਹੀ ਹਾਤ ਉਸ ਦਾਤੇ ਦੀ ਰਜ਼ਾ ਹੈ ਬੰਦੇ ਦੇ ਜਦੋਂ ਵਾਸੀ ਕੁਛ ਨਹੀਂ ਫਿਰ ਕੀ ਆਖੀਏ ਭਾਈ ਜੀ ਨੇ ਗਿਆਨ ਦੀ ਗੱਲ ਕੀਤੀ ਉਹ ਤਾਂ ਤੇਰੀ ਗੱਲ ਠੀਕ ਹੈ ਤੁਸ਼ ਨੇ ਉਹ ਕਿ ਹਜਮੇ ਮੇਲੇ ਚ ਜੱਟ ਤੋਂ ਮੱਝ ਦਾ ਮੁੱਲ ਕਰਾ ਕੇ ਪਿੱਛੋਂ ਦલાਲ ਕਹੇ 900 ਤਾਂ ਤੇਰਾ ਸੁਣ ਲਿਆ ਤੂੰ ਹੁਣ ਲੈਣਾ ਕੀ ਆਪਾਂ ਤਾਂ ਉਂ ਗੱਲ ਕਰਦੇ ਆਂ ਵੀ ਬੰਦੇ ਨੂੰ ਚੰਗੇ ਭਲੇ ਨੂੰ ਐ ਕੀ ਹੋ ਜਾਂਦਾ ਹੈ ਓਹੋ ਤੈਨੂੰ ਦੱਸ ਜੋ ਦਿੱਤਾ ਵੀ ਦਾਦੇ ਦਾ ਪਾਣਾ ਜੋ ਕੁਦਰਤ ਕਰਾਵੇ ਤੂੰ ਚੁੱਪ ਕਰ ਗਿਆ ਫਿਰ ਬਿੰਦਕ ਪਿੱਛੋਂ ਟਾਲ ਕੇ ਬੋਲਿਆ ਭਾਈ ਜੀ ਹੁਣ ਤੇਰਾ ਮਤਾ ਕੀ ਕਹਿੰਦਾ ਵੀ ਇਹ ਆਪਣੇ ਘਨੇ ਨੰਬਰਦਾਰ ਦੇ ਮੁੰਡੇ ਪਿੱਛੋਂ ਕੋਈ ਜਾਗਾ ਚੱਕਣਗੇ ਕਿਉਂ ਤੇ ਹੋਰ ਕੀ ਕਰਨਗੇ ਤੇਰੇ ਚਿੱਤ ਚ ਆ ਵੀ ਚੁੱਪ ਕਰਕੇ ਬਹਿ ਜਾਣਗੇ ਤੂੰ ਤਾਂ ਭੜਿਆ ਗੱਲ ਸਮਝਦਾ ਨਹੀਂ ਤੂੰ ਉਸ ਨੇ ਰਤਾ ਠੀਮੀ ਬਾਜ ਨਾਲ ਗਲੀ ਚ ਅੱਗੇ ਪਿੱਛੇ ਤੱਕ ਕੇ ਗਿਆ ਮੈਂ ਤਾਂ ਕਹਿਣਾ ਵੀ ਇਹ ਤਾਂ ਅੱਗੇ ਇਹਨੂੰ ਮਰੀਆ ਪਾਲ ਦੇਸੀ ਤੇ ਹੁਣ ਇਹਨਾਂ ਨੇ ਕੀ ਲੈਣਾ ਛੇੜਾਂ ਛੇੜ ਕੇ ਚੰਗਾ ਸਗੋਂ ਹੁਣ ਆਪਦੀ ਜ਼ਮੀਨ ਸਾਂਭਣਗੇ ਹੈ ਹੈ ਵੇਖ ਜੱਟ ਜਦੋਂ ਸੋਚੂ ਪੁੱਠੀ ਸੋਚੂ ਓਏ ਸਾਈਂ ਲੋਕਾਂ ਉਹਨਾਂ ਦਾ ਪਿਓ ਸੀ ਜੇ ਨਾ ਕੁਛ ਕਰਨ ਕਰਾਉਣਗੇ ਤਾਂ ਦੁਨੀਆ ਨਹੀਂ ਉਹਨਾਂ ਦੇ ਮੂੰਹ 'ਚ ਉਂਗਲਾਂ ਦੇਉ ਹਾਂ ਮੂੰਹ 'ਚ ਉਂਗਲਾਂ ਦੇਣ ਵਾਲੀ ਗੱਲ ਆਲੀ ਤਾਂ ਤੇਰੀ ਗੱਲ ਮੰਨ ਲਈ ਪਰ ਮੈਂ ਤਾਂ ਕਹਿੰਦਾ ਵੀ ਜਿਹੜਾ ਕੰਮ ਕੁਛ ਠੰਡਾ ਜਿਹਾ ਪਿਆ ਜਾਂਦਾ ਕਿਤੇ ਕੀ ਹੈ ਹੂੰ ਹੀ ਅੰਦਰੇ ਅੰਦਰ ਕੁਝ ਗਿਟਮਿਟ ਕਰ ਲੈਣ ਗੱਲ ਤਾਂ ਇਹ ਐ ਅਸਲ ਜਿਨਾਂ ਚਿਰ ਪੂਰਨ ਮੈਰੇ ਦੇ ਆਖਣਾਂ ਵਾਂਗੂ ਮਾੜਾ ਮੋਟਾ ਖੜਕਾ ਦੜਕਾ ਨਾ ਹੋਵੇ ਪਿੰਡ 'ਚ ਕੋਈ ਕਾਰਾ ਨਾ ਹੋਵੇ ਕੋਈ ਮਰੇ ਨਾ ਕੋਈ ਫੜਿਆ ਫੜਾਇਆ ਨਾ ਜਾਏ ਉਹਨਾਂ ਚਿਰ ਥੋਡੀ ਦੰਦ ਕਥਾ ਜੋ ਨਹੀਂ ਤੁਰਦੀ ਆਪ ਤਾਂ ਤੁਸੀਂ ਕਰਨ ਜੋਗੇ ਕੁਝ ਹੈ ਨਹੀਂ ਹੁਣ ਲੋਕਾਂ ਦਾ ਘਰ ਫੂਕ ਤਮਾਸ਼ਾ ਦੇਖਣ ਵਾਸਤੇ ਅੱਡੀਆਂ ਚੱਕੀ ਰੱਖਦੇ ਹੋ ਇਹੋ ਗੱਲ ਹੈ ਨਾ ਕਿ ਹੋਰ ਕੋਈ ਐ ਤੂੰ ਤਾਂ ਝਾਰ ਕਾਲੀਆ ਐਮੀਂ ਗੱਲ ਹੋਰ ਪਾਸੇ ਪਾ ਲੈਣਾ ਲਾ ਹੁਣ ਅਸੀਂ ਕਿਤੇ ਲੋਕਾਂ ਨੂੰ ਲੜਾਉਂਦੇ ਫਿਰਦੇ ਆ ਪਹਿਲਾਂ ਹੋਰ ਤੁਸੀਂ ਲੋਕਾਂ ਦੀਆਂ ਸੁਲਾ ਸਫਾਈਆਂ ਕਦੋਂ ਕਰਾਉਂਦੇ ਹੁੰਨੇ ਹੋ ਭਾਈ ਜੀ ਨੇ ਰਤਾ ਵਿਅੰਗ ਤੇ ਗੁੱਸੇ ਨਾਲ ਕਿਹਾ ਤੁਹਾਨੂੰ ਤਾਂ ਜੇ ਭੇਲੀ ਫੁੱਟੂ ਪੋਰਾ ਥਿਆਉ ਨਾਲੇ ਉਧਰ ਲੁੱਤੀ ਲਾਤੀ ਨਾਲੇ ਉਧਰ ਲਾਤੀ ਚੱਲ ਮੇਰੇ ਭਾਈ ਅੱਗ ਲਾਈ ਡੱਬੂ ਗੰਧ ਤੇ ਤੁਹਾਡੀ ਤਾਂ ਉਹ ਗੱਲ ਹੈ ਅਸੀਂ ਯਾਰ ਲੋਕਾਂ ਨੂੰ ਲੜਾਉਂਦੇ ਫਿਰਦੇ ਆ ਤੁਸੀਂ ਇੱਕੋ ਗੱਲ ਕੁਝ ੱਟਾ ਹੋਇਆ ਫਿਰ ਦੁਰਾ ਗਿਆ ਤੇ ਹੋਰ ਤੁਸੀਂ ਕੀ ਕਰਦੇ ਕੀਚਰ ਲੱਦੜ ਸਣ ਦੇ ਪਿੰਨੇ ਨੂੰ ਵੱਟ ਦਿੰਦਿਆਂ ਉਹਨਾਂ ਦੇ ਵਿਚਕਾਰ ਆਤਮਕਿਆ ਤੇ ਉੱਚੀ ਸਾਰੀ ਬੋਲਿਆ ਆ ਹੋਈ ਨਾ ਗੱਲ ਭਾਈ ਜੀ ਆਪਣੀ ਹਮੈਤ ਹੁੰਦੀ ਵੇਖ ਕੇ ਖਿੜ ਪਿਆ ਇਹੋ ਗੱਲ ਇਹਨੂੰ ਮੈਂ ਕਹਿਨਾ ਵੀ ਇਹ ਕਰਤੂਤਾ ਸਭ ਹੈ ਹੀ ਤੁਹਾਡੇ ਅਰਗਿਆਂ ਦੀਆਂ ਤੂੰ ਉਸ ਜਿਵੇਂ ਹਾਰ ਮੰਨ ਕੇ ਭਿਆੰਕ ਕਰ ਗਿਆ ਕੀਚਰ ਲੱਦੜ ਜਿਵੇਂ ਜਿਹੜੀ ਨਵੀਂ ਖਬਰ ਸੁਣਾਉਣ ਆਇਆ ਸੀ ਉਹਨੇ ਸੁਣਾਤੀ ਉਸ ਦੱਸਿਆ ਕਿ ਪਾਲੇ ਦੇ ਛੋਟੇ ਮੁੰਡੇ ਨੂੰ ਵੀ ਪੁਲਿਸ ਨੇ ਫੜ ਲਿਆ ਸੀ ਕਣੇ ਦੇ ਮੁੰਡਿਆਂ ਨੇ ਥਾਣੇਦਾਰ ਨੂੰ ਕਿਹਾ ਸੀ ਵੀ ਉਹ ਪਾਲੇ ਦੇ ਤੀਜੇ ਸਭ ਤੋਂ ਛੋਟੇ ਮੁੰਡੇ ਨੂੰ ਵੀ ਵਿੱਚ ਰੱਖੇ ਪਰ ਥਾਣੇਦਾਰ ਨਹੀਂ ਸੀ ਮੰਨਿਆ ਨਾਲੇ ਤੂੰ ਸਿਆਣਾ ਕਲਿਆ ਪੁਲਿਸ ਤਾਂ ਹੁੰਦੀ ਬੱਚੇ ਖਾਣੀ ਐ ਜਿੰਨਾ ਚਿਰ ਮੂੰਹ 'ਚ ਹੱਥ ਪਾਈ ਰੱਖੋ ਠੀਕ ਐ ਜਦੋਂ ਕੱਢੋ ਉਦੋਂ ਦੰਦੀ ਵੱਡੂ ਕੀਚੇਰ ਆਪਣਾ ਗਿਆਨ ਘੋਟਦਿਆਂ ਬੋਲੀ ਜਾ ਰਿਹਾ ਸੀ ਹੁਣੇ ਹੋਏ ਕਣੇ ਲੰਬੜਦਾਰ ਦੇ ਫਰਜੰਦ ਇਹ ਨਹੀਂ ਦਿੰਦੇ ਕਿਸੇ ਨੂੰ ਪਿੰਡ ਦੀ ਜੂੰ ਫਿਰ ਪੁਲਿਸ ਵਾਲੇ ਭਾਈ ਕਾ ਨੂੰ ਕਿਸੇ ਦੇ ਝੂਠੇ ਮੁਕਦਮੇ ਬਣਾਉਂਦੇ ਫਿਰ ਨਾਲੇ ਉਹ ਮੁੰਡਿਆਂ ਬਾਲਗ ਹੈ ਉਹਨੂੰ ਫਸਾਉਂਦੇ ਐ ਤਾਂ ਉਹੀ ਸਾਰਾ ਮਕਦਮਾ ਖਾਰਜ ਹੋ ਜੂ ਪਰ ਇਹਨਾਂ ਦੀ ਬਾਈਸਿਆਂ ਅਸਲ ਨੀਤ ਤਾਂ ਵਿੱਚੋਂ ਹੋਰ ਸੀ ਤੇ ਆਵਾਜ਼ ਧੀਮੀ ਕਰਕੇ ਭੇਜ ਭਰੀ ਸੋਰਚ ਕੀਚਰ ਬਿੰਦਕ ਚੁੱਪ ਰਹਿ ਕੇ ਬੋਲਿਆ ਨੀਤ ਤਾਂ ਇਹ ਸੀ ਕਿ ਮੁੰਡੇ ਤਿੰਨੇ ਫਸ ਜਾਣਗੇ ਪਿੱਛੋਂ ਬੁੜੀ ਨੂੰ ਡਰਾ ਡਰੂ ਕੇ ਲਾਲਚ ਦੇ ਕੇ ਕੁਝ ਮਰਬਾ ਬੰਦੀ ਵਾਲਿਆਂ ਨੂੰ ਦੇ ਦਵਾ ਕੇ ਇਹਨਾਂ ਦੀ ਜ਼ਮੀਨ ਕਬਜ਼ੇ 'ਚ ਕਰ ਲਾਂਗੇ ਪਿੱਛੋਂ ਭਾਵੇਂ ਕੁਛ ਬਣੇ ਚਾਹੇ ਨਾ ਬਣੇ ਨਾਲੇ ਮਰਨ ਵਾਲਾ ਤਾਂ ਮਰ ਗਿਆ ਹੁਣ ਤਾਂ ਉਹ ਮੁੜਦਾ ਨਹੀਂ ਫਿਰ ਜਿਵੇਂ ਉਤੋਂ ਉਤੋਂ ਛਿੱਲ ਲੈਂਦੀ ਐ ਲਾਲੋ ਭੁਖੜਤਾ ਇਹਨਾਂ ਦੀ ਜਿਹੜੀ ਜਿਹੜੀ ਪਹਿਲੇ ਦਿਨ ਹੋਈ ਐ ਕਿਉਂ ਕਾਲੀ ਐ ਹੈ ਹੋਈ ਪਈ ਉਹੀ ਗੱਲ ਕਿ ਨਹੀਂ ਤੁਝ ਦੀਆਂ ਚੁੰਨੀਆਂ ਅੱਖਾਂ ਦੀਆਂ ਕਾਲੀਆਂ ਸ਼ਾ ਕਾਕੀਆਂ ਲਿਸ਼ਕ ਪਈਆਂ ਤੂੰ ਮੰਨਦਾ ਨਹੀਂ ਸੀ ਕਮਲਿਆ ਅਸੀਂ ਪਹਿਲੇ ਦਿਨ ਜਾਣਦੇ ਆ ਇਹਨਾਂ ਦੇ ਖਲਣੇ ਨੂੰ ਇਹ ਕਿਸੇ ਕਰਿਆੜ ਦੀ ਮਾਰ ਐ ਸਾਲੇ ਜੱਟ ਦੇ ਪੁੱਤੇ ਕਾਹਨੂੰ ਐ ਇਹਨਾਂ ਆਸਤੇ ਤਾਂ ਮਾਂ ਪੈਸਾ ਤੇ ਜਾਇਦਾਦ ਤੇ ਪਿਓ ਪਹਿਲੀ ਹੈ ਕੀ ਆਂਦਾ ਕਾਲੀ ਹਾਰ ਮੰਨ ਗਿਆ ਸੀ ਕੌਣ ਇਹ ਨਾ ਪਾਣਿਆਂ ਦੀ ਥਾਂ ਪਾਵੇ ਕੌਣ ਕਹੇ ਕੌਣ ਚੰਗਾ ਕੌਣ ਮੜਾ ਦਾਤੇ ਦੀਆਂ ਦਾਤਾਂ ਜਾਣੇ ਫਿਰ ਕਿਸੇ ਦਾ ਚੰਗਾ ਮੰਦਾ ਸੋਚਿਆ ਕੀ ਹੁੰਦਾ ਜੋ ਹੁਣ ਹੋ ਜਾਣਾ ਤੇ ਹੁਣ ਹਾਰ ਹੋਣੀ ਸੀ ਹੋ ਗਈ ਘਣੇ ਦੇ ਮੁੰਡਿਆਂ ਨੇ ਪਾਲੇ ਤੇ ਰਿਸ਼ਤੇਦਾਰਾਂ ਨਾਲ ਅੰਦਰ ਖਾਨੇ ਗਿੱਟਮਿਟ ਕਰ ਲਈ ਤੇ ਮੁਕਦਮੇ 'ਚ ਜਈ ਹੀਰਾ ਫੇਰੀ ਕਰਾਈ ਕਿ ਬਰੇ ਪਿੱਛੇ ਜਦੋਂ ਫੈਸਲਾ ਹੋਇਆ ਤਾਂ ਲੋਕਾਂ ਮੂੰਹ ਚ ਉਂਗਲਾਂ ਪਾਲੀਆਂ ਪਾਲੇ ਦੇ ਮੁੱਦਦ ਨੂੰ 14 ਸਾਲ ਦੀ ਕੈਦ ਹੋਈ ਸੀ ਫਾਇ ਨਹੀਂ ਸੀ ਲੱਗਿਆ ਤੇ ਸੱਜਣ ਨੂੰ ਵਿੱਚੋਂ ਕਢਵਾ ਕੇ ਬਰੀ ਕਰਵਾਤਾ ਸੀ ਇੱਕ ਵਾਰ ਸਾਥ ਵਿੱਚ ਚਰਚਾ ਫੇਰ ਛਿੜੀ ਸੀ ਭਲੇ ਆਦਮੀ ਖੁਸ਼ ਸਨ ਕਿ ਚਲੋ ਵਿਚਾਰਿਆਂ ਦਾ ਘਰ ਜੁੜਨੋਂ ਬਚ ਗਿਆ ਸਾਲਾਂ ਦਾ ਕੀ ਹੁੰਦਾ ਜਿਉਂਦੇ ਜੀਆਂ ਨੂੰ ਆਏ ਨਾਲੇ ਜੇ ਦੋਹਾਂ ਨੂੰ ਫਸਾ ਕੇ ਇੰਨੀ ਇੰਨੀ ਕਰਵਾ ਦਿੰਦੇ ਤਾਂ ਫਿਰ ਕੀ ਬਣਨਾ ਸੀ ਕਰਵਾ ਹੋ ਸਕਦੇ ਸੀ ਪੈਸੇ ਨੂੰ ਸਭ ਥੱਬੀ ਕੈਂ ਕੀ ਨਹੀਂ ਹੋ ਸਕਦਾ ਪੈਸੇ ਨਾਲ ਪਰ ਤੂਸਵਰਗੇ ਖੋਚਰੀ ਵਿੱਚੋਂ ਹੋਰ ਹੀ ਦੀਆਂ ਹੋਰ ਕੱਢ ਕੇ ਲਿਆਉਂਦੇ ਸੀ ਵਾਈਸਿਆਂ ਹੁਣ ਮੈਂ ਦੱਸਾਂ ਇਕੋਤ ਕੀ ਹੋਇਆ ਲੈ ਸੁਣ ਲੈ ਇਹਨਾਂ ਨੇ ਚਾਚੀ ਹਰਕੁਰ ਦੇ ਭਰਾਵਾਂ ਨੂੰ ਸਾਧ ਕੇ ਉਹਨਾਂ ਨਾਲ ਗੁੱਝੀ ਲਿਖਤ ਪੜਤ ਕੀਤੀ ਹੈ ਹੁਣ ਮੁਰੱਬਾ ਬੰਦੀ ਚ ਇਹ ਲੈਣਗੇ ਇਹਨਾਂ ਦੀ ਅੱਧੀ ਜ਼ਮੀਨ ਆਪਦੀ ਬਣ ਜੂ ਪੰਜਾਂ ਉੱਤੇ 100 ਕੁਮਾ ਤੇ ਪਾਲੇ ਕੇ ਤਿੰਨਾ ਕੋਲ ਰਹਿ ਜੂ ਕੁੱਲ 15 ਕੁਮਾ ਤੇ ਨਾਲੇ ਜਦੋਂ 11 ਬੰਦੇ ਦਾ ਗੁੱਡਾ ਹੀਠਾ ਸਿਰ ਆ ਜੀ ਫਿਰ ਤੌਣ ਨਹੀਂ ਚੱਕ ਸਕਦਾ ਹੁੰਦਾ ਹੁਣ ਪਾਲੇ ਦੇ ਮੁੰਡਿਆਂ ਚ ਕੀ ਰਹਿ ਜੂ ਇਹ ਰਹਿ ਜਾਣਗੇ ਕਿਸੇ ਪਾਸਿਓਂ ਸਿਰ ਚੱਕਣ ਜੋਗੇ ਸਾਰੀ ਉਮਰ ਉਹੀ ਤਾਬਨੀ ਆ ਸਕਦੀ ਐਸੀ ਮਾਰ ਮਾਰੀ ਐ ਮੇਰੇ ਕੁਛ ਲਗਦਿਆਂ ਨੇ ਵੀ ਸਾਰੀ ਉਮਰ ਆਸਤੇ ਤਬਾਹ ਕਰਕੇ ਰੱਖ ਤੇ ਤਬਾਹ ਕੀ ਹੂੰ ਫਨਾਈ ਕਰਤੇ ਕੇ ਰੱਬ ਤੋਂ ਕੁਝ ਲੁਕਿਆ ਰਹਿ ਜਾਏ ਤਾਂ ਰਹਿ ਜਾਏ ਪਰ ਬੰਦੇ ਕੋਲੋਂ ਬੰਦਾ ਕੀ ਲੁਕਾ ਕੇ ਰੱਖ ਲਏਗਾ ਜੇ ਕੰਦਾਂ ਦੇ ਕੰਨ ਹੋ ਸਕਦੇ ਆ ਤਾਂ ਧਰਤੀ ਤੇ ਅੱਖਾਂ ਤੇ ਅਸਮਾਨ ਦੇ ਨੱਕ ਨਹੀਂ ਹੋ ਸਕਦਾ ਫਿਰ ਕਿਸੇ ਥਾਂ ਜਾ ਕੇ ਬੰਦਾ ਕੋਈ ਗੋਝ ਲੁਕਾ ਲਏਗਾ ਤੇ ਅੱਜ ਫੇਰ ਕੱਲ ਹੋਰ ਸਾਰੇ ਪਿੰਡ ਦੇ ਬੱਚੇ-ਬੱਚੇ ਨੂੰ ਪਤਾ ਲੱਗ ਗਿਆ ਵੀ ਪਾਲੇ ਦੇ ਰਿਸ਼ਤੇਦਾਰਾਂ ਨਹੀਂ ਤੇ ਮੋਦਨ ਤੋਂ ਛੋਟੇ ਮੁੰਡੇ ਸੱਜਣ ਨੇ ਘਣੇ ਦੇ ਮੁੰਡਿਆਂ ਨਾਲ ਕੋਈ ਗੱਲ ਜ਼ਰੂਰ ਗਿਣਮਿੱਥ ਲਈ ਸੀ ਤੇ ਹੋਰ ਚੌਂਦਨਾ ਪਿੱਛੇ ਇਹ ਪਰਤਖ ਵੀ ਹੋ ਗਿਆ ਫਿਰ ਮੁਰੱਬਾ ਬੰਦੀ ਵੇਲੇ ਜਦੋਂ ਕਨੇ ਦੇ ਮੁੰਡਿਆਂ ਨੇ ਕੱਸੀ ਵਾਲੀ ਸ਼ਾਹ ਕਾਲੀ ਜ਼ਮੀਨ ਦਾ ਟੱਕ ਚੱਕਿਆ ਤਾਂ ਹੇਠਲੇ ਪਾਸੇ ਨਾਲ ਲੱਗਵਾਂ ਪਾਲੇ ਦੇ ਮੁੰਡਿਆਂ ਨੂੰ ਦੁਆਤਾ ਉਹਨਾਂ ਵਾਲੀ ਮਾਰੂ ਦਾ ਚਵਾਨੀ ਮੁੱਲ ਪਵਾ ਕੇ ਉਹ ਭੋ ਦੇ ਭਾਅ ਆਪ ਲੈ ਲਈ ਤੇ ਲੋਕਾਂ ਦੀਆਂ ਅੱਖਾਂ ਪੁੰਜਣ ਖਾਤਰ ਉੱਥੇ ਵੀ ਸੱਤ ਕੋ ਘੁਮਾ ਦੀ ਇੱਕ ਤਿਰਕ ਪਾਲੇ ਦੇ ਮੁੰਡਿਆਂ ਨੂੰ ਹੋਰ ਦੁਆਤੀ ਤੇ ਪਟਵਾਰੀ ਤੋਂ ਲੈ ਕੇ ਵੱਡੇ ਤਹਿਸੀਲਦਾਰ ਤਾਈਂ ਸਭ ਦੇ ਭੇਟ ਪੂਰੇ ਸੀ ਸਭ ਕੁਝ ਉਹਨਾਂ ਦੀ ਮਰਜ਼ੀ ਮੁਜਬ ਹੁੰਦਾ ਰਿਹਾ ਇਹ ਸਭ ਜਾਗੂ ਜਾਗਰ ਸੀ ਕੋਈ ਵੀ ਲਕੋ ਨਹੀਂ ਸੀ ਰਿਹਾ ਤੇ ਸਾਰਾ ਕੰਮ ਨਿਭੜ ਜਾਣ ਪਿੱਛੋਂ ਲੋਕ ਦਾਦਾ ਪਰਿਆਦਾ ਹੀ ਕਰਦੇ ਰਹਿ ਗਏ ਕਈ ਉੱਤੇ ਵੀ ਵੱਡੇ ਅਫਸਰਾਂ ਕੋਲ ਵਜੀਰਾ ਕੋਲ ਗਏ ਪਰ ਕੌਣ ਸੁਣੇ ਕਿਉਂ ਕੋਈ ਸੁਣੇ ਭਾਈ ਜਿਸका ਦਿੱਤਾ ਖਾਮਣਾ ਤਿਸ ਕਈ ਹਿਸਾਬਾਸ ਸਾਥ ਦੀ ਦੰਦ ਕਥਾ ਚੋ ਕਾਲੀ ਨੇ ਇਹ ਗੱਲ ਵੀ ਨਖੇਰੀ ਪਟਵਾਰੀ ਤੜਕੇ ਉੱਠ ਕੇ ਅਣਕਾਲੇ ਤੱਤੇ ਕਿਤੇ ਦੁੱਧ ਚ ਲੱਪਕੇ ਉਹ ਦੀ ਪਾ ਕੀ ਤਾਂ ਇਹਨਾਂ ਦੇ ਘਰੋਂ ਪੀ ਕੇ ਜਾਂਦਾ ਸੀ तहसीलदार ਦੀ ਘੋੜੀ ਇਹਨਾਂ ਦੀ ਖੁਰਲੀ ਤੇ ਖੜੋ ਕੇ ਨੇਰੇ ਛੋਲੇ ਚਰਦੀ ਹੁੰਦੀ ਸੀ ਤੇ ਕਾਨੂੰ ਕੋ ਆਥ ਨੇ ਬੋਤਲ ਤੇ ਮੁਰਗਾ ਇਹਨਾਂ ਦੇ ਦਰਵਾਜ਼ੇ 'ਚ ਬਹਿ ਕੇ ਡੱਫਦਾ ਹੁੰਦਾ ਸੀ ਤੇ ਚੰਗੀ ਜ਼ਮੀਨ ਦੇ ਟੱਕ ਮਿਲਦੇ ਫਿਰ ਤੁਹਾਨੂੰ ਕਿਉਂ ਬਈ ਤੁਸੀਂ ਵੱਡੀ ਮਾਂ ਦੇ ਪੁੱਤ ਸੀ ਹੈ ਇੱਥੇ ਆ ਇੱਥੇ ਤੁਸ਼ ਨੇ ਜਿਵੇਂ ਕਾਲੀ ਨੂੰ ਸੰਘਿਓ ਫੜ ਲੈ ਇਹੋ ਤਾਂ ਕਹਿਣਾ ਹੈ ਬਈ ਕਿਸੇ ਦਾ ਦੀਨ ਮਾਨ ਕੋਈ ਨਹੀਂ ਸਭ ਨਹੀਂ ਦੀਨ ਮਾਨ ਵਾਲੀ ਕੀ ਗੱਲ ਹੈ ਉਸ ਦਾਤੇ ਦਾ ਪਣਾ ਹੈ ਮੁਰੜ ਕਿ ਕਿ ਖੋਤੀ ਬੋੜ ਥੱਲੇ ਮੰਨਦਾ ਅਜੇ ਵੀ ਅਸਲੀ ਗੱਲ ਹੁਣ ਫੇਰ ਆਪਦੇ ਦਾਤੇ ਦੇ ਭਾਣੇ ਨੂੰ ਵਿੱਚ ਤੂ ਤੁਰਿਆ ਅਸਲ ਗੱਲ ਪਾਸੇ ਰਹਿ ਜੂ ਆਪਦਾ ਘੋੜਾ ਹੋਰ ਹੀ ਕਿਸੇ ਪਾਸੇ ਭਜਾ ਦਰੂ ਮਜਾ ਹੈ ਕਿਸੇ ਗੱਲ ਦਾ ਕੋਈ ਮੂੰਹ ਸਿਰ ਬਣਨ ਦੇ ਦੇ ਸਾਡਾ ਗਿਆਨੀ ਜੀ ਪਰ ਮੂੰਹ ਸਿਰ ਜੋ ਬਣਨੇ ਸੀ ਬਣ ਗਏ ਤੇ ਲੋਕ ਐਵੇਂ ਸਾਥ ਚ ਬੈਠੇ ਜੱਬੜਾ ਹੁੰਦਾ ਭੇਡ ਕਰਦੇ ਰਹਿ ਗਏ ਮੇਰੇ ਅੱਬਾ ਨੇ ਤਾਂ ਕਣੇ ਦੇ ਮੁੰਡਿਆਂ ਨੇ ਮਨਮਰਜ਼ੀ ਕਰਵਾ ਲਈ ਸੀ ਲੋਕ ਪਿੱਟ ਪਟਾ ਕੇ ਦਰਖਾਸਤਾਂ ਤੇ ਕਾਗਜ਼ ਕਾਲੇ ਕਰਕੇ ਗੱਡੀਆਂ ਤੇ ਕਿਰਾਏ ਪਾੜੇ ਖਰਚ ਕੇ ਕਚਹਿਰੀਆਂ 'ਚ ਖੱਜਲ ਹੋ ਕੇ ਚੁੱਪ ਕਰਕੇ ਬਹਿ ਗਏ ਵੱਧ ਤੋਂ ਵੱਧ ਜਿਨ੍ਹਾਂ ਕਿਸੇ ਦਾ ਇੱਕ ਦਾ ਜੋਰ ਸੀ ਉਹ ਸਭ ਨੇ ਲਾ ਕੇ ਵੇਖ ਲਿਆ ਟੱਕ ਚੁੱਕਣੋਂ ਪਹਿਲਾਂ ਆਪਣੀਆਂ ਕਿਕਰਾਂ ਬੇਰੀਆਂ ਵਣ ਕਰੀਰ ਜੋ ਵੀ ਸੀ ਵਾੜ ਲਿਆ ਮਗਰੋਂ ਹੋਰ ਕੋਈ ਬਾਹ ਨਹੀਂ ਚੱਲੀ ਤਾਂ ਨਵੇਂ ਟੱਕਾਂ ਦੀਆਂ ਵਟਾਂ ਪਿੱਛੇ ਰੌਲਾ ਪਾ ਬੈਠੇ ਚੱppa ਚੱppa ਥਾਂ ਦਾ ਫਰਕ ਕਢਾਉਣ ਲਈ ਮਹੀਨਿਆਂ ਬਧੀ ਰੇੜਕਾ ਪਾਈ ਰੱਖਿਆ ਪਟਵਾਰੀ ਕਰਨੂਗੋ ਤਹਿਸੀਲਦਾਰ ਨੂੰ ਕਿੰਨੀ ਵਾਰੀ ਅਰਜ਼ੀਆਂ ਪਰਚੇ ਦਿੱਤੇ ਘੱਟ ਕੀਤੇ ਪਰ ਪ੍ਰਣਾਲਾ ਜਦੋਂ ਫੇਰ ਵੀ ਉੱਥੇ 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 ਦਾ ਉੱਥੇ ਰਿਹਾ ਤਾਂ ਭਾਣਾ ਮੰਨ ਕੇ ਕਚੀਚੀਆਂ ਲੈਣੇ ਆ ਟਿੱਕੇ ਬਹਿ ਗਏ ਕਈ ਹੱਸ ਕੇ ਕਹਿੰਦੇ ਬਸ ਹੌਂਕੜੀ ਲਾ ਲਈ ਆਪਦੀ ਤੇ ਅੱਜ ਭਲਕ ਮਹੀਨਾ ਦੋ ਚਾਰ ਤੇ ਫੇਰ ਬਰੇ ਬੀਤਣ ਲੱਗ ਪਏ ਇਨ੍ਹਾਂ ਬਰੇਾਂ ਚ ਨਿਤ ਕੋਈ ਨਾ ਕੋਈ ਨਿੱਕੀ ਮੋਟੀ ਘਟਨਾ ਵਾਪਰਦੀ ਰਹੀ ਜਾਪੇ ਮਰਗਾ ਵਿਆਹ ਸਾਹੇ ਲੜਾਈ ਝਗੜੇ ਹੁੰਦੇ ਰਹੇ ਸਾਥ ਵਿੱਚ ਦੰਦ ਕਥਾ ਵੀ ਚੱਲਦੀ ਰਹੀ ਪਰ ਦੰਦ ਕਥਾ ਜੋ ਹੁੰਦਾ ਰਿਆ ਜਾਂ ਜੋ ਹੋ ਰਿਆ ਸੀ ਉਸ 'ਚ ਕੋਈ ਰੋਕ ਤਾਂ ਨਹੀਂ ਸੀ ਨਾ ਪਾ ਸਕਦੀ ਕੰਨ ਰਸ ਲੋਕਾਂ ਦਾ ਜ਼ਰੂਰ ਪੂਰਾ ਹੁੰਦਾ ਰਹਿੰਦਾ ਸੀ ਇਹ ਤੋਂ ਬਿਨਾ ਸਰਦਾ ਵੀ ਨਹੀਂ ਸੀ ਤੇ ਆਖਰ ਹੋਰ ਮਨ ਹੌਲਾ ਕਿਵੇਂ ਕਰਨੇ ਪਾਲੇ ਦੇ ਦੋਨੇ ਮੁੰਡੇ ਜਵਾਨ ਹੋ ਗਏ ਉਹ ਵਿਆਹੀ ਵੀ ਗਏ ਘਣੇ ਗਿਆ ਨੇ ਉਹਨਾਂ ਦੇ ਪੁਰਾਣੇ ਬਰਾਨੀ ਟੱਕ 'ਚ ਜਿਹੜਾ ਟਿਊਬਵੈੱਲ ਆਇਆ ਉਦੇ ਪਾਣੀ ਨਾਲ ਕੁਝ ਭਰਮੀਆਂ ਫਸਲਾਂ ਲੈ ਕੇ ਅੰਦਰਲਾ ਘਰ ਵੀ ਢਾਕੇ ਉਹਨਾਂ ਨਵਾਂ ਪਾ ਲਿਆ। ਕਣੇ ਦੇ ਮੁੰਡਿਆਂ ਨੇ ਲਾਲ ਰੰਗ ਦਾ ਟਰੈਕਟਰ ਲਿਆਂਦਾ, ਚਾਰ ਕੁ ਮਾਲਟਿਆਂ ਦੇ ਬੂਟੇ ਗੱਡ ਕੇ ਬਾਗ ਬਣਾ ਲਿਆ ਤੇ ਉਹਦੇ ਬਹਾਨੇ ਪਾਣੀ ਦੂਣਾ ਚੌਣਾ ਕਰਵਾ ਕੇ ਪਿੰਡ ਦੀ ਸਾਰੀ ਵਾਰੀ 'ਚ ਕਟੌਤੀ ਕਰਾਉਂਦੇ। ਮੇਰਾ ਬਾਪਾ ਨੇ ਵੀ ਉਹਨਾਂ ਨਾਲ ਰਲ ਰਲਾ ਕੇ ਬਹੁਤ ਕੁਝ ਖੱਟ ਲਿਆ। ਹੁਣ ਘਰੇ ਰੀੜੀਏ ਵੱਜਦੇ ਤੇ ਅਖੰਡ ਪਾਠ ਹੁੰਦੇ ਰਹਿੰਦੇ। ਮੁੰਡੇ ਨਵੇਂ ਸਾਈਕਲਾਂ ਤੇ ਫਿਰ ਮੋਟਰਸਾਈਕਲਾਂ ਤੇ ਸ਼ਹਿਰ ਪੜਨ ਜਾਣ ਲੱਗ ਪਏ। ਤੇਰੇ ਬੂਟ ਜਰਾਬਾਂ ਤੇੜ ਘੁੱਟੀਆਂ ਸੁਥੜੀਆਂ ਪਾਉਂਦੇ ਤੇ ਟੁੱਟੀ ਵਾਲੀਆਂ ਪੱਗਾਂ ਬੰਨ੍ਹਦੇ ਸੀ ਸਭ ਕੁਝ ਹੋਈ ਜਾ ਰਿਹਾ ਸੀ ਤੇ ਦੰਦ ਕਥਾ ਜੇ ਵੀ ਉਵੇਂ ਤੁਰਦੀ ਸੀ ਲੋਕ ਬਸ ਉਹ ਜਪੜਾਂ ਦਾ ਭੇਡ ਕਰਕੇ ਘਰੋ ਘਰੀ ਤੁਰ ਜਾਂਦੇ ਸਨ ਸਭ ਕੁਝ ਜਿਵੇਂ ਇੱਕ ਤਮਾਸ਼ਾ ਬਣ ਗਿਆ ਹੋਵੇ ਧੰਨਵਾਦ